ਦੋ ਕਮ ਸੇ ਕਮ ਦੋ ਬੁਲਾਰੇ ਰਹਿਣਗੇ ਸਾਡੇ ਨਾਲ, ਇੱਕ ਤਾਂ ਹੋਣਗੇ ਸਾਹਿਬ ਸਿੰਘ ਬਡਬਰ ਜਿਹੜੇ ਕਿ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਨਾਲ ਸੰਬੰਧਿਤ ਨੇ, ਉਸ ਤੋਂ ਬਾਅਦ ਕਸ਼ਮੀਰ ਘੁਗਸ਼ੋਰ ਹੋਣਗੇ ਜਿਹੜੇ ਪੇਂਡੂ ਮਜ਼ਦੂਰ ਯੂਨੀਅਨ ਦੇ ਆਗੂ ਨੇ, ਔਰ ਸਟੂਡੀਓ 'ਚ ਵੀ ਭਾਰਤੀ ਜੀ ਮੇਰੇ ਨਾਲ ਹੋਣਗੇ ਔਰ ਸਾਥੀ ਨਛੱਤਰ ਸਿੰਘ ਗਿੱਲ ਵੀ ਸਾਡੇ ਨਾਲ ਨੇ। ਤੋ ਜਿਹੜਾ ਵਿਸ਼ਾ ਚਰਚਾ ਦਾ ਅੱਜ ਬੀਤੇ ਸਨਿਚਰਵਾਰ ਔਰ ਬੀਤੇ ਸ਼ੁੱਕਰਵਾਰ ਬਹੁਤ ਵੱਡੀਆਂ ਰੈਲੀਆਂ ਹੋਈਆਂ ਨੇ ਪੰਜਾਬ ਵਿੱਚ। 16 ਤਰੀਕ ਨੂੰ ਬਰਨਾਲਾ ਵਿਖੇ ਇਕੱਠ ਹੋਇਆ, ਉਸ ਤੋਂ ਬਾਅਦ 17 ਤਰੀਕ ਨੂੰ ਜਲੰਧਰ ਵਿੱਚ ਇਕੱਠ ਹੋਇਆ। ਦੱਸਿਆ ਜਾਂਦਾ ਕਿ 60 ਤੋਂ ਉੱਪਰ ਕਿਸਾਨਾਂ ਦੀਆਂ ਮਜ਼ਦੂਰਾਂ ਦੀਆਂ ਜਥੇਬੰਦੀਆਂ ਜਿਹੜੀਆਂ ਨੇ, ਨੌਜਵਾਨ ਵਿਦਿਆਰਥੀਆਂ ਦੀਆਂ ਜਥੇਬੰਦੀਆਂ, ਸਾਰਿਆਂ ਨੇ ਇਕੱਠੇ ਹੋ ਕੇ ਮੌਜੂਦਾ ਪੰਜਾਬ ਸਰਕਾਰ ਦੇ ਖਿਲਾਫ ਰੈਲੀ ਕੀਤੀ ਹੈ। ਜਿਹੜੇ ਇਸ ਵਕਤ ਕਾਲੇ ਕਾਨੂੰਨ ਜਿਹੜੇ ਲਾਗੂ ਕਰਨ ਦੀ ਕੋਸ਼ਿਸ਼ ਹੈ, ਔਰ ਜਿੰਨੇ ਵੀ ਸੰਘਰਸ਼ਸ਼ੀਲ ਔਰ ਜੁਝਾਰੂ ਲੋਕ ਨੇ, ਜਿਹੜੀਆਂ ਜਥੇਬੰਦੀਆਂ ਨੇ, ਉਹਨਾਂ 'ਤੇ ਰੋਕ ਲਾਈ ਜਾ ਰਹੀ ਹੈ। ਸੋ ਇਹ ਜਿਹੜੀ ਨਵੀਂ ਸਰਕਾਰ, ਖੈਰ ਨਵੀਂ ਤਾਂ ਨਹੀਂ ਹੈ, ਕਾਂਗਰਸ ਨੂੰ ਅਸੀਂ ਕਾਫੀ ਪਹਿਲਾਂ ਤੋਂ ਜਾਣਦੇ ਹਾਂ, ਕਾਂਗਰਸ ਬਾਦਲ ਅਕਾਲੀ ਦਲ BJP ਉਹ ਲੱਗਦਾ ਕਿ ਇੱਕੋ ਹੀ ਸਿੱਕੇ ਦੇ ਕਈ ਪਾਸੇ ਨੇ। ਤੋ ਇਹ ਸਾਰੀਆਂ ਗੱਲਾਂ ਦਾ ਵਿਸਥਾਰ ਸਾਡੇ ਪੰਜਾਬ ਬੈਠੇ ਜਿਹੜੇ ਸਾਥੀ ਨੇ ਉਹਨਾਂ ਨਾਲ ਅਸੀਂ ਮੁਲਾਕਾਤ ਕਰਾਂਗੇ। ਤੋ ਇਸ ਤਰ੍ਹਾਂ ਹੀ ਦੋਸਤੋ ਤੁਸੀਂ ਸਾਡੇ ਨਾਲ ਬਣੇ ਰਹਿਣਾ, ਜਲਦ ਹੀ ਅਸੀਂ ਦੁਬਾਰਾ ਤੁਹਾਡੀ ਸੇਵਾ ਵਿੱਚ ਹਾਜ਼ਰ ਹੋ ਜਾਵਾਂਗੇ।
ਸਾਰੇ ਹੀ ਸੁਣਨ ਵਾਲਿਆਂ ਦਾ ਇੱਕ ਵਾਰ ਫਿਰ ਸਵਾਗਤ ਹੈ ਪ੍ਰੋਗਰਾਮ ਰੇਡੀਓ ਇਨਕਲਾਬ ਵਿੱਚ। ਦੋਸਤੋ, ਅਸੀਂ ਕੋਸ਼ਿਸ਼ ਕਰ ਰਹੇ ਸੀ ਸਾਥੀ ਸਾਹਿਬ ਸਿੰਘ ਬਡਵਰ ਨਾਲ ਰਾਬਤਾ ਕਰਨ ਦੀ, ਉਹਨਾਂ ਦਾ ਫੋਨ ਮਿਲ ਨਹੀਂ ਰਿਹਾ, ਸੋ ਥੋੜ੍ਹੇ ਵਕਤ ਬਾਅਦ ਫਿਰ ਕੋਸ਼ਿਸ਼ ਕਰਾਂਗੇ। ਉਸ ਤੋਂ ਇਲਾਵਾ ਕਰੈਕਸ਼ਨ, ਅਸੀਂ ਕਸ਼ਮੀਰ ਘੋਗਸ਼ੋਰ ਹੋਣਾ ਨਾਲ ਨਹੀਂ, ਅਸੀਂ ਅੱਜ ਜਿਹੜੇ ਸਾਡੇ ਦੂਸਰੇ ਬੁਲਾਰੇ ਨੇ ਉਹ ਨੇ ਕੁਲਵਿੰਦਰ ਵੜੈਚ, ਜਿਹੜੇ ਕਿ ਇਫਟੂ ਤੋਂ ਨੇ, ਇੰਡੀਅਨ ਫੈਡਰੇਸ਼ਨ ਆਫ ਟ੍ਰੇਡ ਯੂਨੀਅਨਸ, ਤੋ ਉਹਨਾਂ ਨਾਲ ਅਸੀਂ ਉਸੇ ਸੇਮ ਵਿਸ਼ੇ 'ਤੇ ਜਲਦ ਰਾਬਤਾ ਕਰਾਂਗੇ। ਤੋ ਇਨ ਦ ਮੀਨ ਟਾਈਮ ਇੱਥੋਂ ਦੇ ਜਿਹੜੀ ਸਰਗਰਮੀਆਂ ਔਰ ਪੋਲੀਟਿਕਸ ਨੇ, ਅੱਜ ਦੀ ਹੋਈ ਖਬਰ ਹੈ ਨਿਊਜ਼ ਰੂਮ 'ਚ, ਇੱਥੋਂ ਦੇ ਜਿਹੜੇ ਪੱਤਰਕਾਰ ਨੇ ਬਰਨਰਡ ਹਿੱਕੀ, ਉਹਨਾਂ ਦੀ ਖਬਰ ਹੈ ਕਿ ਲੇਬਰ ਪਲੈਨਸ ਮਾਈਗਰੈਂਟ ਅਬਿਊਜ਼ ਇਨਕੁਆਇਰੀ, ਮਤਲਬ ਕਿ ਜਿਹੜੀ ਲੇਬਰ ਸਰਕਾਰ ਹੈ ਉਹ ਜਿਹੜਾ ਇੱਥੇ ਮਾਈਗਰੈਂਟ ਵਰਕਰਸ ਦਾ ਸ਼ੋਸ਼ਣ ਹੁੰਦਾ ਹੈ, ਉਹਦੇ ਵਿੱਚ ਉਹਨਾਂ ਨੇ ਇੰਟਰਨੈਸ਼ਨਲ ਵਿਦਿਆਰਥੀਆਂ ਨੂੰ ਵੀ ਸ਼ਾਮਿਲ ਕੀਤਾ ਕਿ ਉਹਨਾਂ ਨਾਲ ਜਿਸ ਤਰ੍ਹਾਂ ਦੀ ਐਕਸਪਲੋਟੇਸ਼ਨ ਹੁੰਦੀ ਹੈ ਉਹ ਸਾਰੇ ਮਸਲੇ ਦੀ ਇਨਕੁਆਇਰੀ ਕਰਨਗੇ। ਤੋ ਇਹ ਗੱਲਬਾਤ ਦੀ ਉਹ ਨਿਊਜ਼ ਦੇ ਮੁਤਾਬਕ, ਉਹਨਾਂ ਨੇ ਕੋਈ ਟਾਈਮ ਫਰੇਮ ਜਾਂ ਟਾਈਮ ਲਾਈਨ ਤਾਂ ਨਹੀਂ ਦੱਸੀ ਕਿ ਇਹ ਇਹਨਾਂ ਨੇ ਕਦੋਂ ਸ਼ੁਰੂ ਕਰਨਾ ਜਾਂ ਕਦੋਂ ਇਸ ਸਿਲਸਿਲੇ ਨੂੰ, ਇਹ ਇਨਵੈਸਟੀਗੇਸ਼ਨ ਨੂੰ ਕੰਪਲੀਟ ਕਰਨਗੇ। ਪਰ ਉਹਨਾਂ ਨੇ ਜਿਹੜੇ ਕੈਬਨਿਟ ਮਿਨਿਸਟਰ ਨੂੰ ਇਹ ਜ਼ਿੰਮੇਵਾਰੀ ਸੌਂਪੀ ਹੈ, ਉਹਨਾਂ ਦਾ ਨਾਂ ਜ਼ਰੂਰ ਨਸ਼ਰ ਕੀਤਾ, ਜੈਨੀ ਸਲੈਸਾ, ਜਿਹੜੇ ਕਿ ਮੇਰੇ ਖਿਆਲ ਐਥਨਿਕ ਮਿਨਿਸਟਰ ਨੇ, ਉਹ ਇੱਕ ਪੋਰਟਫੋਲੀਓ ਉਹਨਾਂ ਦਾ, ਸ਼ਾਇਦ ਹੋਰ ਵੀ ਹੋਣ, ਮੈਨੂੰ ਇਸ ਵਕਤ ਯਾਦ ਨਹੀਂ ਹੈ। ਤੋ ਜੈਨੀ ਸਲੈਸਾ ਨੂੰ ਇਹ ਰਿਸਪੋਂਸਿਬਿਲਿਟੀ ਦਿੱਤੀ ਗਈ ਹੈ ਕਿ ਉਹ ਸਾਰੀ ਗੱਲ ਨੂੰ ਇਹ ਲੀਡ ਕਰਨਗੇ ਇਸ ਇਨਕੁਆਇਰੀ ਨੂੰ। ਬਿਲਕੁਲ ਅਨੂ ਜੀ, ਇਹਦੇ ਵਿੱਚ ਧਿਆਨ 'ਚ ਰੱਖਣ 'ਚ ਅਨੂ ਜਿਹੜਾ ਨੁਕਤਾ ਇਹ ਹੈ ਕਿ ਇਹ ਬਹੁਤ ਲੰਬੇ ਸੰਘਰਸ਼ ਦਾ ਇਹ ਨਤੀਜਾ ਜੀ, ਕਿਉਂਕਿ ਇੱਥੇ ਦੀਆਂ ਜਿਹੜੀਆਂ ਨਿਊਜ਼ੀਲੈਂਡ ਜਿਹੜੀਆਂ ਯੂਨੀਅਨ ਨੇ ਜੀ, ਉਹਨਾਂ ਨੇ ਇਸ ਮਸਲੇ 'ਤੇ ਬਹੁਤ ਜ਼ੋਰ ਲਾਇਆ ਜੀ, ਸਾਡੇ ਵੱਲੋਂ ਮਾਈਗਰੈਂਟ ਵਰਕਰ ਐਸੋਸੀਏਸ਼ਨ ਵੱਲੋਂ ਜਿਹੜੀਆਂ ਹੋਰ ਨਾਲ ਯੂਨੀਅਨ ਜੁੜੀਆਂ ਹੋਈਆਂ, ਅਸੀਂ ਇਸੇ ਰੇਡੀਓ ਮਾਧਿਅਮ ਤੋਂ ਬਹੁਤ ਵਾਰ ਇਹ ਗੱਲ ਦੁਹਰਾ ਚੁੱਕੇ ਹਾਂ ਕਿ ਇਸ ਮਸਲੇ ਦੇ ਵਿੱਚ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਹੈ। ਔਰ ਜਿੱਥੋਂ ਮਤਲਬ ਜਿਹੜੀ ਖਬਰ ਸ਼ੁਰੂ ਹੀ ਹੁੰਦੀ ਹੈ ਉਹ ਇੱਥੋਂ ਹੁੰਦੀ ਹੈ ਕਿ ਇਹ ਗਵਰਨਮੈਂਟ ਵਾਸਤੇ ਇੱਕ ਬਹੁਤ ਘਾਟੇ ਮੰਦਾ ਸੌਦਾ ਹੈ, ਕਿਉਂਕਿ ਜਿਹੜੀ ਇਹ ਇੰਡਸਟਰੀ ਬਣ ਚੁੱਕੀ ਹੈ ਚੂਰ ਬਜ਼ਾਰੀ ਦੀ, ਉਹ 4 to 5 billion dollars ਦੀ ਇੰਡਸਟਰੀ ਬਣ ਚੁੱਕੀ ਹੈ, ਅਤੇ ਇਹ ਜਦੋਂ ਇਨਕੁਆਇਰੀ ਸਾਰਾ ਕੁਛ ਹੋਊਗਾ ਉਹਦਾ ਉਹਦੇ 'ਤੇ ਸਿੱਧਾ ਜਿਹੜਾ ਇਫੈਕਟ ਪਊਗਾ। ਪਰ ਅਸੀਂ ਪਿੱਛੇ 2 ਹਫ਼ਤੇ ਪਹਿਲਾਂ ਜਿੱਥੇ ਆਪਣੇ ਭਾਰਤੀ ਵਿਦਿਆਰਥੀਆਂ ਨੇ ਪਨਾਹ ਲਈ ਸੀ ਚਰਚ ਦੇ ਵਿੱਚ, ਉੱਥੇ ਵੀ ਇੱਕ ਆਪਾਂ ਯੂਟਿਊਬ 'ਤੇ ਪਿਆ ਵੀਡੀਓ ਬਣਾਈ ਆ, ਉਹਦੇ ਵਿੱਚ ਵੀ ਆਪਾਂ ਐਗਜੈਕਟਲੀ ਇਹੀ ਕਿਹਾ ਸੀਗਾ ਕਿ ਜੇ ਇਹਨਾਂ ਗੱਲਾਂ 'ਤੇ ਕੋਈ ਅਸਰ ਨਹੀਂ ਹੁੰਦਾ, ਜਿਹੜੇ ਡਿਪੋਰਟਡ ਵਿਦਿਆਰਥੀ ਉਹ ਨਹੀਂ ਵਾਪਸ ਲਿਆ ਜਾਂਦੇ, ਜਾਂ ਜਿਹੜਾ ਇੱਥੇ ਸ਼ੋਸ਼ਣ ਹੋ ਰਿਹਾ ਖਾਸ ਕਰਕੇ ਭਾਰਤੀ ਵਿਦਿਆਰਥੀਆਂ ਨਾਲ, ਅਤੇ ਅਸੀਂ ਇੱਕ ਬਹੁਤ ਤਿੱਖਾ ਜਿਹੜਾ ਸੰਘਰਸ਼ ਆ ਉਹ ਮੁੜ ਕੇ ਸ਼ੁਰੂ ਕਰਾਂਗੇ। ਪਰ ਇੱਕ ਇਹ ਜਿਹੜੀ ਚੰਗੀ ਖਬਰ ਆ ਜੀ, ਹਾਂਜੀ ਬਿਲਕੁਲ, ਇੱਕ ਪੋਜ਼ਿਟਿਵ ਕਦਮ ਹੋਏਗਾ ਅਗਰ ਇਹ ਇਨਕੁਆਇਰੀ ਕਰਦੇ ਨੇ। ਪਰ ਜਿਹੜਾ ਇਹ ਪੱਤਰਕਾਰ ਕਹਿ ਰਹੇ ਨੇ, ਉਹਨਾਂ ਨੇ ਸ਼ੁਰੂ 'ਚ ਲਿਖਿਆ ਕਿ ਬਰਨਰਡ ਹਿੱਕੀ ਰਿਪੋਰਟਸ ਦ ਫਿਕਸਿਸ ਕੁਡ ਸਲੈਮ ਸਮਾਲ ਬਿਜ਼ਨਸਿਸ ਐਂਡ ਐਜੂਕੇਸ਼ਨ ਐਕਸਪੋਰਟਰਸ, ਸੋ ਕਿ ਇਹ ਇਨਵੈਸਟੀਗੇਸ਼ਨ ਦੇ ਨਤੀਜੇ ਵਜੋਂ ਜਿਹੜੇ ਵੀ ਕੋਈ ਉਹ ਮੈਜਰਸ ਲਾਗੂ ਕਰਨਗੇ ਐਕਸਪਲੋਇਟੇਸ਼ਨ ਹਟਾਉਣ ਲਈ, ਉਹਦੇ ਤੋਂ ਜਿਹੜੇ ਛੋਟੇ ਬਿਜ਼ਨਸ ਨੇ ਔਰ ਖਾਸ ਕਰਕੇ ਜਿਹੜੇ ਉਹ ਮੇਕਸ਼ਿਫਟ ਸਕੂਲ ਨੇ, ਕਾਲਜ ਨੇ, ਉਹਨਾਂ 'ਤੇ ਬੁਰਾ ਅਸਰ ਪਏਗਾ। ਪਰ ਮੈਂ ਇਹ ਥੋੜ੍ਹਾ ਜਿਹਾ ਮੈਂ ਸਹਿਮਤ ਨਹੀਂ ਹਾਂ ਇਸ ਸਟੇਟਮੈਂਟ ਨਾਲ। ਹਾਂ, ਇੱਕਦਮ ਜ਼ਰੂਰ ਇੱਕ ਮਾੜਾ ਅਸਰ ਪੈ ਸਕਦਾ ਆ, ਪਰ ਜੇ ਤੁਸੀਂ ਲੰਬਾ ਸਮਾਂ ਚੱਲ ਕੇ ਦੇਖੋ, ਤੋ ਜਦੋਂ ਅਸੀਂ ਸਾਰੇ
ਕਿਰਤੀਆਂ ਨੂੰ ਕਾਮਿਆਂ ਨੂੰ ਸਹੀ ਉਹਨਾਂ ਦਾ ਵੇਤਨ ਦੇਵਾਂਗੇ ਤੇ ਉਹ ਪੈਸੇ ਦਾ ਉਹਨਾਂ ਨੇ ਕੀ ਕਰਨਾ ਪੈਸਾ ਕੋਈ ਖਾਤੇ ਨਹੀਂ ਨਾ ਸਕਦਾ ਉਹਨੂੰ ਖਰਚਣਗੇ ਨਾ ਤੇ ਉਹ ਦੁਬਾਰਾ ਉਹ ਸਰਕੂਲੇਸ਼ਨ 'ਚ ਹੀ ਆਉਣਾ ਆ ਪੈਸਾ ਸੋ ਅਗਰ ਅਸੀਂ ਇਸ ਤਰ੍ਹਾਂ ਦੇਖੀਏ ਤਾਂ ਉਹ ਦੇਸ਼ ਦੀ ਇਕਾਨਮੀ ਥੋੜਾ ਵਕਤ ਜ਼ਰੂਰ ਲੱਗ ਜਾਏਗਾ ਪਰ ਉਸ ਤਰੀਕੇ ਨਾਲ ਬੂਸਟ ਹੋਏਗੀ ਸਾਡੀ ਇਕਾਨਮੀ ਬਿਲਕੁਲ 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 ਔਰ ਇਹਦੇ ਵਿੱਚ ਜਿਹੜੇ ਵਕੀਲ ਨੇ ਅਲਿਸਟਰ ਮੈਕਲਮਾਊਂਟ ਉਹ ਜਿਹੜੀਆਂ ਅਸੀਂ ਗੱਲਾਂ ਇਸ ਰੇਡੀਓ ਮਾਧਿਅਮ ਤੋਂ ਜਾਂ ਤੁਹਾਡੇ ਅਨੁਜੀ ਆਰਟੀਕਲ ਅਸੀਂ ਬੜੇ ਚਿਰਾਂ ਤੋਂ ਕਹਿੰਦੇ ਆਏ ਹਾਂ ਕਿ ਬੜੇ ਇੱਕ ਸਕੀਮ ਦੇ ਤਹਿਤ ਜਿਹੜੀ ਸਸਤੀ ਲੇਬਰ ਆ ਜਿਹੜੀ ਉਹ ਹਿੰਦੁਸਤਾਨ ਤੋਂ ਲਿਆਂਦੀ ਜਾ ਰਹੀ ਇਹ ਸਟੂਡੈਂਟ ਦਾ ਬਹਾਨਾ ਲਾ ਕੇ ਕਿਉਂਕਿ ਜੇ ਸੱਚੀ 'ਚ ਹੀ ਉਹਨਾਂ ਦਾ ਖਿਆਲ ਰੱਖਣਾ ਹੁੰਦਾ ਤਾਂ ਇਨਕੁਆਇਰੀ ਬਹੁਤ ਪਹਿਲਾਂ ਦੀ ਅਨੁਜੀ ਹੋ ਜਾਣੀ ਚਾਹੀਦੀ ਸੀਗੀ ਔਰ ਸਾਰਾ ਕੁਛ ਬਿਲਕੁਲ ਅੱਖਾਂ ਦੇ ਸਾਹਮਣੇ ਦਿਸਦਾ ਪਿਆ ਸੀਗਾ ਦੇਰ ਆਏ ਦਰੁਸਤ ਆਏ ਪਰ ਜਿੱਦਾਂ ਤੁਸੀਂ ਪਹਿਲਾਂ ਕਿਹਾ ਜਿਹੜੇ ਕੈਬਨਿਟ ਮਿਨਿਸਟਰ ਨੂੰ ਇਹ ਜ਼ਿੰਮੇਵਾਰੀ ਸੌਂਪੀ ਹੈ ਉਹਨਾਂ ਦਾ ਨਾਂ ਨਸ਼ਰ ਕਰ ਦਿੱਤਾ ਗਿਆ ਸੋ ਕੋਈ ਨਾ ਕੋਈ ਮੰਤਰੀ ਇਸ ਵਕਤ ਸਾਰੀ ਗੱਲ ਹੀ ਅਕਾਊਂਟੇਬਲ ਹੈ ਤੋ ਅਗਰ ਫੋਲੋ ਅਪ ਕਰਨਾ ਹੋਏ ਸਾਨੂੰ ਪਤਾ ਹੈ ਕਿ ਅਸੀਂ ਕਿਹਦੇ ਨਾਲ ਜਾ ਕੇ ਮਿਲ ਸਕਦੇ ਹਾਂ ਕਿਹਦੇ ਨਾਲ ਗੱਲਬਾਤ ਕਰ ਸਕਦੇ ਹਾਂ ਬਿਲਕੁਲ ਅਨੂ ਜੀ ਅਸੀਂ ਰਸਤੇ 'ਚ ਆਉਂਦੇ ਹੋਏ ਗੱਲਾਂ ਕਰਦੇ ਸੀ ਕਿ ਜੇ ਗਵਰਨਮੈਂਟ ਦੋ ਸਿਰਫ ਕੰਮ ਕਰ ਦੇਵੇ ਇੱਕ ਤਾਂ ਜਿਹੜਾ ਵੀਜ਼ਾ ਆ ਉਹ ਜਿਹੜਾ ਇੰਪਲੋਇਰ ਆ ਉਹਦੇ ਨਾਲ ਅਟੈਚ ਹੋਣਾ ਬੰਦ ਹੋ ਜਾਵੇ ਕਿਉਂਕਿ ਉਹ ਸਭ ਤੋਂ ਜਿਹੜਾ ਤਕੜਾ ਐਕਸਪਲੋਇਟੇਸ਼ਨ ਜਿੱਥੇ ਸਭ ਤੋਂ ਜ਼ਿਆਦਾ ਹੁੰਦੀ ਹੈ ਤੇ ਦੂਸਰਾ ਜਿਹੜਾ ਉਹ ਥ੍ਰੈਸ਼ਹੋਲਡ ਆ ਜਿਹੜਾ ਤਨਖਾਹ ਦਾ ਉਹ ਘਟਾ ਦਿੱਤਾ ਜਾਵੇ ਔਰ ਉਹਨੀਆਂ ਤਨਖਾਹਾਂ ਫਿਰ ਬਾਕੀ ਉਹਨਾਂ ਦੇ ਪਾਕਟ ਦੇ ਵਿੱਚ ਮਿਲਣ ਵੀ ਔਰ ਜਿਹੜਾ ਵੀ ਕੋਈ ਜਿਹੜਾ ਵਿਸਲ ਬਲੋਰ ਹੈ ਉਹਨੂੰ ਬਕਾਇਦਾ ਪ੍ਰੋਟੈਕਸ਼ਨ ਦਿੱਤੀ ਜਾਵੇ ਔਰ ਮੈਂ ਤਾਂ ਕਹੂੰਗਾ ਕਿ ਜਿਹੜਾ ਸਭ ਤੋਂ ਵੱਡਾ ਹੈ ਕਿ ਹਜੇ ਤੱਕ ਵੀ ਕੋਈ ਐਗਜ਼ਾਮਪਲ ਬਹੁਤ ਕੋਈ ਵਧੀਆ ਸੈਟਅਪ ਨਹੀਂ ਕੀਤੀ ਗਈ ਕਿ ਜਿੱਥੇ ਇਹ ਜਿਹੜੇ ਲੁੱਟ ਸੁੱਟ ਕਰ ਰਹੇ ਨੇ ਉਹਨਾਂ ਨੂੰ ਕੋਈ ਸਜ਼ਾਵਾਂ ਨਹੀਂ ਮਿਲ ਰਹੀਆਂ ਉਹ ਆਰਾਮ ਦੇ ਨਾਲ ਸਾਰੇ ਸਿਸਟਮ ਦਾ ਕਰਕੇ ਤੇ ਫਿਰ ਉਹ ਆਰਾਮ ਦੇ ਨਾਲ ਬਰੀ ਹੁੰਦੇ ਆ ਜਾਂ ਇੰਡੀਆ ਨੂੰ ਭੱਜ ਜਾਂਦੇ ਜਿੱਦਾਂ ਮਸਾਲਾ ਕੇਸ ਮਸਾਲਾ ਰੈਸਟੋਰੈਂਟ ਵਾਲੇ ਉਹਨਾਂ ਨੇ ਪਹਿਲਾਂ ਹੀ ਕਾਫੀ ਸਾਰੇ ਆਪਣੇ ਜਿਹੜੇ ਐਸੈਟਸ ਹਨ ਉਹ ਇੱਥੋਂ ਆਪਣੇ ਦੇਸ਼ ਮੂਵ ਕਰ ਲਏ ਹੋਏ ਸੀ ਉਸ ਤੋਂ ਬਾਅਦ ਉਹ ਖੁਦ ਵੀ ਚਲੇ ਗਏ ਆਪਣੀ ਡਿਪੋਰਟੇਸ਼ਨ ਦੀ ਡੇਟ ਤੋਂ ਬਾਅਦ ਭਾਰਤੀਆਂ ਦੀ ਲੁੱਟ ਕਰਕੇ ਮੁੜ ਕੇ ਪੈਸਾ ਫਿਰ ਭਾਰਤ ਹਾਂਜੀ ਹਾਂ ਮੇਰਾ ਖਿਆਲ ਉਹ ਮੋਦੀ ਦਾ ਜਿਹੜਾ ਕਾਲਾ ਧਨ ਉਹਨੂੰ ਲੱਭਦਾ ਨਹੀਂ ਪਿਆ ਸ਼ਾਇਦ ਇੱਦਾਂ ਤੇ ਲੋਕਾਂ ਕੋਲ ਹੀ ਪਿਆ ਹੋਇਆ ਤੋ ਹਾਂ ਬਿਲਕੁਲ ਔਰ ਜਿਹੜੀ ਵਿਸਲ ਬਲੋਅਰਸ ਦੀ ਤੁਸੀਂ ਗੱਲ ਕਰਦੇ ਭਾਰਤੀ ਜੀ ਉਹਦੇ 'ਚ ਇਹ ਹੈ ਕਿ ਅਗਰ ਦੇਖੋ ਕੋਈ ਵੀ ਜਿਹੜਾ ਵਰਕਰ ਹੈ ਮਾਈਗ੍ਰੈਂਟ ਵਰਕਰ ਹੈ ਉਹ ਅਗਰ ਆਪਣੇ ਸ਼ੋਸ਼ਣ ਦੀ ਸ਼ਿਕਾਇਤ ਕਰਦਾ ਹੈ ਤੋ ਸਭ ਤੋਂ ਪਹਿਲਾਂ ਕੀ ਹੁੰਦਾ ਕਿ ਉਹਦਾ ਵੀਜ਼ਾ ਜਿਹੜਾ ਉਹ ਕੈਂਸਲ ਹੋਣ ਦਾ ਖਤਰਾ ਹੁੰਦਾ ਔਰ ਉਹਨੂੰ ਵਾਪਸ ਇੱਥੋਂ ਭੇਜ ਦਿੱਤਾ ਜਾਏਗਾ ਹਾਲਾਂਕਿ ਕਸੂਰ ਉਸ ਵਰਕਰ ਦਾ ਨਹੀਂ ਹੁੰਦਾ ਤੋ ਸਾਡੀ ਇਹ ਵੀ ਮੰਗ ਬਹੁਤ ਵਾਰੀ ਰਹੀ ਹੈ ਹਾਲੇ ਵੀ ਹੈ ਕਿ ਉਸ ਤਰ੍ਹਾਂ ਦੇ ਜਿਹੜੇ ਵਰਕਰਸ ਨੇ ਜਿਹੜੇ ਇੰਨੀ ਬਹਾਦਰੀ ਕਰਦੇ ਨੇ ਕਿ ਉਹ ਸਾਰਾ ਆਪਣਾ ਜਿਹੜਾ ਉਹਨਾਂ ਦਾ ਸ਼ੋਸ਼ਣ ਹੈ ਉਹਦਾ ਬਿਆਨ ਕਰਦੇ ਨੇ ਪਬਲਿਕਲੀ ਤੋ ਉਹਨਾਂ ਨੂੰ ਕਿਸੇ ਨਾ ਕਿਸੇ ਤਰ੍ਹਾਂ ਦੀ ਪ੍ਰੋਟੈਕਸ਼ਨ ਦਿੱਤੀ ਜਾਵੇ ਤਾਂ ਕਿ ਉਹਨਾਂ ਨੂੰ ਭਰੋਸਾ ਹੋਵੇ ਕਿ ਉਹ ਆਵਾਜ਼ ਉਠਾਉਣ ਕਰਕੇ ਉਹਨਾਂ ਨੂੰ ਸਜ਼ਾ ਨਹੀਂ ਦਿੱਤੀ ਜਾਏਗੀ ਬਲਕਿ ਉਹਨਾਂ ਨੂੰ ਹੋਰ ਸੁਰੱਖਿਆ ਪ੍ਰਦਾਨ ਕੀਤੀ ਜਾਏਗੀ ਤੋ ਉਹਦੇ ਵਿੱਚ ਅਗਰ ਕਿਸੇ ਦਾ 2 ਸਾਲ ਦਾ ਵਰਕ ਵੀਜ਼ਾ ਤੋ ਇਹ ਵੀ ਹੋ ਸਕਦਾ ਕਿ ਉਹ ਦੁਬਾਰਾ 2 ਸਾਲ ਸ਼ੁਰੂ ਕੀਤੇ ਜਾਣ ਔਰ ਵਰਕ ਵੀਜ਼ਾ ਓਪਨ ਹੋਵੇ ਕਿਸੇ ਵੀ ਇੰਪਲੋਇਰ ਨਾਲ ਅਟੈਚ ਨਾ ਹੋਵੇ ਅਗਰ ਇੰਨਾ ਕੁ ਛੋਟਾ ਜਿਹਾ ਵੀ ਸਟੈਪ ਜਿਹੜਾ ਉਹ ਚੁੱਕ ਲਿਆ ਜਾਵੇ ਤੋ ਮੈਨੂੰ ਲੱਗਦਾ ਕਿ ਕਾਫੀ ਸਾਰੇ ਵਰਕਰ ਜਿਹੜੇ ਨੇ ਉਹ ਜ਼ਰੂਰ ਅੱਗੇ ਆ ਕੇ ਆਪਣੀ ਗੱਲ ਰੱਖਣਗੇ ਬਿਲਕੁਲ ਅਨੂ ਜੀ ਜਿਹੜੀ ਖਾਸ ਗੱਲ ਕਿ ਜਿਹੜਾ ਮਤਲਬ ਬਿਲਕੁਲ ਸਮਝ ਤੋਂ ਬਾਹਰ ਗੱਲ ਹੈ
ਕਿ ਜਦੋਂ ਜਿਹੜਾ ਵੀਜ਼ਾ ਆ ਉਹ ਇੰਪਲੋਇਰ ਦੇ ਨਾਲ ਅਟੈਚ ਕੀਤਾ ਜਾਂਦਾ ਕਿਉਂਕਿ ਬਿਲਕੁਲ ਸੈਂਸ ਨਹੀਂ ਬਣਦੀ ਉਸ ਚੀਜ਼ ਦੀ ਜੀ ਹਾਂ ਉਹ ਇੱਕ ਤਰ੍ਹਾਂ ਦਾ 1 ਸਾਲ ਦਾ ਵਰਕ ਪਰਮਿਟ ਲੱਗਿਆ ਗੁਲਾਮੀ ਹੈ ਉਹ ਕਿਉਂਕਿ ਫਿਰ ਇੱਥੇ ਵਾਲੇ ਕੰਮਿਆਂ ਦੇ ਤੇ ਫਿਰ ਜਿਹੜੇ ਉੱਥੋਂ ਆਏ ਨੇ ਕੰਮ ਉਹਨਾਂ ਦੇ ਰੂਲ ਉਹਨਾਂ ਦੇ ਦੋ ਵੱਖਰੇ ਵੱਖਰੇ ਕਿਉਂ ਨੇ ਵੱਖਰੇ ਹਾਲਾਂਕਿ ਜਿਹੜਾ ਨਿਊਜ਼ੀਲੈਂਡ ਇੰਪਲੋਇਮੈਂਟ ਐਕਟ ਹੈ ਉਹ ਸੇਮ ਹੈ ਸਾਰਿਆਂ ਲਈ ਚਾਹੇ ਤੁਸੀਂ ਮਾਈਗ੍ਰੈਂਟ ਵਰਕਰ ਹੋ ਚਾਹੇ ਇੱਥੋਂ ਦੇ ਵਰਕਰ ਹੋ ਪਰ ਉਹ ਇਮੀਗ੍ਰੇਸ਼ਨ ਦੀਆਂ ਜਿਹੜੀਆਂ ਪੋਲਿਸੀਜ਼ ਨੇ ਨਾ ਉੱਥੇ ਕਾਫੀ ਆ ਕੇ ਫਰਕ ਪੈਂਦਾ ਤੋ ਸਾਡੀ ਤਾਂ ਇਹੋ ਮੰਗ ਰਹੇਗੀ ਕਿ ਸਾਰਿਆਂ ਨੂੰ ਇੱਕੋ ਜਿਹੇ ਤਰੀਕੇ ਨਾਲ ਟ੍ਰੀਟ ਕੀਤਾ ਜਾਵੇ ਬਹੁਤ ਅਨੂ ਜੀ ਕਾਫੀ ਕੇਸਿਸ ਬੜੇ ਖੌਫਨਾਕ ਸਾਹਮਣੇ ਆ ਰਹੇ ਆ ਇਹ ਜਿਹੜੀ ਐਕਸਪਲੋਇਟੇਸ਼ਨ ਦੇ ਜਿਹੜੇ ਅਸੀਂ ਓਪਨਲੀ ਡਿਸਕਸ ਨਹੀਂ ਕਰ ਸਕਦੇ ਪਰ ਹਾਲਤ ਕਾਫੀ ਗੰਭੀਰ ਆ ਜਿਹੜੇ ਖਾਸ ਕਰਕੇ ਜਿਹੜੇ ਉਹਨਾਂ ਨੂੰ ਆਪਣੇ ਕੰਮ ਦੇ ਪੈਸੇ ਨਹੀਂ ਮਿਲਦੇ ਉਹ ਇੱਕ ਵੱਖਰਾ ਜਿਹੜਾ ਜਿਹੜਾ ਇੱਕ ਉਹਨਾਂ ਦਾ ਸਮਾਜਿਕ ਜਿਹੜਾ ਸ਼ੋਸ਼ਣ ਹੋ ਰਿਹਾ ਹੈ ਜਿਹੜੇ ਉਹਦੇ ਇਫੈਕਟ ਨੇ ਉਹਨਾਂ ਦੇ ਰਿਲੇਸ਼ਨਸ਼ਿਪ ਦੇ ਉੱਪਰ ਆਪਣੇ ਪੇਰੈਂਟਸ ਨਾਲ ਆਪਣੇ ਭੈਣ ਭਰਾਵਾਂ ਨਾਲ ਆਪਣੇ ਪਾਰਟਨਰ ਦੇ ਨਾਲ ਉਹ ਇੱਕ ਮਤਲਬ ਪੂਰੇ ਦਾ ਪੂਰਾ ਰਹਿੰਦੀ ਜ਼ਿੰਦਗੀ ਵਾਸਤੇ ਉਹਨਾਂ ਦਾ ਜਿਹੜਾ ਆ ਦੇਖੋ ਅੱਜ ਕੱਲ੍ਹ ਬੜੀ ਆਮ ਜੀ ਗੱਲ ਹੋ ਗਈ ਹੈ ਪਿਛਲੇ ਮੈਂ 1-2 ਸਾਲ ਤੋਂ ਦੇਖ ਰਹੀ ਹਾਂ ਕਿ ਪੰਜਾਬ 'ਚ ਜਿਹੜੇ ਵਿਆਹ ਹੁੰਦੇ ਨੇ ਉਹ ਇਸ ਤਰ੍ਹਾਂ ਹੁੰਦੇ ਨੇ ਕਿ ਲੜਕੀ ਜਿਹੜੀ ਹੈ ਉਹ ਓਬਵੀਅਸਲੀ ਆਲਰੇਡੀ ਕਾਫੀ ਪੜ੍ਹੀ ਲਿਖੀ ਹੈ ਲੜਕਾ ਇੰਨਾ ਜ਼ਿਆਦਾ ਪੜ੍ਹਾ ਨਹੀਂ ਹੈ ਤੋ ਲੜਕੀ ਨੇ ਬਾਹਰਲੇ ਕਿਸੇ ਦੇਸ਼ ਜਾ ਕੇ ਸਟੂਡੈਂਟ ਵੀਜ਼ਾ ਲੈ ਕੇ ਪੜ੍ਹਨਾ ਹੈ ਤੋ ਸਾਰੇ ਦੇਸ਼ ਹੀ ਤਕਰੀਬਨ ਅਲਾਓ ਕਰਦੇ ਨੇ ਕਿ ਤੁਹਾਡਾ ਜਿਹੜਾ ਜੀਵਨ ਸਾਥੀ ਉਹ ਵੀ ਨਾਲ ਕਿਸੇ ਨਾ ਕਿਸੇ ਤਰ੍ਹਾਂ ਦੇ ਵੀਜ਼ੇ 'ਤੇ ਤੁਹਾਡੇ ਨਾਲ ਆ ਜਾਂਦਾ ਤੋ ਉਹ ਲੜਕਾ ਵੀ ਨਾਲ ਚਲਾ ਗਿਆ ਤੋ ਉਹ ਸਾਰੇ ਕੰਮ 'ਚ ਜਿਹੜਾ ਪੈਸਾ ਆ ਉਹ ਲੜਕੇ ਵਾਲਿਆਂ ਨੇ ਲਗਾਇਆ ਹੁੰਦਾ ਹੈ ਤੋ ਮਤਲਬ ਕਿ ਉਹ ਇੱਕ ਵਿਆਹ ਤਾਂ ਜੀਵਨ ਦੀ ਸ਼ੁਰੂਆਤ ਹੀ ਇੱਕ ਫਾਈਨੈਂਸ਼ੀਅਲ ਟ੍ਰਾਂਜੈਕਸ਼ਨ ਵਾਂਗੂ ਕੀਤੀ ਜਾਂਦੀ ਹੈ ਇੱਕ ਸਹੀ ਰਿਸ਼ਤੇ ਤਾਂ ਨਹੀਂ ਹੁੰਦੀ ਹਾਂ ਇੱਕ ਉਹ ਸਹੀ ਬੁਨਿਆਦ ਨਹੀਂ ਹੈ ਤੋ ਜਦੋਂ ਸਾਡੇ ਰਿਸ਼ਤੇ ਇਸ ਤਰ੍ਹਾਂ ਉਹਨਾਂ ਦੀ ਬੁਨਿਆਦ ਇਸ ਤਰ੍ਹਾਂ ਦੀ ਹੈ ਤੋ ਆਉਣ ਵਾਲਾ ਜੀਵਨ ਅਸੀਂ ਆਪੇ ਕਿਆਸ ਕਰ ਸਕਦੇ ਹਾਂ ਕਿ ਕਿਸ ਤਰ੍ਹਾਂ ਦਾ ਹੋਵੇਗਾ ਉਹਨਾਂ ਦਾ ਬਿਲਕੁਲ ਅਨੂ ਜੀ ਆਪਾਂ ਇਹਦੀ ਫਿਰ ਡਿਟੇਲ ਦਿੰਦੇ ਰਹਾਂਗੇ ਕਿ ਇਹ ਇਨਕੁਆਇਰੀ ਕਿੱਥੇ ਤੱਕ ਜਾਂਦੀ ਹੈ ਪਰ ਇੱਕ ਗੱਲ ਪੱਕੀ ਹੈ ਇਹ ਜਿੱਦਾਂ ਇਹ ਆਰਟੀਕਲ ਆਪਣੇ ਖਬਰ ਦੇ ਵਿੱਚ ਵੀ ਕਿਹਾ ਜਾ ਰਿਹਾ ਕਿ ਹੁਣ ਤੱਕ ਜੇ ਕੋਈ ਇਨਕੁਆਇਰੀ ਰੁਕੀ ਹੋਈ ਸੀ ਉਹ ਇਸ ਕਰਕੇ ਰੁਕੀ ਹੋਈ ਸੀਗੀ ਕਿਉਂਕਿ 5 ਬਿਲੀਅਨ ਦੀ ਇੰਡਸਟਰੀ ਹੈ ਇਸ ਕਰਕੇ ਸਾਨੂੰ ਅਸੀਂ ਕਨਵਿੰਸਡ ਹਾਂ ਕਿ ਇਹ ਸ਼ੁਰੂ ਤੋਂ ਹੀ ਸਾਰਾ ਕੁਛ ਜੋ ਚੱਲ ਰਿਹਾ ਸੀਗਾ ਪਹਿਲੀ ਵਾਰੀ ਗਵਰਨਮੈਂਟ ਨੂੰ ਉਹਨਾਂ ਨੂੰ ਧਿਆਨ ਦੇ ਵਿੱਚ ਸੀਗਾ ਤੇ ਜਿਹੜੀ ਹੁਣ ਵਾਲੀ ਗਵਰਨਮੈਂਟ ਆ ਚਲੋ ਦੇਖਦੇ ਗਾਹਾਂ ਕੀ ਕਰਦੇ ਦੇਖਿਆ ਜਾਏਗਾ ਹਾਂਜੀ ਤੋ ਅਸੀਂ ਦੁਬਾਰਾ ਕੋਸ਼ਿਸ਼ ਕਰਾਂਗੇ ਆਪਣੇ ਸਾਥੀਆਂ ਨੂੰ ਕੰਟੈਕਟ ਕਰਨ ਦੀ ਜੀ ਕੁਲਵਿੰਦਰ ਹੁਣ ਜੀ ਠੀਕ ਹੈ ਤੋ ਦੋਸਤੋ ਇਸ ਤਰ੍ਹਾਂ ਤੁਸੀਂ ਸਾਡੇ ਨਾਲ ਬਣੇ ਰਹਿਣਾ ਇੱਕ ਗੀਤ ਪਲੇ ਕਰਕੇ ਅਸੀਂ ਤੋ ਦੁਬਾਰਾ ਕੋਸ਼ਿਸ਼ ਕਰਾਂਗੇ ਫੋਨ ਕਰਨ ਦੀ ਉਹ ਬੋਲ ਹਰ ਸਮੇਂ ਕਿਰਤੀਆਂ ਨੂੰ ਆਪਣੇ ਹੱਕਾਂ ਲਈ ਸੰਘਰਸ਼ ਕਰਨ ਲਈ ਪ੍ਰੇਰਨਾ ਦਿੰਦੇ ਰਹੇ ਪਾਸ਼ ਆਪਣੇ ਗੀਤ ਵਿੱਚ ਕੱਖਾਂ ਦੀ ਕੁੱਲੀ ਨੂੰ ਸੰਬੋਧਨ ਹੈ ਕੱਖਾਂ ਦੀ ਇਹ ਕੁੱਲੀ ਹੈ ਮਿੱਟੀ ਏ ਪਹਾੜ ਬਣ ਜਾਏ ਨੀ ਤੂੰ ਆਪਣੀ ਕਮਾਈ ਸਭ ਰੱਖਣੀ ਕਿਰਤੀ ਦੀ ਏ ਕੁੱਲੀਏ ਲੱਖ ਲੱਖ ਦਾ ਤੇਰਾ ਕੱਖ ਨੀ ਕਿਰਤੀ ਦੀ ਏ ਕੁੱਲੀਏ ਕੱਖਾਂ ਦੀ ਏ ਕੁੱਲੀਏ ਮੀਨਾਰ ਬਣ ਜਾਏ ਪੈਰਾਂ ਦੀ ਏ ਮਿੱਟੀ ਏ ਪਹਾੜ ਬਣ ਜਾਏ ਨੀ ਤੂੰ ਆਪਣੀ ਕਮਾਈ ਸਭ ਰੱਖਣੀ ਕਿਰਤੀ ਦੀ ਏ ਕੁੱਲੀਏ ਲੱਖ ਲੱਖ ਦਾ ਤੇਰਾ ਕੱਖ ਨੀ ਕਿਰਤੀ ਦੀ ਏ ਕੁੱਲੀਏ
ਦੋਸਤੋ ਇਸ ਵਕਤ ਸਾਡੇ ਨਾਲ ਕੁਲਵਿੰਦਰ ਵੜੈਚ ਹੋ ਗਏ ਨੇ ਜਿਹੜੇ ਕਿ ਇਫਟੂ ਤੋਂ ਨੇ ਤੋ ਉਹਨਾਂ ਨਾਲ ਅਸੀਂ ਗੱਲਬਾਤ ਕਰਨ ਜਾ ਰਹੇ ਹਾਂ ਸਾਥੀ ਜੀ ਸਵਾਗਤ ਹੈ ਤੁਹਾਡਾ ਰੇਡੀਓ ਇਨਕਲਾਬ ਤੇ ਹਾਂਜੀ ਤੋ ਸਾਥੀ ਜੀ ਇਹੀ ਐਗਜੈਕਟਲੀ ਜਿਹੜਾ ਪੰਜਾਬ ਦੇ ਵਿੱਚ ਭਾਰਤ ਦੇ ਵਿੱਚ ਜਿਹੜੇ ਕਾਲੇ ਕਾਨੂੰਨ ਨੇ ਉਹਨਾਂ ਦੇ ਬਾਰੇ ਤੁਹਾਡੇ ਨਾਲ ਪਹਿਲਾਂ ਵੀ ਗੁਫ਼ਤਗੂ ਹੋ ਚੁੱਕੀ ਹੈ ਪਰ ਉਹ ਉਦੋਂ ਬਾਦਲਾਂ ਦੀ ਸਰਕਾਰ ਸੀਗੀ ਤੇ ਉਦੋਂ ਬਾਦਲਾਂ ਨੇ ਸਿਰਫ ਇਹ ਕੋਸ਼ਿਸ਼ ਕੀਤੀ ਸੀ ਕਿ ਇਹ ਕਾਲੇ ਕਾਨੂੰਨ ਜਿਹੜੇ ਨੇ ਪਕੋਕਾ ਵਰਗੇ ਜਾਂ ਜਿਹੜੀ ਨਿੱਜੀ ਜਾਇਦਾਦ ਨੂੰ ਨੁਕਸਾਨ ਵਿਰੋਧ ਜਿਹੜੇ ਕਾਨੂੰਨ ਨੇ ਉਹਨਾਂ ਨੇ ਲਾਗੂ ਨਹੀਂ ਸੀ ਕੀਤਾ ਪਰ ਜਿਹੜੀ ਕਾਂਗਰਸ ਸਰਕਾਰ ਆ ਇਹਨਾਂ ਨੇ ਇਹ ਘਨੌਣਾ ਕੰਮ ਕੀਤਾ ਕਿ ਉਹਨਾਂ ਨੂੰ ਲਾਗੂ ਕੀਤਾ ਔਰ ਇਹ ਇੱਕ ਜਿਹੜਾ ਬਹਾਨਾ ਵਰਤਿਆ ਜਾ ਰਿਹਾ ਹੈ ਕਿ ਇੱਕ ਕ੍ਰਾਈਮ ਨੂੰ ਹਟਾਉਣ ਵਾਸਤੇ ਆ ਜਦਕਿ ਜਿਹੜੇ ਕਾਰਨ ਆ ਇਹਨੂੰ ਲਾਗੂ ਕਰਨ ਦੇ ਉਹ ਜਿਹੜੀਆਂ ਘੱਟ ਗਿਣਤੀਆਂ ਜਿਹੜੇ ਚੱਲ ਰਹੇ ਸੰਘਰਸ਼ ਨੇ ਇਹਨਾਂ ਸਰਕਾਰਾਂ ਦੇ ਖਿਲਾਫ ਉਹਨਾਂ ਨੂੰ ਖਤਮ ਕਰਨ ਵਾਸਤੇ ਆ ਸਾਡੇ ਸਰੋਤਿਆਂ ਨਾਲ ਸਾਂਝ ਪਾਓ ਕਿ ਅਸਲ ਦੇ ਵਿੱਚ ਇਹਦੇ ਵਿੱਚ ਕੀ ਬੈਠਾ ਹੋਇਆ ਇਹ ਜਿਹੜੇ ਕਾਨੂੰਨ ਲੋਕਾਂ 'ਤੇ ਜਬਰ ਦੇ ਕਾਨੂੰਨ ਲਾਗੂ ਕਰਨ ਜਾ ਰਹੇ ਨੇ ਹਾਂਜੀ ਅਸਲ 'ਚ ਨਾ ਇਹ ਅਸੀਂ ਇਹਨਾਂ ਨੂੰ ਇਹ ਗੱਲ ਸਮਝਣ ਦੀ ਲੋੜ ਹੈ ਵੀ ਕਾਲੇ ਕਾਨੂੰਨ ਕਿਉਂ ਕਹਿੰਦੇ ਆ ਬਲੈਕ ਲਾਜ ਅਸੀਂ ਇਹਨਾਂ ਨੂੰ ਕਹਿੰਦੇ ਆ ਕਿਉਂ ਕਹਿੰਦੇ ਆ ਐਕਚੁਲੀ ਜਿਹੜੇ ਸਾਡੇ ਸੰਵਿਧਾਨਕ ਰਾਈਟਸ ਹੈਗੇ ਆ ਫੰਡਾਮੈਂਟਲ ਰਾਈਟਸ ਹੈ ਜੀ ਜਦੋਂ ਉਹਨਾਂ ਦੀ ਜਿਹੜਾ ਹਨਨ ਹੁੰਦਾ ਹੈ ਜੀ ਜਿਵੇਂ ਸਾਨੂੰ ਫਰੀਡਮ ਆਫ ਸਪੀਚ ਹੈ ਜੀ ਐਂਡ ਐਕਸਪ੍ਰੈਸ਼ਨ ਹੈ ਜੀ ਬੋਲਣ ਦੀ ਆਜ਼ਾਦੀ ਹੈ ਉਹਦੇ ਤੇ ਜਦੋਂ ਪਾਬੰਦੀ ਲਾਈ ਜਾਂਦੀ ਹੈ ਧਰਨਾ ਦੇਣ ਰੈਲੀ ਕਰਨ ਨਜ਼ਾਰਾ ਕਰਨ ਦੀ ਆਜ਼ਾਦੀ ਹੈ ਸੰਵਿਧਾਨਕ ਰਾਈਟਸ ਹੈ ਸਾਡੇ ਜੀ ਉਹਨਾਂ ਸੰਵਿਧਾਨਕ ਰਾਈਟਸ ਨੂੰ ਕਰਟੇਲ ਕੀਤਾ ਜਾਂਦਾ ਰੋਕਿਆ ਜਾਂਦਾ ਤਾਂ ਉਹਨੂੰ ਅਸੀਂ ਕਾਲੇ ਕਾਨੂੰਨ ਦੇ ਰੂਪ ਚ ਲੈਂਦੇ ਜੀ ਇਹ ਜਿਹੜੇ ਕਾਲੇ ਕਾਨੂੰਨ ਹੈ ਇਹ ਕੋਈ ਅੱਜ ਨਵੇਂ ਨਹੀਂ ਬਣੇ ਹੈਗੇ ਇਹ ਤੋਂ ਪਹਿਲਾਂ ਵੀ ਕਾਲੇ ਕਾਨੂੰਨ ਜਦੋਂ ਤੋਂ ਆਜ਼ਾਦੀ ਤੋਂ ਬਾਅਦ 1967 ਦੇ ਵਿੱਚ ਜੀ UAPA ਲੈ ਕੇ ਆਈ ਹੈ ਇੰਦਰਾ ਗਾਂਧੀ ਔਰ ਉਸ ਵੇਲੇ ਵੀ ਉਹਦੀ ਪਿੱਠ ਭੂਮੀ ਇਹ ਸੀਗੀ ਕਿ ਦੋ ਜੰਗਾਂ ਦਾ ਸਾਹਮਣਾ ਅਸੀਂ ਕਰ ਚੁੱਕੇ ਸੀ ਇੱਕ 62 ਦੀ ਤੇ ਇੱਕ ਪਾਕਿਸਤਾਨ ਨਾਲ ਤੇ ਇੱਕ ਚਾਈਨਾ ਨਾਲ ਜੀ ਤੇ ਕਾਂਗਰਸ ਪਾਰਟੀ ਦੇ ਅੰਦਰ ਵੀ ਕ੍ਰਾਈਸਿਸ ਸੀ ਉਹਦੇ ਚੋਂ ਲੋਕਾਂ ਦੀ ਆਵਾਜ਼ ਨੂੰ ਬੰਦ ਕਰਨ ਦੇ ਲਈ ਸੰਕਟ ਨੂੰ ਜਿਹੜਾ ਦਬਾ ਕੇ ਰੱਖਣ ਦੇ ਲਈ ਜਿਹੜਾ ਉਹ ਕਾਲਾ ਕਾਨੂੰਨ UAPA ਲੈ ਕੇ ਆਏ ਫਿਰ ਉਹ ਤੋਂ ਬਾਅਦ ਵੀ ਬਹੁਤ ਸਾਰੇ ਕਾਨੂੰਨ ਆਏ ਆਪਣੇ ਪੰਜਾਬ ਚ 85 ਚ ਟਾੜਾ ਲੈ ਕੇ ਬਿਲਕੁਲ ਟਾੜਾ ਜਦੋਂ ਟੈਰਿਸਟਾਂ ਦੀ ਮੂਵਮੈਂਟ ਸੀ ਖਾਲਿਸਤਾਨ ਦੀ ਮੂਵਮੈਂਟ ਸੀ ਉਦੋਂ ਔਰ ਉਹਦੀ ਜੋ ਮਿਸ ਯੂਟੀਲਾਈਜੇਸ਼ਨ ਹੋਈ ਉਹ ਵੀ ਸਾਨੂੰ ਸਾਰਿਆਂ ਨੂੰ ਪਤਾ ਉੱਥੇ ਪੁਲਿਸ ਮੁਕਾਬਲੇ ਜਿਹੜੇ ਅਪਣਾਏ ਗਏ ਜੀ ਬਿਲਕੁਲ ਲੋਕਾਂ ਦੇ ਕੋਲੋਂ ਇਲੀਗਲ ਢੰਗ ਦੇ ਨਾਲ ਪੈਸੇ ਜਿਹੜੇ ਆ ਉਹ ਲੋਕਾਂ ਕੋਲੋਂ ਪੁੱਟੇ ਗਏ ਕਿ ਤੁਹਾਡੇ ਘਰ ਜੀ ਟੈਰਿਸਟ ਰਹਿ ਗਏ ਆ ਕੇ ਤੇ ਏਦਾਂ ਹੀ ਜਿਹੜਾ ਇਹ ਕੰਮ ਜਿਹੜਾ ਏਦਾਂ ਚ ਲਗਾਤਾਰ ਚੱਲਦਾ ਆ ਰਿਹਾ ਜਦੋਂ ਵੀ ਕ੍ਰਾਈਸਿਸ ਆਉਂਦਾ ਹੈ ਜੀ ਸੰਕਟ ਆਉਂਦਾ ਹੈ ਉਦੋਂ ਜਿਹੜੇ ਨਵੇਂ ਨਵੇਂ ਕਾਨੂੰਨ ਹੈ ਉਹ ਆਜ਼ਾਦ ਕੀਤੇ ਜਾਂਦੇ ਹੁਣ ਇਹ ਨਿੱਜੀ ਤੇ ਸਰਕਾਰੀ ਜਾਇਦਾਦ ਭੰਨਤੋੜ ਰੋਕੂ ਜਿਹੜਾ ਐਕਟ ਹੈ ਜੀ ਇਹ ਉਦੋਂ ਲੈ ਕੇ ਆਏ ਜਦੋਂ ਪੰਜਾਬ ਦੇ ਵਿੱਚ ਦਲਿਤ ਮੂਵਮੈਂਟ ਥੋੜੀ ਉੱਠੀ ਆਸਟ੍ਰੇਲੀਆ ਦੇ ਵਿੱਚ ਉਹਨੂੰ ਮਾਰਿਆ ਸੀ ਉਹਨਾਂ ਦੇ ਦਲਿਤਾਂ ਦੇ ਆਗੂ ਨੂੰ ਜੀ ਆਸਟ੍ਰੇਲੀਆ ਉਹ ਤੋਂ ਬਾਅਦ ਥੋੜੀ ਭੰਨ ਤੋੜ ਹੋਈ ਉਦੋਂ ਉਸ ਨਾਂ ਹੇਠ ਇਹ ਲੈ ਕੇ ਆਏ ਐਕਚੁਲੀ ਇਹਨਾਂ ਦਾ ਨਿਸ਼ਾਨਾ ਉਹ ਨੀ ਸੀ ਇਹਨਾਂ ਦਾ ਨਿਸ਼ਾਨਾ ਅਸਲ ਚ ਜਿਹੜੇ ਲੋਕ ਸੰਘਰਸ਼ ਕਰਨ ਵਾਲੇ ਲੋਕ ਹੈ ਜੀ ਉਹਨਾਂ ਨੂੰ ਰੋਕਣ ਦਾ ਨਿਸ਼ਾਨਾ ਹੈ ਸੋ ਇਸ ਕਰਕੇ ਲੋਕਾਂ ਦੀਆਂ ਜਿਹੜੀਆਂ ਮੁਸ਼ਕਲਾਂ ਵੱਧ ਰਹੀਆਂ ਉਹਨੂੰ ਰੋਕਣ ਦੇ ਲਈ ਇਹ ਕਾਲੇ ਕਾਨੂੰਨ ਜਿਹੜੇ ਉਹ ਬਣਾਏ ਜਾ ਰਹੇ ਪਕੋਕਾ ਵੀ ਇਹੋ ਹੀ ਹੈ ਜਿਹੜੇ ਗੈਂਗਸਟਰ ਹੈ ਗੈਂਗਸਟਰ ਤਾਂ ਰੂਲਿੰਗ ਕਲਾਸ ਨੇ ਪੈਦਾ ਕੀਤੇ ਹੋਏ ਆ ਕੋਈ ਸ਼ੱਕ ਨਹੀਂ ਜੀ
ਜੀ ਬਿਲਕੁਲ ਗੈਂਗਸਟਰਾਂ ਦੇ ਨਾਂ ਹੇਠ ਐਕਚੁਲੀ ਜਿਹੜੀਆਂ ਇਨਕਲਾਬੀ ਆਰਗੇਨਾਈਜੇਸ਼ਨ ਹੈ ਉਹਨਾਂ ਨੂੰ ਜਿਹੜਾ ਕਰਟੇਨ ਕਰਨ ਦੇ ਲਈ ਰੋਕਿਆ ਜਾ ਕਾਲੇ ਕਾਨੂੰਨ ਲਿਆਂਦੇ ਜਾ ਰਿਹਾ ਹੁਣ ਕੀ ਪੰਜਾਬ ਦੀ ਹੁਣ ਕੀ ਸਮੱਸਿਆ ਹੈ ਜੀ ਪੰਜਾਬ ਦਾ ਜਿਹੜਾ ਕਿਸਾਨ ਹੈ ਉਹ ਖੁਦਕੁਸ਼ੀ ਕਰ ਰਿਹਾ ਉਹਦੇ ਸੰਕਟ ਦਾ ਕੋਈ ਹੱਲ ਨੀ ਉਹਦੀ ਕਰਜ਼ਾ ਮਾਫ਼ੀ ਹੈ ਜਿਹੜੀ ਉਹ ਗੌਰਮੈਂਟ ਜਿਹੜੀ ਹੈ ਕਰਨ ਤੋਂ ਇਨਕਾਰੀ ਹੈ ਕਿਸਮ ਦੀ ਬਿਲਕੁਲ ਉਹਦੀਆਂ ਫਸਲਾਂ ਦੇ ਭਾਅ ਜਿਹੜੇ ਉਹਨੂੰ ਦਿੱਤੇ ਨੀ ਜਾਂਦੇ ਫਿਰ ਵਿਅਕਤੀ ਕੀ ਕਰੂਗਾ ਸੜਕ ਤੇ ਆਊਗਾ ਨਾ ਬਿਲਕੁਲ ਡੈਮੋਕ੍ਰੇਸੀ ਚ ਡੈਮੋਕ੍ਰੇਸੀ ਚ ਇਹੋ ਕਰੂਗਾ ਨਾ ਸਟ੍ਰਗਲ ਹੀ ਕਰੂਗਾ ਨਾ ਜੀ ਜੀ ਬਿਲਕੁਲ ਇਹਦੇ ਨੌਜਵਾਨਾਂ ਦੀ ਇਦਾਂ ਦੀ ਪੋਜੀਸ਼ਨ ਹੈ ਕਿ ਅੱਜ ਜਿਹੜੇ ਸਾਡੇ ਕਾਲਜ ਹੈ ਉਹਨਾਂ ਚ ਸਟੂਡੈਂਟ ਘੱਟ ਹੈ ਤੇ ਜਿਹੜੇ ਆਈਲੈਟਸ ਸੈਂਟਰ ਹੈ ਉਹਨਾਂ ਚ ਸਟੂਡੈਂਟ ਜਿਹੜੇ ਜ਼ਿਆਦਾ ਹੈ ਕਿਉਂਕਿ ਬੇਰੁਜ਼ਗਾਰੀ ਇੰਨੀ ਹੈ ਕੋਈ ਇੱਥੇ ਰਹਿਣਾ ਹੀ ਨੀ ਚਾਹੁੰਦਾ ਔਰ ਬੇਰੁਜ਼ਗਾਰੀ ਦਾ ਸਮੱਸਿਆ ਦਾ ਹੱਲ ਇਹਨਾਂ ਦੇ ਕੋਲ ਕੋਈ ਨੀ ਹੈ ਔਰ ਜਿੰਨੇ ਵੀ ਇਹਨਾਂ ਨੇ ਵਾਅਦੇ ਵੀ ਕੀਤੇ ਕੰਟਰੈਕਟ ਤੇ ਟੀਚਰ ਭਰਤੀ ਕੀਤੇ ਹੋਰ ਕੀਤੇ ਉਹਨਾਂ ਨੂੰ 3 ਸਾਲ ਬਾਅਦ ਇਹਨੀ ਪੱਕੇ ਕਰਨ ਦਾ ਵਾਅਦਾ ਕੀਤਾ ਸੀ ਉਹ ਵੀ ਜਿਹੜੇ ਸੜਕਾਂ ਤੇ ਆਏ ਹੋਏ ਆ ਤੇ ਇਸ ਕਰਕੇ ਇਹ ਲੋਕਾਂ ਨੂੰ ਦਬਾਉਣ ਦੇ ਲਈ ਹੈ ਔਰ ਇਹਦੇ ਚ ਇੱਕ ਹੋਰ ਚੀਜ਼ ਜਿਹੜੀ ਬਹੁਤ ਇੰਪੋਰਟੈਂਟ ਅੱਜ ਦੇਖਣ ਨੂੰ ਮਿਲ ਰਹੀ ਹੈ ਮੈਂ ਉਸ ਤੇ ਜ਼ਰੂਰ ਗੱਲ ਕਰਨੀ ਜ਼ਰੂਰ ਜ਼ਰੂਰ ਸਾਥੀ ਬਿਲਕੁਲ ਕਰੋ ਜੀ ਕਿ ਜਿਹੜੀਆਂ ਅਦਾਲਤਾਂ ਹੈ ਉਹ ਬਹੁਤ ਹੀ ਨੈਗੇਟਿਵ ਰੋਲ ਇਸ ਵੇਲੇ ਹਿੰਦੁਸਤਾਨ ਚ ਪਲੇ ਕਰ ਰਹੀ ਜਿਹੜੇ ਜਿਹੜੇ ਕੰਮ ਪਾਰਲੀਮੈਂਟਰੀ ਪਾਰਟੀਆਂ ਨੀ ਕਰ ਸਕੀਆਂ ਜਿਹੜੇ ਕਾਨੂੰਨ ਉਹ ਨੀ ਬਣਾ ਸਕੀਆਂ ਸੋਧ ਨੀ ਕਰ ਸਕੀਆਂ ਯੁਰਤ ਨੀ ਕਰ ਸਕੀਆਂ ਉਹ ਕੰਮ ਅਦਾਲਤ ਕਰ ਰਹੀ ਹੈ ਕਿ ਦੋ ਜੀ ਜੇ ਤੁਸੀਂ ਸੜਕ ਰੋਕੋਗੇ ਤਾਂ ਤੁਹਾਡੇ ਤੇ ਕੇਸ ਦਰਜ ਹੋਊਗਾ ਰੀਸੈਂਟਲੀ ਜੇ ਤੁਸੀਂ ਧਰਨਾ ਲਾਓਗੇ ਤੁਸੀਂ ਇੱਥੇ ਧਰਨਾ ਨੀ ਲਾ ਸਕਦੇ ਔਰ ਉਹਦੇ ਚ ਸਟੇਟ ਦਾ ਰੋਲ ਇਹ ਹੈ ਕਿ ਸਰਕਾਰਾਂ ਆਪਣਾ ਹੀ ਕੋਈ ਬੰਦਾ ਖੜਾ ਕਰਕੇ ਇੱਕ ਅਦਾਲਤ ਚ ਕੇਸ ਪਵਾ ਦਿੰਦੀ ਹੈ ਇੱਕ ਦਿਨ ਪਹਿਲਾਂ ਕੇਸ ਪੈਂਦਾ ਤੇ ਦੂਜੇ ਦਿਨ ਜਿਹੜਾ ਧਰਨਾ ਹੁੰਦਾ ਉੱਥੇ ਰੋਕ ਲੱਗ ਜਾਂਦੀ ਹੈ ਤੇ ਕਿਸਾਨਾਂ ਦਾ ਪਟਿਆਲੇ ਦੇ ਵਿੱਚ ਧਰਨਾ ਸੀ ਉਹ ਰੋਕ ਬਿਲਕੁਲ ਬਿਲਕੁਲ ਰੁਕਿਆ ਜੀ ਹੁਣ ਕਿਸਾਨ ਜਥੇਬੰਦੀਆਂ ਨੇ ਸੜਕ ਰੋਕਣ ਦਾ ਪ੍ਰੋਗਰਾਮ ਸੀ ਉਹ ਇੱਕ ਦਿਨ ਪਹਿਲਾਂ ਰਿੱਟ ਪਾਈ ਤੇ ਦੂਜੇ ਦਿਨ ਸਾਰਿਆਂ ਤੇ ਉਹਨਾਂ ਤੇ ਕੇਸ ਜਿਹੜੇ ਦਰਜ ਕਰਤੇ ਟੀਚਰਾਂ ਨੇ ਕੀਤਾ ਟੀਚਰਾਂ ਤੇ ਜਿਹੜੇ ਕੇਸ ਦਰਜ ਕਰਤੇ ਹੜਤਾਲ ਦਾ ਅਧਿਕਾਰ ਖੋਣ ਦੇ ਖਿਲਾਫ ਅਦਾਲਤਾਂ ਜਿਹੜੀਆਂ ਫੈਸਲੇ ਦੇ ਰਹੀਆਂ ਤੇ ਉਹਦਾ ਜਿਹੜਾ ਅਦਾਲਤਾਂ ਦਾ ਖੱਚ ਸੱਚ ਤਾਂ ਸਾਰਾ ਹੀ ਐਕਚੁਲੀ ਹੁਣ ਸਾਡੇ ਸਾਹਮਣੇ ਆ ਵੀ ਚੁੱਕਾ ਹੈ ਕਿਉਂਕਿ ਉਹਨਾਂ ਦੇ 4 ਜੱਜ ਜਿਹੜੇ ਆ ਅਦਾਲਤਾਂ ਦੇ ਜੀ ਔਰ ਸੀਨੀਅਰ ਜੱਜ 5 ਚੋਂ 4 ਜਿਹੜੇ ਆ ਉਹ ਪ੍ਰੈਸੇ ਚ ਆ ਕੇ ਕਹਿ ਰਹੇ ਕਿ ਸਾਨੂੰ ਇਨਸਾਫ਼ ਚਾਹੀਦਾ ਤੇ ਅਦਾਲਤਾਂ ਚ ਸਭ ਕੁਛ ਅੱਛਾ ਨਹੀਂ ਹੋ ਰਿਹਾ ਔਰ ਜਿੰਨੇ ਹਾਈ ਪ੍ਰੋਫਾਈਲ ਕੇਸ ਹੈ ਜਿਹਦੇ ਵੱਡੇ ਲੋਕ ਜਿਹਦੇ ਸ਼ਾਮਿਲ ਹੈ ਉਹ ਚ ਸਾਰਿਆਂ ਚ ਬੜੀ ਗੜਬੜ ਜਿਹੜੀ ਵੱਡੇ ਪੱਧਰ ਤੇ ਹੋ ਰਹੀ ਹੈ ਜਿਸ ਕਰਕੇ ਜੱਜ ਵੀ ਉਹ ਬਾਹਰ ਆਏ ਜਸਟਿਸ ਲੋਹੇ ਦੀ ਕਤਲ ਤੋਂ ਬਾਅਦ ਜਿਹੜੇ ਇਹ ਜੱਜ ਮੇਨਲੀ ਉਹਦੇ ਸਾਹਮਣੇ ਆਏ ਆ ਗੱਲਾਂ ਤਾਂ ਘਟਨਾਵਾਂ ਤਾਂ ਹੋਰ ਵੀ ਪਿੱਛੇ ਬਹੁਤ ਜੁੜੀਆਂ ਹੋਈਆਂ ਤੇ ਅਦਾਲਤਾਂ ਦਾ ਰੋਲ ਕਿੱਦਾਂ ਜਿਹੜਾ ਕੰਡੈਮਨੇਬਲ ਰਿਹਾ ਆ ਤੇ ਜਸਟਿਸ ਲੋਹਾ ਜਿਹੜਾ ਇੱਕ ਸਿਖਰ ਸੀਗੀ ਵੀ ਅਮਿਤ ਸ਼ਾਹ ਉਹਦੇ ਚ ਇਨਵੋਲਵਡ ਹੈ ਬਿਲਕੁਲ ਅਮਿਤ ਸ਼ਾਹ ਇਨਵੋਲਵਡ ਹੈ ਤੇ ਉਹਨੂੰ ਉਹਨੇ ਆਫਰ ਵੀ ਕੀਤਾ ਵੀ ਤੁਹਾਨੂੰ 100 ਕਰੋੜ ਦੀ ਜਿਹੜੀ ਆ ਤੁਸੀਂ ਲੈ ਲਓ ਕਿ ਮੈਨੂੰ ਬਰੀ ਕਰ ਦਿਓ ਉਹ ਜੱਜ ਮੰਨਿਆ ਨੀ ਉਹਦਾ ਮਰਡਰ ਕਰਵਾ ਔਰ ਜਿਹੜਾ ਅਮਿਤ ਸ਼ਾਹ ਨੇ ਜਿਸ ਬੰਦੇ ਨੇ ਉਹਦਾ ਕੇਸ ਲੜਿਆ ਸੁਪਰੀਮ ਕੋਰਟ ਦੇ ਵਕੀਲ ਨੇ ਜੀ ਉਹਨੂੰ ਸੁਪਰੀਮ ਕੋਰਟ ਦਾ ਜੱਜ ਬਣਾ ਦਿੱਤਾ ਜਾਂਦਾ ਤੇ ਜਿਹੜਾ ਜੱਜ ਅਮਿਤ ਸ਼ਾਹ ਨੂੰ ਬਰੀ ਕਰਦਾ ਉਹਨੂੰ ਜਿਹੜਾ ਗਵਰਨਰ ਲਾ ਦਿੱਤਾ ਜਾਂਦਾ ਏਦਾਂ ਹੀ ਜਿਹੜਾ ਯਕੂਬ ਮੈਮਨ ਵਾਲੇ ਕੇਸ ਚ ਵੀ ਹੋਇਆ ਕਿ ਯਕੂਬ ਮੈਮਨ ਨੂੰ ਜਿਹੜੀ ਫਾਂਸੀ ਦੀ ਸਜ਼ਾ ਹੋ ਗਈ ਬੰਬੇ ਬੰਬ ਜਿਹੜਾ ਦੋਸ਼ੀ ਜਿਹਨੂੰ ਕਹਿੰਦੇ ਆ ਉਹਨਾਂ ਨੇ ਇੱਕ ਰਿੱਟ ਪਾਈ
ਕਿ ਇਹ ਫਾਂਸੀ ਦੀ ਸਜ਼ਾ ਰੁਕਣੀ ਚਾਹੀਦੀ ਹੈ। ਜਸਟਿਸ ਕੁਰੀਅਨ ਜਿਹੜਾ ਸੀਗਾ ਜੋਸਫ, ਸ਼ਾਇਦ ਇਹੋ ਹੀ ਉਹਦਾ ਨਾਂ ਹੈ, ਹਾਂਜੀ ਹਾਂਜੀ ਹਾਂਜੀ, ਉਹਨੇ ਰਿਟ ਅਸੈਪਟ ਕਰ ਲਈ, ਰਿਟ ਅਸੈਪਟ ਕਰ ਲਈ। ਵੈਰੀ ਨੈਕਸਟ ਡੇ ਜਸਟਿਸ ਦੀਪਕ ਮਿਸ਼ਰਾ ਆਇਆ, ਜਿਹੜਾ ਜਿਹੜਾ ਇਸ ਵੇਲੇ ਸੁਪਰੀਮ ਕੋਰਟ ਦਾ ਚੀਫ ਜਸਟਿਸ ਮੁਖੀ ਆਇਆ, ਹਾਂਜੀ ਚੀਫ ਜਸਟਿਸ ਦਾ, ਉਹਨੇ ਵੈਰੀ ਨੈਕਸਟ ਡੇ ਜਿਹੜਾ ਇੱਕ ਬੈਂਚ ਜਿਹੜਾ ਕੰਸਟੀਟਿਊਟ ਕੀਤਾ, ਔਰ ਬੈਂਚ ਨੇ ਉਸੇ ਦਿਨ ਫੈਸਲਾ ਦਿੱਤਾ, ਔਰ ਉਸੇ ਦਿਨ ਰਾਤ ਨੂੰ ਜਿਹੜਾ ਜੈਕੋਬ ਮੈਨਨ ਨੂੰ ਫਾਂਸੀ ਦੇ ਦਿੱਤੀ ਗਈ। ਉਹਦੇ ਕੇਸ ਵੀ ਹੋਇਆ ਜਿਹੜਾ ਆਪਣਾ ਜੰਮੂ ਕਸ਼ਮੀਰ ਵਾਲਾ ਅਫਜ਼ਲ ਗੁਰੂ ਮੁਹਾਰੇ ਹੋਈਆਂ ਤੇ ਉਹਨਾਂ ਨੂੰ ਹੋਰ ਤਾਕਤਾਂ ਦੇਣ ਵਾਸਤੇ ਇਹ ਜਿਹੜੇ ਕਾਲੇ ਕਾਨੂੰਨ ਹੈ ਉਹ ਬਣਾਏ ਜਾ ਰਹੇ ਹੈ ਕਿ ਹਾਂ ਉਹ ਆਪਣੀ ਜਿਹੜੀ ਡਿਕਟੇਟਰਸ਼ਿਪ ਆ ਪੂਰਾ ਆਪਣਾ ਨੰਗਾ ਜਿਹੜਾ ਨਾਚ ਆ ਉਹ ਖੇਡ ਸਕਣ। ਤੋ ਸਾਥੀ ਜੀ, ਸਰੋਤਿਆਂ ਦਾ ਇਹ ਵੀ ਸਾਂਝ ਪਾਓ ਕਿ ਠੀਕ ਹੈ ਇਹ ਧੱਕਾ ਵੱਧਦਾ ਜਾ ਰਿਹਾ, ਪਰ ਲੋਕਾਂ ਦੇ ਵਿੱਚ ਜਿਹੜਾ ਰੋਹ ਆ ਇਹਨਾਂ ਦੇ ਖਿਲਾਫ ਉਹ ਵੀ ਉਨਾ ਹੀ ਵੱਧਦਾ ਜਾ ਰਿਹਾ। ਜਿਹੜੀ ਰੀਸੈਂਟਲੀ ਬਰਨਾਲਾ ਦੇ ਵਿੱਚ ਮਹਾਰੈਲੀ ਹੋਈ, ਜਲੰਧਰ ਦੇ ਵਿੱਚ ਮਹਾਰੈਲੀ ਹੋਈ ਇਸ ਕਾਲੇ ਕਾਨੂੰਨਾਂ ਦੇ ਖਿਲਾਫ ਦੇ ਵਿੱਚ, ਉਹਦੇ ਬਾਰੇ ਸਰੋਤਿਆਂ ਨੂੰ ਦੱਸੋ ਕਿ ਕਿਸ ਵਿਸ਼ਾਲ ਵੱਡੇ ਲੈਵਲ ਦੇ ਉੱਪਰ ਮਿਸਲ ਪੰਜਾਬ ਤੋਂ ਪੰਜਾਬ ਦੇ ਵਿੱਚ ਬੜੇ ਚਿਰਾਂ ਬਾਅਦ ਇਹੋ ਜਿਹਾ ਲੋਕਾਂ ਦੇ ਵਿੱਚ ਰੋਹ ਜਿਹੜਾ ਜਾਗ ਰਿਹਾ ਹੈ। ਇੱਕ ਗੱਲ ਥੋੜ੍ਹੀ ਜਿਹੀ ਹੋਰ ਵੀ ਆ, ਸਾਬਕਾ ਲੜੀ ਜਿਹੜੇ ਪਾਰਲੀਮੈਂਟ ਦੇ ਹੈਗੇ ਨਾ ਜਿਹੜੇ ਜਿਹੜੇ ਕਾਨੂੰਨ ਲੋਕਾਂ ਦੇ ਵਰਖਲਾ ਬਣਾਉਂਦੇ ਆ, ਹੈਲੋ 2010 ਦੇ ਵਿੱਚ ਵੀ ਇਹਨਾਂ ਨੇ ਲਾਗੂ ਕੀਤਾ ਸੀ ਨਿੱਜੀ ਦਾਇਰਾ ਤੇ ਸਰਕਾਰੀ ਦਾਇਰਾ ਭੰਤੜ ਰੋਕੂ ਐਕਟ ਜੀ, ਉਦੋਂ ਵੀ ਬਹੁਤ ਵੱਡਾ ਰੋਸ ਹੈ ਪੰਜਾਬ ਦੇ ਲੋਕਾਂ ਨੇ ਖਾਸ ਕਰਕੇ ਜੀ ਜ਼ਾਹਰ ਕੀਤਾ ਸੀ। ਈਵਨ ਚੰਡੀਗੜ੍ਹ ਨੂੰ ਚਾਰ ਚੁਫੇਰਿਓਂ ਘੇਰ ਲਿਆ ਗਿਆ ਸੀ ਤੇ ਉਹਦੇ ਚ ਇਹਨਾਂ ਨੇ ਬਾਦਲਾਂ ਨੇ ਆਪਣੀਆਂ ਪੋਲੀਟੀਕਲ ਗਿਣਤੀਆਂ ਮਿਣਤੀਆਂ ਦੇ ਤਹਿਤ ਇਲੈਕਸ਼ਨ ਸੀ ਮੋਹਰੇ, ਉਸ ਵੇਲੇ ਇਹਨਾਂ ਨੂੰ ਠੰਡੇ ਬਸਤੇ ਚ ਪਾ ਤਾ ਵਾਪਸ ਲੈ ਲਿਆ ਤੇ ਅੱਜ ਵੀ ਜਿੰਨਾ ਇਹ ਜ਼ਬਰ ਜ਼ਿਆਦੇ ਕਰਨਗੇ ਉਨਾ ਹੀ ਉਭਾਰ ਜ਼ਿਆਦੇ ਉੱਠਣ ਦੀਆਂ ਸੰਭਾਵਨਾਵਾਂ ਹੈ। ਹੁਣ ਬਰਨਾਲੇ ਵਾਲੀ ਰੈਲੀ ਵੀ ਕੋਈ ਨੀਅਰ ਅਬਾਊਟ 20,000 ਬੰਦੇ ਦੀ ਰੈਲੀ ਸੀ ਜੀ, ਔਰ ਬਹੁਤ ਸਾਰੀਆਂ ਜਥੇਬੰਦੀਆਂ ਉਹਦੇ ਚ ਸ਼ਾਮਿਲ ਹੋਈਆਂ, ਹਾਲੇ ਵੀ ਬਹੁਤ ਸਾਰਾ ਹਿੱਸਾ ਹੈ ਜਿਹੜਾ ਇਹਨੂੰ ਹਜੇ ਇਸ ਗੱਲ ਦਾ ਗਿਆਨ ਨੀ ਹੈ ਕਿ ਇਹ ਸਾਡੇ ਤੇ ਕੀ ਇੰਪੈਕਟ ਕਰੂਗਾ, ਉਹ ਬਾਹਰ ਬੈਠਾ ਹੈ। ਜਿਹੜੀਆਂ ਤਾਂ ਸੁਚੇਤ ਜਥੇਬੰਦੀਆਂ ਆ ਉਹ ਇਸ ਗੱਲ ਨੂੰ ਸਮਝਦੀਆਂ ਆ, ਉਹਨਾਂ ਨੇ ਆਪਣੇ ਨਿੱਜੀ ਮੁੱਦੇ ਛੱਡ ਕੇ ਇਸ ਮੁੱਦੇ ਤੇ ਲੜਾਈ ਲੜੀ ਹੈ। ਬਰਨਾਲੇ ਚ ਬਹੁਤ ਵੱਡੀ ਰੈਲੀ ਜਿਹੜੀ ਕੀਤੀ ਗਈ ਹੈ, ਔਰ ਜਲੰਧਰ ਚ ਵੀ ਕਾਫੀ ਵੱਡੀ ਰੈਲੀ ਹੈ, 10,000 ਦੇ ਲਗਭਗ ਜਿਹੜੀ ਉਹ ਰੈਲੀ ਕੀਤੀ ਗਈ ਹੈ, 60 ਜਥੇਬੰਦੀਆਂ ਉਹਦੇ ਚ ਸ਼ਾਮਿਲ ਸੀਗੀਆਂ, ਔਰ ਇਹ ਰੁਕੇਗਾ ਨੀ ਕਿਉਂਕਿ ਜੇ ਜ਼ੁਲਮ ਨੀ ਰੁਕੂਗਾ ਤਾਂ ਉਹਦਾ ਜਵਾਬ ਦੇਣੋਂ ਵੀ ਲੋਕ ਕਦੀ ਪਿੱਛੇ ਨੀ ਹਟਦੇ, ਇਹ ਵਧੂਗਾ ਤੇ ਇਹਦੇ ਆਉਣ ਵਾਲੇ ਸਮੇਂ ਦੇ ਵਿੱਚ ਨੈਕਸਟ ਮੀਟਿੰਗ ਜਿਹੜੀ ਹੈ ਇਹਨਾਂ ਦੀ ਹੋ ਰਹੀ ਹੈ ਸਾਰੀਆਂ ਜਥੇਬੰਦੀਆਂ ਦੀ ਤੇ ਉਹਦੇ ਚ ਅਗਲੇ ਪ੍ਰੋਗਰਾਮ ਜਿਹੜੇ ਆ ਉਹ ਉਲੀਕੇ ਜਾਣਗੇ। ਏਦਾਂ ਤਾਂ ਹੋ ਹੀ ਨੀ ਸਕਦਾ ਵੀ ਤੁਸੀਂ ਲੋਕਾਂ ਨੂੰ ਦਵਾ ਲਓ, ਬਿਲਕੁਲ ਗੁਲਾਮਾਂ ਨੇ ਵੀ ਤਾਂ ਬਗਾਵਤ ਕੀਤੀ ਨਾ, ਫਿਰ ਬਿਲਕੁਲ ਜਦੋਂ ਗੁਲਾਮਦਾਰੀ ਸੀ ਉਦੋਂ ਕਿਹੜੇ ਕੋਈ ਕਾਨੂੰਨ ਸੀ, ਬਿਲਕੁਲ ਸਾਥੀ ਬਿਲਕੁਲ, ਜੰਗਲ ਦਾ ਰਾਜ ਸੀ ਤਾਂ ਫਿਰ ਗੁਲਾਮਾਂ ਨੇ ਵੀ ਤਾਂ ਬਗਾਵਤ ਕੀਤੀ ਹੈ, ਬਿਲਕੁਲ ਬਿਲਕੁਲ, ਕਿਸਾਨਾਂ ਨੇ ਜਗੀਰਦਾਰੀ ਢਾਈ ਹੈ। ਹਾਂਜੀ 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 ਸਾਥੀ ਨਛੱਤਰ ਸਿੰਘ ਹੁਣੀ ਤੁਹਾਡੇ ਕੋਲੋਂ ਸਵਾਲ ਪੁੱਛਣਾ ਚਾਹੁੰਦੇ ਨੇ।
ਨਹੀਂ ਮੈਂ ਤਾਂ ਗੱਲ ਸਾਂਝੀ ਹੋਈ ਕਰਨੀ ਸੀਗੀ ਮੁੜ ਕੇ ਵੀ ਜਿਹੜੇ ਪਾਰਲੀਮੈਂਟਰੀਅਨ ਹੈਗੇ ਆ ਉਹਨਾਂ ਨੂੰ ਵੋਟਾਂ ਵਾਟਾਂ ਲੈਣ ਵਾਸਤੇ ਲੋਕਾਂ ਕੋਲ ਜਾਣਾ ਪੈਂਦਾ ਇਸ ਵਾਸਤੇ ਮੁੜ ਕੇ ਇਹ ਉਹਦੇ ਤੋਂ ਖਹਿੜਾ ਛਡਾਉਣ ਵਾਸਤੇ ਵੀ ਸਾਨੂੰ ਇੱਥੇ ਸਵਾਲਾਂ ਜਵਾਬ ਦੇਣੇ ਪੈਣਗੇ ਫਿਰ ਉਹ ਗੱਲ ਜਿਹੜੀ ਹੈਗੀ ਆ ਉਹ ਜਿਹੜੀ ਉਹ ਕਚਹਿਰੀ ਚਲੀ ਜਾਂਦੀ ਮੁੜ ਕੇ ਜਾ ਕੇ ਉਹਨਾਂ ਤੋਂ ਘੁਆ ਦਿੰਦੇ ਜਿਹੜਾ ਕੁਛ ਨਾ ਆਪ ਕਰਨਾ ਹੁੰਦਾ ਇਹ ਉਹਨਾਂ ਤੋਂ ਘੁਆ ਦਿੰਦੇ ਮੈਂ ਤਾਂ ਇੰਨੀ ਗੱਲ ਕਹਿਣੀ ਸੀ ਤੁਸੀਂ ਜਿਹੜੀ ਗੱਲ ਕਹਿ ਰਹੇ ਸੀ ਉਹਦੀ ਪ੍ਰੋੜਤਾ ਕਰਨ ਵਾਸਤੇ ਤੋ ਸਾਥੀ ਜੀ ਅਗਲਾ ਹੁਣ ਜਿਹੜੀਆਂ ਇਹ ਕਾਲੇ ਕਾਨੂੰਨਾਂ ਦੇ ਖਿਲਾਫ ਜਿਹੜੀਆਂ ਤੁਸੀਂ ਆਲਰੇਡੀ ਤੁਸੀਂ ਦੱਸ ਚੁੱਕੇ ਕਿ 60 ਜਥੇਬੰਦੀਆਂ ਮੈਂ ਉਹਦੀ ਲਿਸਟ ਪੜ੍ਹ ਰਿਹਾ ਸੀਗਾ ਜੇ ਅਸੀਂ ਉਹਨਾਂ ਦੀ ਲਿਸਟ ਪੜ੍ਹਨੀ ਹੋਵੇ ਤਾਂ ਘੱਟੋ ਘੱਟ ਸਾਨੂੰ 15-20 ਮਿੰਟ ਲੱਗਣਗੇ ਇੰਨੀ ਲੰਬੀ ਲਿਸਟ ਆ ਜਿਹਦੇ ਵਿੱਚ ਅਧਿਆਪਕ ਆ ਬਿਜਲੀ ਦਾ ਮਹਿਕਮਾ ਆ ਜਿੰਨੀ ਵੀ ਜਿਹੜੀ ਆ ਜਿਹੜੀ ਸਾਥੀ ਜੀ ਇੱਕ ਹੋਰ ਗੱਲ ਜਿਹੜੀ ਸਾਹਮਣੇ ਇਹਦੇ ਵਿੱਚੋਂ ਆ ਰਹੀ ਹੈ ਜੇ ਤੁਸੀਂ ਉਹਦੇ 'ਤੇ ਵੀ ਗੱਲ ਕਰਨਾ ਚਾਹੋ ਕਿ ਜਿਹੜੇ ਸੰਘਰਸ਼ ਜਿਹੜੇ ਕਿਸਾਨਾਂ ਦੇ ਮਜ਼ਦੂਰਾਂ ਦੇ ਜਿਹੜੇ ਚੱਲ ਰਹੇ ਆ ਉਹ ਤਾਂ ਹੈ ਹੀ ਆ ਕਿਉਂਕਿ ਉੱਥੇ ਯੂਪੀ ਦੇ ਵਿੱਚ ਵੀ ਜਿਹੜਾ ਯੂਪੋਕਾ ਜਿਹੜਾ ਆਦਿਤਿਆਨਾਥ ਜਿਹੜਾ ਲਿਆ ਰਿਹਾ ਹੈ ਉਹ ਵੀ ਉਹਦਾ ਵੀ ਲਗਭਗ ਇਹੀ ਏਮ ਹੈ ਦੂਸਰੀ ਜਿਹੜੀ ਗੱਲ ਇਹਦੇ ਵਿੱਚ ਖਾਸ ਜਿਹੜੀ ਸਾਹਮਣੇ ਆ ਰਹੀ ਹੈ ਕਿ ਇੱਕ ਤਾਂ ਸੰਘਰਸ਼ਾਂ ਨੂੰ ਦਬਾਉਣ ਵਾਸਤੇ ਅਤੇ ਦੂਸਰਾ ਜਿਹੜੀ ਲੋਕਾਂ ਦਾ ਜਿਹੜਾ ਸਰਮਾਇਆ ਆ ਜਿਹੜੇ ਲੋਕਾਂ ਦੇ ਇੰਸਟੀਚਿਊਟ ਆ ਜਿਹੜੇ ਪਬਲਿਕ ਸਰਵਿਸਿਜ਼ ਆ ਉਹਨਾਂ ਨੂੰ ਜਿਹੜੇ ਵੱਡੇ ਕਾਰਪੋਰੇਟ ਘਰਾਣੇ ਆ ਉਹਨਾਂ ਦੇ ਹੱਥਾਂ 'ਚ ਦੇਣ ਵਾਸਤੇ ਵੀ ਇਹ ਜਿਹੜੇ ਕਾਨੂੰਨ ਨੇ ਉਹ ਮਦਦ ਕਰਨਗੇ ਬਿਲਕੁਲ ਬਿਲਕੁਲ ਜੀ ਇਹ ਤੁਹਾਡੀ ਗੱਲ ਬਿਲਕੁਲ ਠੀਕ ਹੈ ਐਕਚੁਲੀ ਜਿਹੜਾ ਆਪਾਂ ਕਾਨੂੰਨ ਦੀ ਗੱਲ ਕਰਦੇ ਹਾਂ ਨਿੱਜੀ ਤੇ ਸਰਕਾਰੀ ਜਾਇਦਾਦ ਭੰਨਤੋੜ ਰੋਕੂ ਐਕਟ ਹੈ ਜੀ ਕਦੀ ਵੀ ਜਿਹੜੀਆਂ ਸੰਘਰਸ਼ਸ਼ੀਲ ਜਥੇਬੰਦੀਆਂ ਨਾ ਤਾਂ ਉਹਨੇ ਕਦੀ ਨਿੱਜੀ ਜਾਇਦਾਦ ਨੂੰ ਨੁਕਸਾਨ ਪਹੁੰਚਾਇਆ ਤੇ ਨਾ ਹੀ ਸਰਕਾਰੀ ਜਾਇਦਾਦ ਨੂੰ ਨੁਕਸਾਨ ਪਹੁੰਚਾਇਆ ਤੇ ਜੇ ਸਰਕਾਰੀ ਜਾਇਦਾਦ ਨੂੰ ਕਿਸੇ ਨੇ ਲੁੱਟਿਆ ਤਾਂ ਰਾਣਾ ਗੁਰਜੀਤ ਨੇ ਲੁੱਟਿਆ ਬਿਲਕੁਲ 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 ਸਾਥੀ ਜੀ ਬਿਲਕੁਲ ਇਹਨਾਂ ਨੇ ਸਾਰੇ ਜਿਹੜੇ ਆ ਰੇਤੇ ਦੇ ਵਪਾਰ ਤੇ ਕਬਜ਼ਾ ਕਰ ਲਿਆ ਕੈਪਟਨ ਅਮਰਿੰਦਰ ਸਿੰਘ ਹੋਣਾ ਨੇ ਬਾਦਲਾਂ ਨੇ ਜਿਹੜੇ ਲੋਕਾਂ ਦੀਆਂ ਜ਼ਮੀਨਾਂ ਤੇ 100-100 ਏਕੜ ਦੇ ਫਾਰਮ ਜਿਹੜੇ ਉਹ ਸਾਰ ਰਹੇ ਆ ਤੇ ਸਰਕਾਰੀ ਜ਼ਮੀਨਾਂ ਤੇ ਕਬਜ਼ੇ ਕਰ ਰਹੇ ਆ ਔਰ ਛੱਤੀਸਗੜ੍ਹ ਦੇ ਵਿੱਚ ਜਿੰਨੇ ਮਿਨਰਲਸ ਹੈ ਸਾਰਿਆਂ ਦੀ ਲੁੱਟ ਜਿਹੜੀ ਹੈ ਇਹ ਕਰਵਾ ਰਹੇ ਨਾ ਇਹ ਸਰਕਾਰੀ ਜਾਇਦਾਦ ਤਾਂ ਇਹੋ ਹੀ ਹੈ ਨਾ ਬਿਲਕੁਲ ਸਰਕਾਰੀ ਜਾਇਦਾਦ ਲੋਕ ਹੈ ਲੋਕਾਂ ਨੂੰ ਕੁੱਟ ਰਹੇ ਆ ਸਭ ਤੋਂ ਵੱਡੀ ਜਾਇਦਾਦ ਤਾਂ ਲੋਕ ਹੁੰਦੇ ਆ ਉਹਨਾਂ ਨੂੰ ਜਿਹੜਾ ਕੁੱਟਿਆ ਜਾ ਰਿਹਾ ਇਸ ਕਰਕੇ ਇਹ ਉਸ ਲੁੱਟ ਨੂੰ ਜਿਹੜਾ ਕਾਇਮ ਰੱਖਣ ਦੇ ਲਈ ਤਾਂ ਕਿ ਇਹਨਾਂ ਦੇ ਖਿਲਾਫ਼ ਕੋਈ ਬੋਲੇ ਨਾ ਇਹਦੇ ਲਈ ਜਿਹੜਾ ਇਹ ਸਾਰਾ ਕੁਛ ਕੀਤਾ ਜਾ ਰਿਹਾ ਹੁਣ ਜੇ ਲੁੱਟ ਦੀ ਗੱਲ ਕਰੀਏ ਤਾਂ ਨੀਰਵ ਮੋਦੀ ਆ ਜੀ ਬਿਲਕੁਲ ਦੌਰੇ ਦੇ ਵਿੱਚ ਪਿੱਛੇ ਖੜਾ ਉਹਦੇ ਬਿਲਕੁਲ ਬਿਲਕੁਲ ਹੁਣ ਅੱਜ ਹੋਰ ਇੱਕ ਜਿਹੜਾ ਰੋਟੋ ਮੈਕ ਹੈ ਇੱਥੇ 800 ਕਰੋੜ ਰੁਪਇਆ ਇਹ ਲੈ ਕੇ ਭੱਜ ਗਿਆ ਪਹਿਲਾਂ ਮਾਲੀਆ 9,000 ਕਰੋੜ ਰੁਪਇਆ ਲੈ ਕੇ ਭੱਜ ਗਿਆ ਲਲਿਤ ਮੋਦੀ ਜਿਹੜਾ ਪੈਸੇ ਲੈ ਕੇ ਭੱਜ ਗਿਆ ਤੇ ਇਹ ਜਾਇਦਾਦ ਜਿਹੜੀ ਸਰਕਾਰੀ ਜਾਇਦਾਦ ਹੈ ਉਹਨੂੰ ਤਾਂ ਇਹ ਜਿਹੜੇ ਪੋਲੀਟੀਸ਼ੀਅਨ ਹੈ ਕਾਰਪੋਰੇਟ ਘਰਾਣੇ ਹੈ ਉਹ ਲੁੱਟ ਰਹੇ ਆ ਤੁਸੀਂ ਦੇਖੋ ਜਦੋਂ ਦਾ ਮੋਦੀ ਆਇਆ ਇੱਕ ਚੀਜ਼ ਮੈਂ ਨੋਟ ਕੀਤੀ ਹੈ ਕਿ 1% ਲੋਕਾਂ ਕੋਲ 58% ਜਾਇਦਾਦ ਸੀ ਹਿੰਦੁਸਤਾਨ ਦੀ ਹਾਂਜੀ ਔਰ ਇਹ 4-5 ਸਾਲਾਂ ਚ 73% ਹੋ ਗਏ ਕਿੱਡਾ ਵੱਡਾ ਪਾੜਾ ਜਿਹੜਾ ਜਦਕਿ ਸਾਡਾ ਸੰਵਿਧਾਨ ਹੈ ਉਹਦੇ ਚ ਇਹ ਲਿਖਿਆ ਹੋਇਆ ਦਰਜ ਹੈ ਕਿ ਇਹ ਸੰਵਿਧਾਨ ਜਿਹੜਾ ਲੋਕਾਂ ਚ ਗਰੀਬ ਤੇ ਅਮੀਰ ਦਾ ਪਾੜਾ ਹੈ ਉਹਨੂੰ ਘਟਾਉਣ ਦੇ ਲਈ ਕੰਮ ਕਰੂਗਾ ਬਿਲਕੁਲ 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 ਸਾਰਾ ਕੁਛ ਉਹ ਤੇ ਉਲਟ ਰਿਹਾ ਇਸ ਕਰਕੇ ਇਹ ਆਪਣੀ ਲੁੱਟ ਨੂੰ
ਪੁਖਤਾ ਕਰਨ ਦੇ ਲਈ ਇਹ ਸਾਰੇ ਕਾਨੂੰਨ ਲੈ ਕੇ ਆ ਰਹੇ ਹਨ। ਬਿਲਕੁਲ ਬਿਲਕੁਲ ਬਿਲਕੁਲ, ਰਾਜਸਥਾਨ ਦੀ ਗਵਰਨਮੈਂਟ ਨੇ ਇਹ ਕਾਨੂੰਨ ਲੈ ਕੇ ਆ ਰਹੀ ਸੀ, ਇਹਦਾ ਬਹੁਤ ਰੌਲਾ ਪਿਆ ਰਾਜਸਥਾਨ ਦੀ ਦਾ। ਹਾਂਜੀ, ਕਿ ਤੁਸੀਂ ਕਿਸੇ ਵੀ ਜਿਹੜਾ ਅਧਿਕਾਰੀ ਹੈ, ਪੀਐਸਐਫ ਪੀਸੀਐਸਐਫ ਜ਼ਿਲ੍ਹਾਦਾਰ ਹੈ, ਉਹਦੇ ਖਿਲਾਫ ਤੁਸੀਂ ਕਿਤੇ ਇੱਕ ਬਿਆਨ ਵੀ ਨਹੀਂ ਦੇ ਸਕਦੇ ਕਿ ਬੰਦਾ ਕਰਾਪਸ਼ਨ ਕਰਪਸ਼ਨ ਕੀਤੀ ਹੈ, ਨਹੀਂ ਤੁਹਾਡੇ ਤੇ ਕੇਸ ਚੱਲੂਗਾ। ਸਰਕਾਰ ਤੋਂ ਮਨਜ਼ੂਰੀ ਲੈ ਕੇ ਹੀ ਉੱਥੇ ਜਿਹੜਾ ਕੋਈ ਕੇਸ ਜਿਹੜਾ ਕੀਤਾ ਜਾ ਸਕਦਾ। ਬਿਲਕੁਲ 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 ਬਿਲਕੁਲ, ਮੈਂ ਗੁਜਰਾਤ ਦੇ ਵਿੱਚ ਵੀ ਸਾਥੀ ਜਿਹੜੇ ਇੱਕ ਸੰਘਰਸ਼ਸ਼ੀਲ ਨੇ ਜਗਨੀਸ਼ ਬੇਮਾਨੀ, ਉਹਨਾਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਕੱਲ। ਸੋ ਇਹੋ ਜਿਹੇ ਕਾਨੂੰਨ ਬਣਨਗੇ ਤੇ ਫਿਰ ਇਹਨਾਂ ਨੂੰ ਇਹਨਾਂ ਦੇ ਰਾਹ ਜਿਹੜੇ ਸਿੱਧੇ ਹੋ ਜਾਣਗੇ। ਤੋ ਸਾਥੀ ਜੀ, ਤੁਸੀਂ ਜਾਂਦੇ ਜਾਂਦੇ ਤੁਸੀਂ ਨਿਊਜ਼ੀਲੈਂਡ ਦੇ ਸਰੋਤਿਆਂ ਨਾਲ, ਦੁਨੀਆਂ ਭਰ 'ਚ ਜਿਹੜੇ ਸਰੋਤੇ ਸਾਨੂੰ ਸੁਣ ਰਹੇ ਨੇ, ਉਹਨਾਂ ਨੂੰ ਤੁਸੀਂ ਕੀ ਮੈਸੇਜ ਆਪਣਾ ਦੇਣਾ ਚਾਹੋਗੇ ਇਹ ਜਿਹੜੀ ਲੜਾਈ ਆ? ਵੈਸੇ ਤੇ ਇਹ ਜਦੋਂ ਤੁਸੀਂ ਪਹਿਲਾਂ ਗੱਲ ਕੀਤੀ ਸੀਗੀ ਕਿ ਜਿੰਨੇ ਆਈਐਲਟਸ ਦੇ ਕਾਲਜ ਨੇ ਉਨੇ ਦੂਜੇ ਇੰਸਟੀਚਿਊਟ ਨਹੀਂ ਹੈਗੇ, ਸੋ ਅਸੀਂ ਕਿਉਂਕਿ ਇੱਥੇ ਜਿਹੜੇ ਨਿਊਜ਼ੀਲੈਂਡ ਦੇ ਵਿੱਚ ਜਿਹੜੇ ਭਾਰਤੀ ਵਿਦਿਆਰਥੀਆਂ ਨਾਲ ਜਿਹੜਾ ਧੱਕਾ ਹੋ ਰਿਹਾ, ਉਹਨਾਂ ਦੀ ਲੁੱਟ ਖਸੁੱਟ ਹੋ ਰਹੀ ਹੈ, ਉਹਦੇ ਖਿਲਾਫ਼ ਅਸੀਂ ਲੜਦੇ ਹਾਂ ਇੱਥੇ ਦੀਆਂ ਯੂਨੀਅਨ ਦੇ ਨਾਲ ਮਿਲ ਕੇ, ਜਦਕਿ ਜਿਹੜੇ ਹਾਲਾਤ ਸਾਥੀ ਜੀ ਦੁਨੀਆਂ ਦੇ ਆ ਉਹ ਦਿਨ ਬ ਮਤਲਬ ਜਿਹੜਾ ਨਵ ਉਦਾਰਵਾਦ ਦਾ ਜਿਹੜਾ ਹੈਗਾ ਆ ਨਿਊ ਫਨੋਮੀਨਨ, ਗਰੀਬਾਂ ਨੂੰ ਗਰੀਬ ਅਤੇ ਅਮੀਰਾਂ ਨੂੰ ਅਮੀਰ ਬਣਾਉਣ ਦਾ, ਉਹ ਸਾਰੀ ਦੁਨੀਆਂ ਦੇ ਵਿੱਚ ਹੀ ਚੱਲ ਰਿਹਾ ਹੈ, ਕਿਉਂਕਿ ਉਹ ਜਿਹੜੇ ਭਾਰਤੀ ਵਿਦਿਆਰਥੀ ਇੱਥੇ ਵੀ ਆ ਰਹੇ ਆ ਅਤੇ ਲੁੱਟ ਖਸੁੱਟ ਉਹਨਾਂ ਦੀ ਇੱਥੇ ਵੀ ਉੱਦਾਂ ਹੀ ਹੋ ਰਹੀ ਆ, ਵੱਧ ਚੜ੍ਹ ਕੇ ਹੋ ਰਹੀ ਹੈ। ਸੋ ਤੁਸੀਂ ਕੀ ਕਹਿਣਾ ਚਾਹੋਗੇ ਜਿਹੜਾ ਇਹ ਜਿਹੜਾ ਦੁਨੀਆਂ ਦੇ ਵਿੱਚ ਜਿਹੜਾ ਵਰਤਾਰਾ ਇਹ ਚੱਲ ਰਿਹਾ ਇਸ ਤਰੀਕੇ ਦਾ? ਦੇਖੋ ਲੋਕਾਂ ਦੇ ਵਿੱਚ ਕਿ ਉਹ ਢਹਿ ਢੇਰੀ ਹੋ ਗਿਆ ਹੈ, ਠੀਕ ਹੈ, ਤੇ ਉਹ ਤੋਂ ਬਾਅਦ 1991 ਤੋਂ ਬਾਅਦ ਦੁਨੀਆਂ ਦੇ ਵਿੱਚ ਜਿਹੜੀਆਂ ਸਰਮਾਏਦਾਰੀ ਹੈ ਉਹਨੇ ਬਹੁਤ ਵੱਡਾ ਹਮਲਾ ਜਿਹੜਾ ਬਿੜ ਦਿੱਤਾ, ਤਾਂ ਕਿ ਉਹਨੂੰ ਲੱਗਦਾ ਸੀ ਕਿ ਮੇਰਾ ਹੁਣ ਕੋਈ ਅਲਟਰਨੇਟਿਵ ਨਹੀਂ ਹੈ। ਭਾਵੇਂ ਇਹਦੇ ਬਾਰੇ ਬੜਾ ਹੀ ਮਾਰਕਸ ਹੋਣੀ ਬੜਾ ਸਪਸ਼ਟ ਲਿਖਿਆ ਹੈ ਕਿ ਇਹ ਸਰਮਾਏਦਾਰੀ ਦਾ ਅੰਤ ਜਿਹੜਾ ਇਹਦੇ ਪ੍ਰੋਫਿਟ ਚ ਜਿਹੜਾ ਛੁਪਿਆ ਹੋਇਆ ਹੈ। ਤੇ ਬਾਕੀ ਇਹ ਵੀ ਜਿਹੜੇ ਨਿਊਜ਼ੀਲੈਂਡ ਸਾਡੇ ਬੱਚੇ ਆ ਉਹਨਾਂ ਨੂੰ ਮੇਰਾ ਇਹੋ ਹੀ ਕਹਿਣਾ ਹੈ ਕਿ ਦੇਖੋ ਤੁਹਾਨੂੰ ਖੁਸ਼ ਹੋਣ ਦੀ ਗੱਲ ਨਹੀਂ ਹੈ ਕਿ ਤੁਸੀਂ ਨਿਊਜ਼ੀਲੈਂਡ 'ਚ ਆ, ਤੁਹਾਨੂੰ ਮਜਬੂਰ ਕੀਤਾ ਗਿਆ ਕਿ ਤੁਸੀਂ ਨਿਊਜ਼ੀਲੈਂਡ 'ਚ ਜਾਓ, ਕੋਈ ਸ਼ੱਕ ਨਹੀਂ ਜੀ। ਜੇ ਸਾਡੇ ਦੇਸ਼ ਦੇ ਵਿੱਚ ਰੁਜ਼ਗਾਰ ਹੁੰਦਾ, ਜਿਸ ਤਰ੍ਹਾਂ ਦੀ ਸਾਡੀ ਧਰਤੀ ਹੈ ਹਿੰਦੁਸਤਾਨ ਦੀ, ਹਰ ਕਿਸਮ ਦੀ ਚੀਜ਼ ਇੱਥੇ ਉੱਗਦੀ ਹੈ, ਤੇ ਜੇ ਤਾਂ ਸਿਸਟਮ ਵਧੀਆ ਹੁੰਦਾ ਤਾਂ ਤੁਹਾਨੂੰ ਆਪਣੇ ਮਾਂ ਬਾਪ ਤੋਂ ਦੂਰ ਨਹੀਂ ਸੀ ਜਾਣਾ ਪੈਣਾ, ਤੇ ਇਹ ਤੁਹਾਡੀ ਮਜਬੂਰੀ ਕਾਰਨ, ਤੁਸੀਂ ਆਪਣੀ ਮਜਬੂਰੀ ਕਾਰਨ ਜਿਹੜਾ ਇੱਥੇ ਆਏ ਹੋ, ਇੱਥੇ ਆਪਣੀ ਮਿਹਨਤ ਕਰਨੀ ਚਾਹੀਦੀ ਹੈ ਜਿੱਥੇ ਵੀ ਜਾਂਦਾ ਹੈ, ਕਿਉਂਕਿ ਮਾਰਕਸ ਨੇ ਤਾਂ ਬੜਾ ਹੀ ਸਪਸ਼ਟ ਕਿਹਾ ਕਿ ਮਜ਼ਦੂਰ ਦਾ ਕੋਈ ਦੇਸ਼ ਹੀ ਨਹੀਂ ਹੁੰਦਾ, ਉਹ ਜਿੱਥੇ ਜਾਂਦਾ ਉਹੀ ਉਹਦਾ ਦੇਸ਼ ਹੁੰਦਾ ਜਿੱਥੇ ਉਹ ਰੋਟੀ ਕਮਾਉਂਦਾ ਹੈ। ਇਸ ਕਰਕੇ ਵਰਕਿੰਗ ਕਲਾਸ ਦੀ ਜਿਹੜੀ ਲੜਾਈ ਹੈ ਦੁਨੀਆਂ ਦੇ ਪੱਧਰ ਦੇ ਉੱਤੇ, ਉਹਦੇ ਚ ਤੁਹਾਨੂੰ ਹਿੱਸੇ ਵੀ ਸ਼ਾਮਿਲ ਹੋਣਾ ਚਾਹੀਦਾ, ਤੇ ਹਿੰਦੁਸਤਾਨ ਨੂੰ ਸਵਾਰਨ ਦੇ ਲਈ ਵੀ ਇੱਥੇ ਦੇ ਜਿਹੜੇ ਲੋਕ ਸੰਘਰਸ਼ ਕਰ ਰਹੇ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਤੁਰਨਾ ਚਾਹੀਦਾ। ਤੋ ਇਸ ਸਾਰੇ ਵਰਤਾਰੇ ਨੂੰ ਸਮਝਣਾ ਚਾਹੀਦਾ ਕਿ ਅਸੀਂ ਨਿਊਜ਼ੀਲੈਂਡ ਚ ਕਿਉਂ ਆਏ, ਬਿਲਕੁਲ, ਜਾਂ ਸਾਡੇ ਬੱਚੇ ਬਾਹਰ ਕਿਉਂ ਆ ਰਹੇ, ਮਜਬੂਰੀ ਹੈ ਉਹਦੇ ਕੀ ਕਾਰਨ ਹੈ, ਤੇ ਉਹਨਾਂ ਨੂੰ ਕਿੱਦਾਂ ਦੂਰ ਕਰਕੇ ਆਪਣੇ ਦੇਸ਼ ਨੂੰ ਸਵਾਰਿਆ ਜਾ ਸਕਦਾ। ਬਹੁਤ ਵਧੀਆ ਸਾਥੀ ਜੀ, ਬਹੁਤ ਬਹੁਤ ਠੀਕ ਗੱਲ ਕੀਤੀ ਤੁਸੀਂ। ਸਾਥੀ ਜੀ, ਆਉਂਦੇ ਸਮੇਂ ਦੇ ਵਿੱਚ ਇਹ ਲੋਕ ਪੱਖੀ ਸੰਘਰਸ਼ ਕਿਹੜੇ ਪਾਸੇ ਨੂੰ ਜਾਂਦੇ ਨੇ ਤੁਹਾਡੇ ਨਾਲ ਗੱਲਬਾਤ ਕਰਦੇ ਰਹਾਂਗੇ। ਤੋ ਬਹੁਤ ਬਹੁਤ ਸ਼ੁਕਰੀਆ ਸਾਥੀ ਜੀ, ਇਨਕਲਾਬ ਜ਼ਿੰਦਾਬਾਦ। ਠੀਕ ਹੈ, ਥੈਂਕ ਯੂ।
ਥੈਂਕ ਯੂ ਸੋ ਦੋਸਤੋ ਇਹ ਸਨ ਕੁਲਵਿੰਦਰ ਵੜੈਚ ਜਿਹੜੇ ਕਿ ਇੰਡੀਅਨ ਫੈਡਰੇਸ਼ਨ ਆਫ ਟ੍ਰੇਡ ਯੂਨੀਅਨਸ ਨਾਲ ਸੰਬੰਧਿਤ ਨੇ ਤੋ ਉਹਨਾਂ ਦੀ ਗੱਲਬਾਤ ਮੈਸੇਜ ਮੈਨੂੰ ਉਹਨਾਂ ਦਾ ਬਹੁਤ ਚੰਗਾ ਲੱਗਿਆ ਕਿ ਵਰਕਿੰਗ ਕਲਾਸ ਜਿਹੜੀ ਹੈ ਜਿੱਥੇ ਵੀ ਰਹਿੰਦੀ ਹੈ ਉਹ ਸੰਘਰਸ਼ ਲੜਨੇ ਹੀ ਪੈਣੇ ਨੇ ਸਮਝ ਕੇ ਸਾਰੀ ਗੱਲਬਾਤ ਨੂੰ ਕਿ ਜੋ ਹੋ ਰਿਹਾ ਕਿਉਂ ਹੋ ਰਿਹਾ ਬਿਲਕੁਲ ਅਨੂ ਜੀ ਵੈਸੇ ਵੀ ਪੰਜਾਬੀਆਂ 'ਚ ਇਹ ਜਿਹੜਾ ਇਹ ਮੂਲ ਅੰਦਰ ਇਹ ਕੁਦਰਤੀ ਹੈਗਾ ਹੁਣ ਘੱਟ ਰਿਹਾ ਹੌਲੀ ਹੌਲੀ ਕਿਉਂਕਿ ਸਰਮਾਏਦਾਰੀ ਦਾ ਸਮਾਂ ਸਾਡੇ ਸਾਹਮਣੇ ਗਦਰੀ ਬਾਬਿਆਂ ਦੀ ਸਭ ਤੋਂ ਵੱਡੀ ਐਗਜ਼ਾਮਪਲ ਹੈ ਜਿਹਨਾਂ ਜਿਹਨਾਂ ਮੁਲਕਾਂ ਦੇ ਵਿੱਚ ਗਏ ਉਹਨਾਂ ਉਹਨਾਂ ਲੋਕਾਂ ਵਾਸਤੇ ਉਹ ਉਹੋ ਜਿਹਾ ਚਾਹੇ ਉਹ ਇੰਡੋਨੇਸ਼ੀਆ ਹੋਵੇ ਫਿਲੀਪੀਨਸ ਹੋਵੇ ਕਨੇਡਾ ਹੋਵੇ ਉੱਥੇ ਦੇ ਸੰਘਰਸ਼ ਉਹਨਾਂ ਵਾਸਤੇ ਵੀ ਲੜੇ ਅਤੇ ਆਪਣੇ ਮੁਲਕ ਨੂੰ ਉਹਨਾਂ ਨੇ ਜਿਹੜੀਆਂ ਸਥਿਤੀਆਂ ਉਹਨਾਂ ਨੂੰ ਸੁਧਾਰਨ ਵਾਸਤੇ ਵੀ ਉਹਨਾਂ ਨੇ ਬਹੁਤ ਵੱਡੀਆਂ ਕੁਰਬਾਨੀਆਂ ਕੀਤੀਆਂ ਸੋ ਮੇਰੇ ਖਿਆਲ ਅਨੂ ਜੀ ਆਪਣੇ ਕੋਲ ਨਾ ਸ਼ਾਇਦ ਦੂਸਰੇ ਬੁਲਾਰਿਆਂ ਦਾ ਟਾਈਮ ਨਹੀਂ ਹੋਊਗਾ ਸੋ ਸਾਥੀ ਜੀ ਆਪਾਂ ਕੁਛ ਇੱਕ ਤੇ ਥੋੜਾ ਜਿਹਾ ਜਿਹੜੀ ਗੱਲਬਾਤ ਸਾਥੀ ਕੁਲਵਿੰਦਰ ਵੜੈਚ ਨਾਲ ਹੋਈ ਆ ਉਹ 'ਤੇ ਗੱਲਬਾਤ ਕਰਦੇ ਹਾਂ ਅਤੇ ਹੋਰ ਜਿਹੜਾ ਇੱਕ ਮੀਡੀਆ ਦੇ ਵਿੱਚ ਵਾਰ ਵਾਰ ਜਿਹੜੇ ਕਿਉਂਕਿ ਇਹ ਇੱਕ ਇਹ ਤਾਂ ਹੋ ਗਈ ਕਿ ਕਾਨੂੰਨ ਜਿਹੜੇ ਸਰਕਾਰੀ ਕੋਸ਼ਿਸ਼ਾਂ ਹੋ ਰਹੀਆਂ ਨੇ ਸਾਰੇ ਜਿਹੜੇ ਸੰਘਰਸ਼ ਚੱਲ ਰਹੇ ਉਹਨਾਂ ਨੂੰ ਦਬਾਉਣ ਵਾਸਤੇ ਇੱਕ ਜਿਹੜੀਆਂ ਨੌਨ ਸਰਕਾਰੀ ਨੇ ਲੋਕਾਂ ਦੇ ਵਿੱਚ ਇੱਕ ਇਹੋ ਜਿਹੀ ਅਫਵਾਹ ਕਹਿ ਲਓ ਜਾਂ ਲੋਕਾਂ ਦੇ ਵਿੱਚ ਇੱਕ ਇਹੋ ਜਿਹੀ ਕੰਸੈਂਟ ਆਪਾਂ ਨੂੰ ਕੀ ਕਹਾਂਗੇ ਸਹਿਮਤੀ ਇੱਕ ਲੋਕਾਂ ਦੇ ਵਿੱਚ ਪ੍ਰਗਟਾਈ ਜਾਂਦੀ ਆ ਜਾਂ ਪਤਾ ਨਹੀਂ ਉਹ ਜਾਣ ਬੁੱਝ ਕੇ ਕਰਦੇ ਆ ਜਾਂ ਉਹਨਾਂ ਨੂੰ ਇਸ ਤਰੀਕੇ ਦੀ ਨੌਲੇਜ ਨਹੀਂ ਹੈ ਸੋ ਇੱਥੇ ਹੀ ਨਿਊਜ਼ੀਲੈਂਡ ਦੇ ਵਿੱਚ ਲੋਕਲ ਪ੍ਰੋਗਰਾਮ ਦੇ ਵਿੱਚ ਇਹੋ ਜਿਹੀਆਂ ਦੋ ਚਾਰ ਗੱਲਾਂ ਕੀਤੀਆਂ ਗਈਆਂ ਨੇ ਜਿਹਨਾਂ 'ਤੇ ਤੁਸੀਂ ਮੇਰੇ ਖਿਆਲ ਗੱਲਬਾਤ ਕਰਨੀ ਚਾਹੋਗੇ ਅੱਜ ਆਪਾਂ ਹਾਂਜੀ ਕਿਹੜੀ ਗੱਲ ਬਾਰੇ ਹਾਂਜੀ ਸਾਥੀ ਜੀ ਇੱਕ ਤਾਂ ਸੀਗਾ ਕਿ ਵੀ ਜਿਹੜੇ ਕਿਸਾਨ ਜਿਹੜੀਆਂ ਯੂਨੀਅਨ ਨੇ ਸੋ ਉਹਨਾਂ ਦਾ ਮਤਲਬ ਉਹਨਾਂ ਦਾ ਸੰਘਰਸ਼ ਇਸੇ ਤੱਕ ਹੁੰਦਾ ਵੀ ਉਹਨਾਂ ਦਾ ਕੋਈ ਫੈਮਿਲੀ ਦਾ ਕੋਈ ਮੈਂਬਰ ਮਰ ਜਾਵੇ ਅਤੇ ਉਹਦਾ ਜਿਹੜਾ ਉਹਨਾਂ ਨੂੰ 2-4 ਲੱਖ ਰੁਪਈਆ ਦਵਾ ਦਈਏ ਅਤੇ ਉਹਨਾਂ ਦੇ ਇੱਕ ਜਿਹੜਾ ਮੈਂਬਰ ਵਾ ਜਿਹੜਾ ਉਹਨਾਂ ਦਾ ਪਰਿਵਾਰ ਦਾ ਮੈਂਬਰ ਵਾ ਉਹਨੂੰ ਨੌਕਰੀ ਦਵਾ ਦਈਏ ਅਤੇ ਮਤਲਬ ਇੱਥੇ ਤੱਕ ਸੀਮਤ ਨੇ ਕਿ ਜਦੋਂ ਤੱਕ ਇੱਥੇ ਤੱਕ ਸੀਮਤ ਨੇ ਅਤੇ ਇਹ ਜਿਹੜਾ ਲੋਕਾਂ ਦਾ ਕਦੀ ਭਲਾ ਨਹੀਂ ਹੋ ਸਕਦਾ ਤੁਸੀਂ ਇਹਨਾਂ ਜਥੇਬੰਦੀਆਂ ਦੇ ਵਿੱਚ ਕੰਮ ਕਰਦੇ ਆਏ ਹੋ ਇਹ ਗੱਲ ਕਿਸ ਹੱਦ ਤੱਕ ਇਹ ਸੱਚੀ ਹੈ ਇਹ ਮੇਰਾ ਖਿਆਲ ਆ ਵੀ ਆਪਾਂ ਨੂੰ ਜਿਹੜੀ ਹੈਗੀ ਆ ਉਹ ਪਿੱਛੇ ਜੇ ਇੱਥੇ ਇੱਕ ਟੈਲੀਵਿਜ਼ਨ ਦੇ ਉੱਤੇ ਜਿਹੜੀ ਮਤਲਬ ਜੇ ਗੱਲ ਚੱਲੀ ਆ ਜੀ ਉਹ ਜਿਹੜਾ ਆਪਣਾ ਸਾਥੀ ਤਰਨਜੀਤ ਦੀ ਨਵਕਰਨ ਪੱਤੀ ਨਾਲ ਗੱਲ ਹੋਈ ਆ ਜੀ ਉਹਨੇ ਕੁਛ ਜਿਹੜੇ ਮਤਲਬ ਹੈਗੇ ਆ ਵੀ ਉਹ ਕੁਛ ਤੱਥ ਰੱਖੇ ਆ ਅਤੇ ਉਹਨਾਂ ਤੱਥਾਂ ਵਿੱਚ ਆਹ ਤਕਰੀਬਨ ਜਿਹੜੀ ਤੁਸੀਂ ਗੱਲ ਕੀਤੀ ਹੈ ਇਹ ਤਕਰੀਬਨ ਸਾਰੀ ਜਿਹੜੀ ਹੈਗੀ ਆ ਵੀ ਉਹ ਆਈ ਹੈ ਭਾਵੇਂ ਕਿ ਮਤਲਬ ਵੀ ਸਾਥੀ ਤਰਨਜੀਤ ਨੇ ਤਾਂ ਆਪਦਾ ਜਿਹੜਾ ਉਹਦਾ ਵਿਸ਼ਾ ਸੀਗਾ ਉਹ ਹੀ ਸਪਸ਼ਟ ਕੀਤਾ ਸੀ ਮੁੜ ਕੇ ਵੀ ਉਹ ਕੀ ਚਾਹੁੰਦਾ ਹੈ ਵੀ ਜਿਵੇਂ ਮਤਲਬ ਮੇਰੀ ਵੀ ਉਹਦੇ ਨਾਲ ਗੱਲ ਹੋਈ ਆ ਤਾਂ ਉਹਦੇ ਆਧਾਰ 'ਤੇ ਮਤਲਬ ਉਹਨੂੰ ਤਾਂ ਐਂ ਲੱਗਦਾ ਸੀਗਾ ਵੀ ਜਿਹੜੀ ਮਤਲਬ ਅੱਜ ਹੈਗੀ ਆ ਵੀ ਨੌਜਵਾਨ ਪੀੜ੍ਹੀ ਹੈਗੀ ਆ ਉਹ ਅੱਜ ਦੀ ਜਿਹੜੀ ਜਿਹੜੀਆਂ ਹਾਲਤਾਂ ਹੈਗੀਆਂ ਜਥੇਬੰਦੀਆਂ ਦੀਆਂ ਵੀ ਜਿਵੇਂ ਅਸੀਂ ਦੇਖ ਰਹੇ ਹਾਂ ਵੀ ਗੱਲ ਕਰਦੇ ਹਾਂ ਵੀ ਉੱਥੇ ਜਿਹੜੀ ਨੌਜਵਾਨ ਪੀੜ੍ਹੀ ਕਹਿ ਰਿਹਾ ਜਿਹੜਾ ਉਹਦੇ ਕਾਰਨ ਲੱਭਣ ਵਾਸਤੇ ਗੱਲ ਕੀਤੀ ਸੀ ਪਰ ਉਹਦੇ ਵਿੱਚ ਜਿਹੜੇ ਮਤਲਬ ਸਾਥੀ ਜਿਹੜਾ ਮਤਲਬ ਹੈਗਾ ਨਵਕਰਨ ਪੱਤੀ ਸੀਗਾ ਉਹਨੇ ਜਿਹੜੇ ਕੁਛ ਤੱਥ ਰੱਖੇ ਆ ਉਹਨਾਂ ਵਿੱਚ ਆ ਤੱਥ ਹੈਗਾ ਉਹਨਾਂ ਨੇ ਮਤਲਬ ਜਿਹੜੇ ਹੈਗੇ ਉਹ ਤਿੰਨ ਕੁ ਗੱਲਾਂ ਮੈਂ ਜਿਹੜੀਆਂ ਹੈਗਾ ਮੈਂ ਉਹ ਦੇ ਉਹਨਾਂ ਦੀਆਂ ਨੋਟ ਕੀਤੀਆਂ ਮਤਲਬ ਕਿ ਜਿਹੜੀਆਂ ਹੈਗੀਆਂ ਵੀ ਇੱਕ ਤਾਂ ਉਹਨਾਂ ਇਹ ਸੀਗਾ ਵੀ ਜਿਹੜੇ ਨੌਜਵਾਨ ਆ ਉਹ ਘੋਲਾਂ ਵਿੱਚ ਜਿਹੜੀ ਮਤਲਬ ਹੈਗੀ ਆ ਵੀ ਉਹਨਾਂ ਜਿਹੜੀ ਰਾਜਸੀ ਪੱਧਰ ਦੇ ਉੱਤੇ ਜਿਹੜੀ ਗੈਰ ਹਾਜ਼ਰੀ ਹੈ ਉਹ ਕਿਉਂ ਆ
ਇਹਦੀ ਚੀਰ ਫੜ ਕਰਨ ਵਾਲੀ ਆ ਦੂਜਾ ਹੈਗਾ ਵੀ ਕਿਸਾਨ ਜਥੇਬੰਦੀਆਂ ਜਿਹੜੀਆਂ ਹੈਗੀਆਂ ਉਹ ਆਤਮ ਹੱਤਿਆ ਦੇ ਜਿਹੜੇ ਮਤਲਬ ਸੰਬੰਧੀ ਉਹਨਾਂ ਨਜ਼ਰੀਆ ਜਿਹੜਾ ਹੈਗਾ ਉਹ ਐਂ ਲੱਗਦਾ ਵੀ ਆਰਥਿਕ ਬਣਦਾ ਜਾ ਰਿਹਾ ਹੋਵੇ ਵੀ ਪੈਸੇ ਲਓ ਵੀ ਆਪਣੀਆਂ ਨੇ ਰੈਜ਼ਿਸਟੈਂਸ ਵਾਸਤੇ ਆਪਣੀ ਹੋਂਦ ਵਾਸਤੇ ਲੜਾਈ ਕਰ ਰਹੀਆਂ ਨੇ ਲੋਕਾਂ ਵਾਸਤੇ ਲੜਾਈ ਨਹੀਂ ਕਰ ਰਹੀਆਂ ਹਾਂ ਵੀ ਮਤਲਬ ਜਾਣੀ ਵੀ ਇੱਕ ਤਰ੍ਹਾਂ ਉਹਦੇ ਨਾਲ ਵੀ ਉਹਨੂੰ ਐਂ ਲੱਗਦਾ ਵੀ ਜਿਵੇਂ ਜਿਵੇਂ ਖੱਬੀਆਂ ਸੱਜੀਆਂ ਪਾਰਟੀਆਂ ਹੈਗੀਆਂ ਵੀ ਜਿਵੇਂ ਉਹ ਜਿਹੜੀਆਂ ਹੈਗੀਆਂ ਵੀ ਉਹ ਆਰਥਿਕਤਾ ਤੋਂ ਬਾਹਰ ਨਹੀਂ ਨਿਕਲਦੀਆਂ ਸਿਰਫ ਉਹ ਲੜਾਈ ਲੜਦੀਆਂ ਵੀ ਸਾਨੂੰ ਵੀ ਐਂ ਲੱਗਦਾ ਵੀ ਜਣੀ ਵੀ ਜਿਵੇਂ ਉਹ ਉਹਨਾਂ ਦੇ ਵਰਗੀਆਂ ਬਣ ਗਈਆਂ ਹੁਣ ਤੀਜੀ ਗੱਲ ਮਤਲਬ ਉਹਨਾਂ ਰੱਖੀ ਹੈਗੀ ਆ ਮੁਲਕ ਵੀ ਜਿਹੜੀ ਖੱਬੇ ਪੱਖੀ ਕਿਸਾਨ ਜਥੇਬੰਦੀਆਂ ਤਾਂ ਉਹਨਾਂ ਦੀਆਂ ਮੁਲਕ ਜਿਹੜੀਆਂ ਰਵਾਇਤੀ ਪਾਰਟੀਆਂ ਵਰਗੀਆਂ ਜਿਹੜੀ ਹੈਗੀ ਆ ਲਾਈਨ ਆਫ ਐਕਸ਼ਨ ਹੈ ਉਹੋ ਜਿਹਾ ਹੀ ਦਿੰਦੀਆਂ ਇਸ ਵਾਸਤੇ ਮੁੜ ਕੇ ਤਿੰਨ ਗੱਲਾਂ ਰੱਖੀਆਂ ਉਹਦੇ ਵਿੱਚੋਂ ਤੇ ਉਹ ਤਿੰਨਾਂ ਗੱਲਾਂ ਦੇ ਵਿੱਚੋਂ ਮੁੜ ਕੇ ਜਾਣੀ ਵੀ ਆਪਾਂ ਮੈਂ ਸਮਝਦਾ ਮੁੜ ਕੇ ਇਹਦੇ ਤੇ ਆਪਾਂ ਮੋਟਾ ਮੋਟਾ ਜਾਣਦਾ ਜਾ ਵੀ ਜਿਵੇਂ ਮੈਂ ਸਮਝਦਾ ਵੀ ਮੈਂ ਕੋਈ ਮਾਰਕਸਵਾਦੀ ਦਾ ਹੈ ਨੀ ਗਾ ਪਰ ਇਹਦੇ ਬਾਵਜੂਦ ਵੀ ਜਿੰਨਾ ਕਿ ਸਾਰੀ ਉਮਰ ਲੰਘੀ ਹੈ ਇਸ ਇਹਨਾਂ ਧਰਨਿਆਂ ਬਜ਼ਾਰਾਂ ਵਿੱਚ ਮੁੜ ਕੇ ਜਾਂ ਐਕਸ਼ਨਾਂ ਦੇ ਵਿੱਚ ਤਾਂ ਜੋ ਜਿਹੜਾ ਕਿ ਮਤਲਬ ਜਿੰਨਾ ਕੁ ਮੈਂ ਸਮਝਦਾ ਵੀ ਆਪਾਂ ਉਹਦੇ ਆਧਾਰ ਦੇ ਉੱਤੇ ਜਿੰਨੀ ਕੁ ਆਪਣੇ ਕੋਲ ਸਮਾਂ ਵੀ ਨਹੀਂ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਜੇ ਕੋਈ ਗੱਲ ਮਤਲਬ ਜੇ ਆਪਣੇ ਕੋਲ ਰਹਿੰਦੀ ਹੈ ਤਾਂ ਆਪਣੇ ਕਿਉਂਕਿ ਇਹ ਗੱਲ ਜਿਹੜੀ ਹੈਗੀ ਉਹ ਛੇਤੀ ਨਿਬੜਨ ਵਾਲੀ ਹੈ ਨੀਗੀ ਜੇ ਤਿੰਨਾਂ ਨੂੰ ਆਪਾਂ ਵੱਖ ਵੱਖ ਲਵਾਂਗੇ ਤਾਂ ਇਹ ਸਮਾਂ ਤਾਂ ਲੱਗੂਗਾ ਪਰ ਇਹਦੇ ਬਾਵਜੂਦ ਵੀ ਮੁੜ ਕੇ ਜਿਹੜੀ ਹੈਗੀ ਆਪਾਂ ਪਹਿਲਾਂ ਆਪਾਂ ਗੱਲ ਕਰ ਲਈਏ ਵੀ ਲਾਈਨ ਆਫ ਐਕਸ਼ਨ ਦੀ ਵੀ ਉਹ ਮਤਲਬ ਉਹਨਾਂ ਨੂੰ ਕਿਉਂ ਐਂ ਲੱਗ ਰਿਹਾ ਤਾਂ ਉਹਦੇ ਵਿੱਚ ਸਾਨੂੰ ਮਤਲਬ ਹੈਗਾ ਸਾਨੂੰ ਪਹਿਲਾਂ ਦੇਖਣਾ ਪਊਗਾ ਤਾਂ ਪਿਛੋਕੜ ਦੇਖਣਾ ਪਊਗਾ ਬਿਲਕੁਲ ਇਹਦਾ ਪਿਛੋਕੜ ਕੀ ਆ ਤੇ ਗੱਲ ਮਤਲਬ ਜਿਹੜੀ ਹੈਗੀ ਆ ਉਹ ਕਿੱਥੇ ਜਿਹੜੀ ਹੈਗੀ ਉਹ ਕਿਉਂ ਖੜੀ ਆ ਤਾਂ ਫਿਰ ਮੁੜ ਕੇ ਜਿਹੜੀ ਹੈਗੀ ਆ ਵੀ ਉਹ ਜਿਹੜੀਆਂ ਜਿਹੜੀਆਂ ਜਥੇਬੰਦੀਆਂ ਹੈਗਾ ਉਹਨਾਂ ਵਿੱਚ ਜਿਹੜੇ ਮਤਲਬ ਜਿਹੜੇ ਉਹ ਇਹੋ ਜਿਹੇ ਐਕਸ਼ਨ ਦਿੰਦੇ ਕਿਉਂ ਤਾਂ ਉਹਦੇ ਵਿੱਚ ਮਤਲਬ ਹੈਗਾ ਵੀ 67 ਤੋਂ ਲਾ ਕੇ 75 ਤੱਕ ਜਿਹੜੀ ਨਕਸਲਵਾੜੀ ਮੂਵਮੈਂਟ ਜਿਹੜੀ ਉੱਠੀ ਆ ਜੀ ਤਾਂ ਉਹਦੇ ਵਿੱਚ ਮਤਲਬ ਜਿਹੜੀ ਸੀਗੀ ਵੀ ਉਹ ਕਿਉਂਕਿ ਐਸ ਐਨ ਸਿੰਘ ਜਿਹੜਾ ਸਤਿਆ ਨਾਰਾਇਣ ਸਿੰਘ ਜਿਹੜਾ ਬੰਦਾ ਸੀਗਾ ਉਹਨੇ ਇਹਦੀ ਅਗਵਾਈ ਕੀਤੀ ਸੀ ਤੇ ਉਹਦੇ ਵਿੱਚ ਮੁੜ ਕੇ ਜਦੋਂ ਉਹਦੇ ਅਗਵਾਈ ਕਰਨ ਵਾਲਾ ਬੰਦਾ ਸੀਗਾ ਤਾਂ ਉਸ ਵਕਤ ਦੇ ਵਿੱਚ ਮੁੜ ਕੇ ਪੰਜਾਬ ਦੇ ਵਿੱਚ ਜਿਹੜੀ ਸੀਗੀ ਉਹ ਸਾਡੇ ਕੋਈ ਸਾਡੀਆਂ ਹਾਲਤਾਂ ਬੰਗਾਲ ਵਰਗੀਆਂ ਹਾਲਤਾਂ ਨਹੀਂ ਸੀਗੀਆਂ ਉੱਥੋਂ ਦੀ ਹਾਲਤ ਜਿਹੜੀ ਉਹ ਮਾੜੀ ਸੀ ਲੋਕ ਉਹਦੇ ਗਰੀਬੀ ਬਹੁਤ ਜ਼ਿਆਦਾ ਸੀ ਪਰ ਸਾਡੇ ਜਿਹੜੇ ਲੋਕ ਸੀਗੇ ਜਿਹੜੀ 67 ਵਿੱਚ ਆ ਉਹ ਖਾਂਦੇ ਪੀਂਦੇ ਘਰਾਂ ਦੇ ਸੀਗੇ ਇਸੇ ਵਾਸਤੇ ਮੁੜ ਕੇ ਜਿਹੜੀ ਇੱਥੇ ਕੋਈ ਜਿਹੜੀਆਂ ਸਾਡੀਆਂ ਜਿਹੜੀਆਂ ਜਥੇਬੰਦੀਆਂ ਵੀ ਸੀਗੀਆਂ ਜਥੇਬੰਦੀਆਂ ਵੀ ਮਤਲਬ ਜਿਹੀਆਂ ਸਾਡੀਆਂ ਉਹ ਕੋਈ ਇੱਡੀਆਂ ਮਤਲਬ ਤਕੜੀਆਂ ਨਹੀਂ ਸੀਗੀਆਂ ਇਹਦਾ ਕਾਰਨ ਵੀ ਇਹੀ ਸੀਗਾ ਵੀ ਜਿੱਥੇ ਵੱਧ ਦਬਾਅ ਬਣਦਾ ਜਿੱਥੇ ਵੱਧ ਹਾਲਤ ਮਾੜੀ ਹੁੰਦੀ ਆ ਉੱਥੇ ਜਥੇਬੰਦੀਆਂ ਤਕੜੀਆਂ ਜਿੱਥੇ ਨਹੀਂ ਹੁੰਦਾ ਉੱਥੇ ਘੱਟ ਹੁੰਦੀਆਂ ਤਾਂ ਉਹਨਾਂ ਦਿਨਾਂ ਵਿੱਚ ਮੁੜ ਕੇ ਵੀ ਇੱਥੇ ਜਿਹੜੀਆਂ ਸਾਡੇ ਪੰਜਾਬ ਦੀ ਹਾਲਤ ਸੀਗੀ ਜੋ ਸਾਡੇ ਤੱਕ ਇਹ ਗੱਲ ਪਹੁੰਚੀ ਆ ਵੀ ਉੱਥੇ ਮਤਲਬ ਜਿਹੜਾ ਸੀਗਾ ਵੀ ਉੱਥੇ ਜਦੋਂ ਉਹਨਾਂ ਨੇ ਜ਼ਮੀਨਾਂ 'ਤੇ ਕਬਜ਼ੇ ਕਰਨਾ ਸ਼ੁਰੂ ਕਰਤੇ ਉੱਥੇ ਮੁੜ ਕੇ ਜਿਹੜੀ ਆ ਨਕਸਲਵਾੜੀ ਪਿੰਡ ਦੇ ਵਿੱਚ ਲਹਿਰ ਸ਼ੁਰੂ ਹੋਈ ਤਾਂ ਉਹਦੇ ਨਾਲ ਮਤਲਬ ਜਿਹੜੀ ਇਹ ਜਿਹੜੀ ਗੱਲ ਆਈ ਆ ਤਾਂ ਪੰਜਾਬ ਜਦੋਂ ਪਹੁੰਚੀ ਆ ਤਾਂ ਪੰਜਾਬ ਦੇ ਵਿੱਚ ਮਤਲਬ ਸੀਗੀ ਸਾਡੇ ਇੱਥੇ ਨਾ ਤਾਂ ਉਸ ਵਕਤ ਕਿਸਾਨ ਵੀ ਗਹਿਰਾ ਜਾਂਦੇ ਤੇ ਉਸ ਵਕਤ ਮਤਲਬ ਜਿਹੜੀਆਂ ਹੈਗੀਆਂ ਜਿਹੜੀਆਂ ਕਿਸਾਨ ਜਥੇਬੰਦੀਆਂ ਤੇ ਮਜ਼ਦੂਰ ਜਥੇਬੰਦੀਆਂ ਜਾਂ ਜਿਹੜੀ ਸਨਅਤ ਜਿਹੜੇ ਜਿਹੜੀ ਹੈਗੀ ਆ ਉਹਨਾਂ ਜਥੇਬੰਦੀਆਂ ਵੀ ਗੈਰ ਹਾਜ਼ਰ ਸੀ ਉੱਥੇ ਕੋਈ ਹੈ ਨਹੀਂ ਸੀ ਪਰ ਜਿਹੜੇ ਉਹਦੇ 'ਚ ਬੰਦੇ ਆਏ ਨੌਜਵਾਨ ਆਏ ਉਹ ਕਾਲਜਾਂ ਵਿੱਚੋਂ ਆਏ ਕਾਲਜਾਂ ਵਿੱਚੋਂ ਆਏ ਮੁੜ ਕੇ ਤਾਂ ਉਹਦੇ ਨਾਲ ਨੁਕਸਾਨ ਕੀ ਹੋਇਆ ਨੁਕਸਾਨ ਇਹ ਹੋਇਆ ਵੀ ਜਦੋਂ ਉਸ ਵਕਤ ਦੇ ਮੁੜ ਕੇ ਜਿਹੜੇ ਉਹ ਬੰਦੇ ਜਿਹੜੇ ਜਿਹੜੇ ਮੁੰਡੇ ਸੀਗੇ ਉਹ ਸਿਰਫ ਉਹ ਜਿਹੜੇ ਉਹਨਾਂ ਨੂੰ ਚਲਾਉਣ ਵਾਲੇ ਸੀ ਉਹਨਾਂ ਦੇ ਉਹਨੂੰ ਤੱਤੇ ਨਾਰੇ ਦਿੰਦੇ ਸੀ ਉਹ ਤੱਤੇ ਗੱਲਾਂ ਸੁਣ ਕੇ ਤੇ ਉਹਨੂੰ ਹਥਿਆਰ ਫੜਾ ਦਿੰਦੇ ਸੀ ਭਾਈ ਤੋੜ ਦਿੰਦੇ ਸੀ ਨਾ ਤਾਂ ਕੋਈ ਮਾਸ ਮੁੜਤੀ ਕਹਿੰਦੇ ਗੱਲ ਚਲਾਈ ਨਾ ਉਹਨੂੰ ਇਹ ਸਮਝਾਇਆ ਗਿਆ ਨਾ ਉਹਨੂੰ ਕੋਈ ਗੱਲਬਾਤ ਜਿਹੜੀ ਚੱਲੀ ਜੇ ਉਹ ਮਤਲਬ ਉਹਨੂੰ ਸਮਝਾਇਆ ਜਾਂਦਾ ਜਾਂ ਉਹਨਾਂ ਨੂੰ ਮਾਸ ਮੁੰਡਰ ਪਾਸੇ 10 ਸਾਲ ਪਾਇਆ ਜਾਂਦਾ ਤਾਂ ਜਿਹੜੀਆਂ ਅੱਜ ਦੀਆਂ ਹਾਲਤਾਂ ਹੀ ਹਾਲਤਾਂ ਹੁੰਦੀਆਂ ਨਾ ਉਹਨਾਂ ਜਿਹੜੀਆਂ ਜਦੋਂ ਉਹ ਜਿਹੜੀਆਂ ਗੱਲਾਂ ਤੱਤੀਆਂ ਹੋਈਆਂ ਉਹਨਾਂ ਦਾ ਮੁੜ ਕੇ ਕੀ ਹੋਇਆ ਇੱਥੇ ਸਾਡੇ ਜਿਹੜੇ ਮੁਲਕ ਕੋਈ ਲੋਕਾਂ ਵਾਲੀ ਗੱਲ ਹੈ ਨਹੀਂ ਸੀਗੀ ਪੱਧਰਾ ਵੱਧਦੀ ਸਾਡੀ ਪੰਜਾਬ ਦੀ ਧਰਤੀ ਸੀਗੀ ਤਾਂ ਥੋੜ੍ਹਿਆਂ ਦਿਨਾਂ ਵਿੱਚ ਜਿਹੜੇ ਸੀਗੇ ਉਹ
ਜਿਹੜੀ ਸੀਗੀ ਸਾਡੇ ਜਿਹੜੇ ਨੌਜਵਾਨ ਮੁੰਡੇ ਸੀਗੇ ਸਰਕਾਰ ਦੇ ਤਸ਼ੱਦਦ ਨੇ ਝੁੜਤੇ ਬਹੁਤ ਤਸ਼ੱਦਦ ਬਹੁਤ ਜ਼ਿਆਦਾ ਤਸ਼ੱਦਦ ਹੋਇਆ ਤੇ ਉਹਨਾਂ ਦੀ ਮੰਜਲੀ ਸੀਗੀ ਉਹ ਬਹੁਤ ਜਲਦੀ ਜਿਹੜੀ ਸੀਗੀ ਉਹ ਚੁਣਤੇ ਤੇ ਚੁਣਨ ਦੇ ਨਾਲ ਜਿਹੜਾ ਸੀਗਾ ਉਹਦੇ ਨਾਲ ਕੁਛ ਜਿਹੜਾ ਜਿਹੜਾ ਨੁਕਸਾਨ ਵੱਡਾ ਨੁਕਸਾਨ ਹੋਇਆ ਤਾਂ ਉਹਦੇ ਨਾਲ ਮੁੜ ਕੇ ਜਿਹੜੇ ਸੀਗੇ ਵੀ ਜਿਹੜੇ ਪੁਲਿਸ ਮੁਕਾਬਲੇ ਤਸ਼ੱਦਦ ਜਿਹੜੇ ਬੰਦੇ ਬਾਕੀ ਬਚੇ ਉਹ ਮੁੜ ਕੇ ਜਿਹੜੇ ਸੀ ਉਹ ਡਰ ਦੇ ਵਿੱਚੋਂ ਬਾਕੀ ਜਿਹੜੇ ਸੀਗੇ ਜਿਹੜੇ ਆਪਾਂ ਪਹਿਲੀ ਗੱਲ ਵੀ ਕਰ ਚੁੱਕੇ ਹਾਂ ਮੁੜ ਕੇ ਪਹਿਲਾ ਸਾਥੀ ਕਰ ਗਿਆ ਵੀ ਬਾਕੀ ਜਿਹੜੇ ਸੀਗੇ ਬਚੇ ਵੀ ਜਿਹੜੇ ਸੀਗੇ ਉਹ ਪ੍ਰਵਾਸ ਵਾਲੇ ਪਾਸੇ ਵੀ ਤੁਰ ਗਏ ਤਾਂ ਨਸ਼ੇ ਵਾਲੇ ਪਾਸੇ ਵੀ ਤੁਰ ਗਏ ਜਿਹੜੇ ਸੀਗੇ ਇਸ ਵਾਸਤੇ ਜਿਹੜੀ ਵੀ ਇਹ ਜਿਹੜੀ ਆ ਜਿਹੜੀ ਲਹਿਰ ਨੇ ਦੇ ਵਿੱਚ ਜਦੋਂ ਜਿਹੜੀ ਉੱਥੇ ਆਈ ਆ ਉਸ ਲਹਿਰ ਨੇ ਜਿੱਥੇ ਇਹਨਾਂ ਲੋਕਾਂ ਦਾ ਫਾਇਦਾ ਕਰਨਾ ਸੀ ਜਾਂ ਉਸ ਲਹਿਰ ਨੂੰ ਅੱਗੇ ਵਧਾ ਕੇ ਜਿਹੜੇ ਉਹਨਾਂ ਦੇ ਜਿਹੜੇ ਹੈਗੇ ਆ ਜਿਹੜੇ ਸਾਮਰਾਜੀ ਲੁੱਟ ਸੀ ਉਹਨੂੰ ਪਾਸੇ ਕਰਨੀ ਸੀ ਸਗਮਾ ਜਿਹੜੇ ਸ਼ਬਦਾਂ ਨਾਲ ਉਹ ਆਈ ਸੀ ਨਕਸਲਵਾਦੀ ਮੂਵਮੈਂਟ ਉਹਨਾਂ ਕਿਉਂਕਿ ਜਦੋਂ ਇਸ ਪਾਸੇ ਪਤਾ ਨਹੀਂ ਸੀ ਨਾ ਤਾਂ ਕਿਸਾਨੀ ਨੂੰ ਪਤਾ ਸੀ ਨਾ ਕਿਸੇ ਸੜਕ ਦੇ ਜਿਹੜੀਆਂ ਮਜ਼ਦੂਰਾਂ ਜਿੱਥੇ ਮਨ ਉਹਨਾਂ ਨੂੰ ਪਤਾ ਸੀਗਾ ਉਹ ਜਿਹੜੇ ਨਾਂ ਦੇ ਉੱਤੇ ਉਹਨਾਂ ਨੇ ਇੱਥੇ ਲੋਕਾਂ ਦੀ ਅਗਵਾਈ ਕਰਨੀ ਸੀ ਉਸੇ ਨਾਂ ਦੇ ਉੱਤੇ ਉਹ ਮਾਰੇ ਗਏ ਵੀ ਅੱਜ ਤੱਕ ਵੀ ਜਿਹੜੇ ਹੈਗੇ ਉਹ ਨਕਸਲਵਾਦੀ ਸ਼ਬਦ ਵਰਤ ਕੇ ਜਿਹੜੀ ਸਰਕਾਰ ਆ ਉਹ ਲੋਕਾਂ ਦੇ ਵਿੱਚ ਜਿਹੜਾ ਹੈਗਾ ਮਤਲਬ ਖੇੜੇ ਖੜੇ ਕਰਦੀ ਹੈ ਇਸ ਵਾਸਤੇ ਆ ਤਾਂ ਸੋ ਉਹਦੇ ਵਿੱਚ ਮਤਲਬ ਜਿਹੜੀ ਇਹ ਜਿਹੜਾ ਤਕਰੀਬ ਉਹਨਾਂ ਜਿਹੜਾ ਸੀਗਾ ਵੀ ਉਦੋਂ ਬਾਅਦ ਚ ਉਸੇ ਸਮੇਂ ਦੌਰਾਨ ਜਦੋਂ ਇਹ ਪੰਜਾਬ ਦੇ ਵਿੱਚ ਜਿਹੜਾ ਸੀਗਾ ਪ੍ਰਤੀਫਲ ਰੰਧਾਵਾ ਕਿਉਂਕਿ ਉਸ ਵਕਤ ਇਹ ਜਿਹੜੀ ਸੀਗੀ ਇਹ ਲਾਈਨ ਸੀਗੀ ਉਹ ਸਿਰਫ ਸਕੂਲਾਂ ਕਾਲਜਾਂ ਵਿੱਚ ਸੀ ਹੋਰ ਪਾਸੇ ਤਾਂ ਹੈ ਨਹੀਂ ਸੀ ਮੇਰੇ ਖਿਆਲ ਸਰੋਤਿਆਂ ਨੂੰ ਸ਼ਾਇਦ ਬਹੁਤਿਆਂ ਨੂੰ ਸੱਚ ਜੀ ਨਾ ਪਤਾ ਹੋਵੇ ਪ੍ਰਤੀਫਲ ਰੰਧਾਵਾ ਉਹ ਥੋੜਾ ਜਿਹਾ ਬਰੀਫ ਦੇ ਵਿੱਚ ਉਹਨਾਂ ਦੇ ਬਾਰੇ ਦੱਸੋ ਪ੍ਰਤੀਪਾਲ ਰੰਧਾਵਾ ਜਿਹੜਾ ਸੀਗਾ ਮੁੜ ਕੇ ਜਿਹੜੀ ਉਹ 80 ਤੋਂ 90 ਜਿਹੜਾ ਮਤਲਬ 70 ਤੋਂ 80 ਦੇ ਵਿੱਚ ਸੰਨ ਦੇ ਵਿੱਚ ਮੁੜ ਕੇ ਜਿਹੜਾ ਉਸ ਸਟੂਡੈਂਟ ਯੂਨੀਅਨ ਦਾ ਜਿਹੜਾ ਆਗੂ ਬੰਦਾ ਸੀ ਉਸ ਦੇ ਸਮੇਂ ਦੇ ਵਿੱਚ ਮੁੜ ਕੇ ਜਿਹੜੇ ਹੈਗੇ ਆ ਨਵੇਂ ਨਵੇਂ ਜਿਹੜੀਆਂ ਵੱਧ ਜਿਹੜੀ ਮਹਿੰਗਾਈ ਆ ਉਹ ਤੇਜ਼ੀ ਨਾਲ ਵਧਣੀ ਸ਼ੁਰੂ ਹੋਈ ਉਦੋਂ ਪਹਿਲਾਂ ਘੱਟ ਹੌਲੀ ਹੌਲੀ ਪੈਸਾ 2 ਪੈਸੇ 9 ਪੈਸੇ ਵਧਾਉਂਦੇ ਸੀਗੇ ਪਰ ਉਸ ਵਕਤ ਦੇ ਮੁੜ ਕੇ ਜਿਹੜੀਆਂ ਸੀਗੀਆਂ ਆਹ ਜਿਹੜੀਆਂ ਬੱਸਾਂ ਦੇ ਕਿਰਾਏ ਵਗੈਰਾ ਜਿਹੜੇ ਵਧਣ ਵਾਲੀ ਗੱਲ ਪਾਸੇ ਪਈ ਆ ਤਾਂ ਇਹ ਉਸ ਸਮੇਂ ਦੀ ਗੱਲ ਆ ਉਸ ਦੀ ਜਿਹੜੀ ਆ ਜਦੋਂ ਮੁੜ ਕੇ ਜਦੋਂ ਉਹਦੀ ਮੌਤ ਹੋ ਜਾਂਦੀ ਆ ਤਾਂ ਜਿਹੜੀ ਉਦੋਂ ਬਾਅਦ ਦੇ ਵਿੱਚ ਉਸ ਪੰਜਾਬ ਸਟੂਡੈਂਟ ਯੂਨੀਅਨ ਦੀ ਬਾਕੀ ਬਚੀ ਜਥੇਬੰਦੀ ਸੀ ਉਸ ਜਿਹੜੀ ਜਥੇਬੰਦੀ ਇਹ ਇਸ ਬੰਦੀ ਦੀ ਮੌਤ ਹੋ ਗਈ ਪਰ ਉਦੋਂ ਬਾਅਦ ਚ ਮੁੜ ਕੇ ਜਿਹੜੀ ਸੀਗੀ ਵੀ ਇਹ ਜਥੇਬੰਦੇ ਜਿਹੜੇ ਬਾਕੀ ਬਚੇ ਸੀ ਉਹਨਾਂ ਨੇ ਬਾਕੀ ਕਾਲਜਾਂ ਵਿੱਚ ਤੇ ਬਾਕੀ ਉਸ ਜਿਹੜੀ ਰਹਿੰਦ ਖੂੰਹਦ ਸੀ ਉਹਨੇ ਅਗਵਾਈ ਕਰਨੀ ਸੀ ਪਰ ਉਹ ਅਗਵਾਈ ਕਰਨ ਤੋਂ ਜਿਹੜੀ ਸੀਗੀ ਉਹ ਪਾਸੇ ਹੋ ਗਏ ਉਹ ਮੁੜ ਕੇ ਉਹ ਚੁੱਪ ਕਰਕੇ ਬਹਿ ਗਏ ਤੇ ਉਹ ਮੁੜ ਕੇ ਜਿਹੜੇ ਸੀਗੇ ਵੀ ਉਹ ਜਿਹੜੀ ਹੋਈ ਆ ਮਤਲਬ ਜਿਹੜੀ ਉਹ ਅਗਵਾਈ ਨਾ ਕਰਨ ਕਰਕੇ ਉਹ ਜਥੇਬੰਦੀ ਖਿੰਡ ਗਈ ਇਸ ਵਾਸਤੇ ਉਹਦੇ ਖਿੰਡਣ ਦੇ ਨਾਲ ਨੁਕਸਾਨ ਇਹ ਹੋਇਆ ਵੀ ਉਹ ਜਿਹੜਾ ਐਸ ਐਨ ਸਿੰਘ ਦਾ ਮੁੜ ਕੇ ਜਿਹੜਾ ਜਿਹੜਾ ਵਰਤਾਰਾ ਸੀਗਾ ਵੀ ਉਹਦੇ ਨਾਲ ਇੱਕ ਗੱਲ ਤਾਂ ਹੋ ਗਈ ਵੀ ਜਿਹੜਾ ਜੋ ਜਿਹੜੀਆਂ ਮਤਲਬ ਖੱਬੀਆਂ ਸਦੀਆਂ ਜਿਹੜੀਆਂ ਪਾਰਟੀਆਂ ਕਹਿੰਦੀਆਂ ਸੀਗੀਆਂ ਵੀ ਸਾਰਾ ਕੁਛ ਜਿਹੜਾ ਹੈਗਾ ਜਮਾਤੀ ਸੰਘਾਂ 'ਚ ਕੁਛ ਨਹੀਂ ਹੁੰਦਾ ਤੇ ਵੋਟਾਂ 'ਚ ਸਾਰਾ ਕੁਛ ਹੋ ਜੂਗਾ ਤਾਂ ਇਹ ਗੱਲ ਤਾਂ ਪੱਕੀ ਹੋ ਗਈ ਮੁੜ ਕੇ ਵੀ ਨਹੀਂ ਜਮਾਤੀ ਸੰਘਾਂ 'ਚ ਜ਼ਰੂਰੀ ਆ ਇਹ ਤੋਂ ਬਿਨਾਂ ਮੁੜ ਕੇ ਜਿਹੜਾ ਹੈਗਾ ਇਹ ਜਿਹੜਾ ਜਿਹੜਾ ਹੈਗਾ ਇਹਨੂੰ ਦੁਨੀਆਂ ਉੱਤੇ ਇਨਕਲਾਬ ਨਹੀਂ ਕੀਤੇ ਜਾ ਸਕਦੇ ਇਹ ਚੰਗਾ ਹੋਇਆ ਪਰ ਨੁਕਸਾਨ ਜਿਹੜਾ ਵੱਡਾ ਉਹ ਜ਼ਿਆਦਾ ਵੱਡਾ ਹੋ ਗਿਆ ਕਿ ਮੁੜ ਕੇ ਇੱਕ ਪੀੜ੍ਹੀ ਮਾਰੀ ਗਈ ਤਾਂ ਉਸ ਤੋਂ ਬਾਅਦ 'ਚ ਮੁੜ ਕੇ ਕੀ ਹੋਇਆ ਵੀ ਉਸ ਸਮੇਂ ਮੁੜ ਕੇ ਜਿਹੜੀ ਲਹਿਰ ਵਿੱਚੋਂ ਜਿਹੜੇ ਬਚੇ ਖੁਚੇ ਮੁੜ ਕੇ ਨੌਜਵਾਨ ਸੀਗੇ ਉਹ ਤਕਰੀਬਨ 90 ਤੱਕ ਇਸ ਲਹਿਰ ਵਿੱਚ ਦੀ ਜਿਹੜੀ ਮੁੜ ਕੇ ਜਿਹੜੀ ਜਿਹੜੇ ਹੁਣ ਅੱਜ ਜਿਹੜੇ ਅੱਜ ਜਿਹੜੇ ਮੁੜ ਕੇ ਜਿਹੜੇ ਜਿਹੜੇ ਨੌਜਵਾਨ ਆ ਜਿਹੜੇ ਅੱਜ ਕਿਸਾਨੀ ਵਿੱਚ ਜਿਹੜੇ ਪਹੁੰਚੇ ਆਏ ਹੈਗੇ ਆ ਇਹ ਉਸੇ ਲਹਿਰ ਦੀ ਜਿਹਦੇ ਵਿੱਚ ਉਸ ਵਕਤ ਜਵਾਨ ਹੁੰਦੇ ਸੀ 67 ਦੇ ਵਿੱਚ 72-75 ਦੇ ਵਿੱਚ ਤਾਂ ਜਦੋਂ ਇਹ ਫੇਟ ਵੱਜੀ ਆ ਜਿਹੜੀ ਉਹਦੇ ਵਿੱਚ ਬਚੀ ਖੁਚੀ ਸੀਗੀ ਉਹ ਹੁਣ ਤੱਕ ਜਿਹੜੇ ਮੁੜ ਕੇ ਹੁਣ ਸਾਡੇ ਉਹ ਅਗਵਾਈ
80 90 ਤੱਕ 90 ਵਿੱਚ ਆ ਕੇ ਉਹਨਾਂ ਨੇ ਅਗਵਾਈ ਕੀਤੀ ਹੈ ਤੇ ਉਹੀ ਮੁਲਕ ਜਿਹੜੀ ਅਗਵਾਈ ਕਰ ਰਹੇ ਪਰ ਉਹਦੇ ਵਿੱਚ ਨੌਜਵਾਨ ਹਜੇ ਜਿਹੜੇ ਹੈਗੇ ਉਹ 11,000 ਸਾਥੀ ਜੀ ਤੁਸੀਂ ਬਹੁਤ ਵਧੀਆ ਕਨੈਕਸ਼ਨ ਜੋੜਿਆ ਹੈ ਤੁਸੀਂ ਇਹ ਕਹਿਣਾ ਚਾਹ ਰਹੇ ਹੋ ਕਿ ਜਿਹੜੀਆਂ ਹੁਣ ਦੀਆਂ ਲੋਕ ਪੱਖੀ ਕਿਸਾਨ ਤੇ ਮਜ਼ਦੂਰ ਜਥੇਬੰਦੀਆਂ ਨੇ ਉਹਨਾਂ ਦੇ ਵਿੱਚ ਉਹੀ ਜਿਹੜਾ ਜਜ਼ਬਾ ਕਿਉਂਕਿ ਨਕਸਲਵਾੜੀ ਲਹਿਰ ਦੇ ਵਿੱਚ ਜਿਹੜਾ ਉਹਨਾਂ ਦਾ ਜਜ਼ਬਾ ਸੀਗਾ ਉਹ ਤੇ ਪਵਿੱਤਰ ਸੀਗਾ ਨਾ ਇਹਦੇ ਵਿੱਚ ਕੋਈ ਸ਼ੱਕ ਨਹੀਂ ਕੁਰਬਾਨੀ ਦਿੱਤੀ ਉਹਨਾਂ ਨੇ ਸੋ ਉਹੀ ਜਿਹੜੇ ਇਸ ਟਾਈਮ ਜਿਹੜੇ ਬਜ਼ੁਰਗ ਹੋ ਚੁੱਕੇ ਆ ਉਹ ਲੀਡ ਕਰ ਰਹੇ ਆ ਸੋ ਬਹੁਤ ਵਧੀਆ ਹਾਂ ਸ਼ੁਰੂ ਰੱਖੋ ਜੀ ਜੀ ਉਸ ਤੋਂ ਬਾਅਦ ਚ ਮੁੜ ਕੇ ਇਸ ਲਹਿਰ ਦੀ ਜਿਹੜੀ ਜਿਹੜੀ ਮਤਲਬ ਜਿਹੜੀ ਨਵੀਂ ਪੀੜ੍ਹੀ ਸੀ ਤੇ ਜਿਹੜੀ ਉਸ ਪੀੜ੍ਹੀ ਜਿਹੜੀ ਉਹ ਡਰ ਤੇ ਸਦਮੇ ਕਰਕੇ ਮੁੜ ਕੇ ਜਿਹੜੀ ਸੀਗੀ ਉਹ ਜਿਹੜੀ ਸੀਗੀ ਉਹ ਵੱਡਾ ਵੱਡੇ ਪੱਧਰ ਤੇ ਪ੍ਰਵਾਸ ਵੀ ਕਰ ਗਈ ਇਹ ਪੀੜ੍ਹੀ ਜਿਹੜੀ ਅੱਜ ਤੱਕ ਜਿਹੜੀ ਮਤਲਬ ਹੈਗੀ ਆ ਤਕਰੀਬਨ ਵੀ ਜਿਹੜੀ ਆ ਉਹ ਗੈਰ ਹਾਜ਼ਰੀ ਆ ਤਕਰੀਬਨ 60 ਤੋਂ ਲਾ ਕੇ 90 ਤੱਕ ਦੀ ਜਿਹੜੀ ਪੀੜ੍ਹੀ ਸੀ ਜਿਹਨੇ ਮੁੜ ਕੇ ਆ ਕੇ ਇਸ ਪੀੜ੍ਹੀ ਦੇ ਜਿਹੜੇ ਜਿਹੜੇ 65-70 ਦੇ ਵਿੱਚ ਦੇ ਜਿਹੜੇ ਬੰਦੇ ਆਗੂ ਲੜ ਰਹੇ ਸੀਗੇ ਜਿਹੜੇ ਨੌਜਵਾਨ ਸੀ ਜਿਹਨਾਂ ਨੇ ਉਹਦਾ ਥਾਂ ਲੈਣਾ ਸੀ ਉਹ ਉਹਦੇ ਉੱਤੇ ਮੁੜ ਕੇ ਇੱਕ ਤੋਂ ਡਰ ਦੇ ਵਿੱਚੋਂ ਪ੍ਰਵਾਸ ਦੇ ਵਿੱਚੋਂ ਤੇ ਉਹ ਤੋਂ ਬਾਅਦ ਚ ਮੁੜ ਕੇ ਜਿਹੜਾ ਸੀਗਾ ਵੀ ਉਹ ਘਰੀ ਬਹਿਣ ਦੇ ਨਾਲ ਕਰਕੇ ਤੇ ਇੱਕ ਜਿਹੜੀ ਆ ਸਟੂਡੈਂਟ ਯੂਨੀਅਨ ਦੇ ਆਗੂ ਦੀ ਮੌਤ ਤੋਂ ਬਾਅਦ ਉਹ ਬਾਕੀ ਬਚੇ ਜਿਹੜੇ ਕਮੇਟੀ ਦੇ ਮੈਂਬਰ ਸੀਗੇ ਉਹਨਾਂ ਨੇ ਉਹ ਢੋਈ ਨੀ ਬਣ ਸਕੇ ਉਹਨਾਂ ਦੀ ਉਹ ਜਦੋਂ ਵੀ ਢੋਈ ਨਾ ਬਣ ਸਕੀ ਇਹਦੇ ਕਰਕੇ ਜਿਹੜਾ ਸੀਗਾ ਨੁਕਸਾਨ ਵੱਡਾ ਹੋਇਆ ਤਾਂ ਉਹ ਮੁੜ ਕੇ ਜਿਹੜੇ ਸੀਗੇ ਵੀ ਉਹ ਜਿਹੜੀ ਆ ਉਹ ਫਿਰ ਜਿਹੜਾ 60-90 ਜਿਹੜਾ ਸੀਗਾ ਇੱਕ ਪੀੜ੍ਹੀ ਬਣਨੀ ਸੀ ਤਾਂ ਉਹਦਾ ਜਿਹੜਾ ਸੀ ਉਹ ਗੈਪ ਉਹ ਅੱਜ ਵੀ ਰੜਕਦਾ ਅੱਜ ਤਾਂ ਹੀ ਇਹ ਸ਼ੱਕ ਕੀਤੀ ਆ ਅਗਰ ਅੱਜ ਗੱਲ ਕੀਤੀ ਜਾ ਰਹੀ ਜਾਂ ਤਰਨਜੀਤ ਨੇ ਗੱਲ ਕੀਤੀ ਆ ਵੀ ਮੈਂ ਭਾਲਦਾ ਮੁੜ ਕੇ ਵੀ ਨੌਜਵਾਨ ਕਿੱਥੇ ਆ ਸਾਰੇ ਬੁੱਢੇ ਬੈਠੇ ਆ ਮੁੜ ਕੇ ਧਰਨਾ ਬਜ਼ਾਰਿਆਂ ਦੇ ਉੱਤੇ ਰੇਲਵੇ ਲਾਈਨ ਤੇ ਬੁੱਢੇ ਬੈਠੇ ਆ ਜਾਣੀ ਮੈਂ ਗੱਲ ਜਿਹੜੀ ਰੱਖੀ ਆ ਉਹ ਇਹ ਆ ਮੁੜ ਕੇ ਵੀ ਜਿਹੜੇ ਅੱਜ ਜਿਹੜੇ ਨੌਜਵਾਨ ਗੈਰ ਹਾਜ਼ਰੀ ਦੇ ਆ ਉਹਦਾ ਕਾਰਨ ਕੀ ਆ ਬਹੁਤ ਦੂਰ ਤੱਕ ਗੱਲ ਜਾਂਦੀ ਆ ਹਾਂ ਵੀ ਇਹਦਾ ਉਹਦਾ ਕਾਰਨ ਇਹ ਆ ਤੇ ਇੱਕ ਕਾਰਨ ਉਹਦਾ ਵੱਡਾ ਹੋਰ ਵੀ ਆ ਉਹਦਾ ਸਭ ਇੱਕ ਵੱਡਾ ਕਾਰਨ ਇਹ ਹੈਗਾ ਕਿ ਜਿਸ ਵਕਤ ਦੇ ਮੁੜ ਕੇ ਜਦੋਂ ਆ ਗਏ ਇਹ 70-80 ਦੇ ਵਿੱਚ ਮੁੜ ਕੇ ਇੱਕ ਤਾਂ ਵਰਤਾਰਾ ਇਹ ਆਇਆ ਕਿ ਵੀ ਜਿਹੜੀ ਮੁੜ ਕੇ ਜਿਹੜੇ ਸੀਗੇ ਵੀ ਉੱਥੋਂ ਜਿਹੜੀ ਮਹਿੰਗਾਈ ਆ ਉਹ ਇਹ ਛੜੱਪੇ ਮਾਰ ਕੇ ਵਧਣ ਲੱਗੀ ਦੂਜਾ ਇਹ ਵੀ ਆਇਆ ਵੀ ਮੁੜ ਕੇ ਜਿਹੜੇ 60 ਦੇ ਵਿੱਚ ਇਹਦੇ ਕਰੀਬ ਜਦੋਂ ਅਸੀਂ ਜੰਮੇ ਸੀ ਸਾਡੇ ਤੋਂ ਪਹਿਲਾਂ ਜਾਂ ਸਾਡੇ ਸਮੇਂ ਦੇ ਉਹ ਆਪਦੇ ਘਰਾਂ ਦੇ ਵਿੱਚ ਆਪਦੇ ਮਾਂ ਬਾਪ ਦੇ ਕਿਤੇ 5 ਪੁੱਤ ਸੀ ਕਿਤੇ 7 ਸੀ ਭੈਣਾਂ ਭੈਣ ਭਰਾ ਸੀ ਕਿਤੇ 10 ਵੀ ਸੀ 12 ਐਂ ਵੀ ਸੀਗੇ ਪਰ ਜਦੋਂ ਦੁਬਾਰਾ ਮੁੜ ਕੇ ਇਹ ਦੁਬਾਰਾ ਫਿਰ ਇੱਥੇ ਚੱਕਣੇ ਪਏ ਉਹਨਾਂ ਹੀ ਜਿਹੜੇ 65-70 ਵਾਲਿਆਂ ਨੂੰ ਤਾਂ ਜਦੋਂ ਆ ਕੇ ਮੁੜ ਕੇ ਫਰੋੜਾ ਫਰਾਲੀ ਕੀਤੀ ਤਾਂ ਕਿਸੇ ਦੇ ਜਵਾਕ 2 ਸੀ ਕਿਤੇ 1 ਸੀ ਇਸ ਵਾਸਤੇ ਮੁੜ ਕੇ ਇਹ ਵੀ ਇੱਕ ਕਾਰਨ ਬਣਿਆ ਵੀ ਜਿਹੜੀ ਜਨਰੇਸ਼ਨ ਦੇ ਵਿੱਚ ਇੱਕ ਜਨਰੇਸ਼ਨ ਗੈਪ ਆਇਆ ਉਹਦੇ ਨਾਲ ਇਹ ਵੀ ਹੋਇਆ ਮੁੜ ਕੇ ਵੀ ਅਸੀਂ ਕਿੱਥੋਂ ਪੜ੍ਹਦੇ ਹਾਂ ਜੇ ਹੁਣ ਮਾਂ ਬਾਪ ਦੇ ਘਰੇ 1-2 ਬੱਚੇ ਆ ਇੱਕ ਮੁੰਡਾ ਕੁੜੀ ਆ ਹੁਣ ਜਾਂ ਤਾਂ ਉਹਨਾਂ ਦੇ ਨਾਲ ਧਰਨੇ ਵਿਆਹਾਂ ਵਿੱਚ ਮੁੜ ਕੇ ਜਾਂ ਪਿਓ ਜਾਊ ਜਾਂ ਪੁੱਤ ਜਾਊਗਾ ਬਿਲਕੁਲ ਬਿਲਕੁਲ ਉਹ ਜਿਹੜੀ ਗੱਲ ਮਤਲਬ ਜਿਹੜੀ ਹੈਗੀ ਆ ਨਵਕਰਨ ਭਾਲਦਾ ਉਹ ਇੱਥੋਂ ਮਿਲਣੀ ਮੁਸ਼ਕਿਲ ਅੱਜ ਤੇ ਦੂਜਾ ਮਤਲਬ ਹੈਗਾ ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਆ ਵੀ ਤੁਸੀਂ ਆਈਲੈਟ ਵਾਲੇ ਮੁੜ ਕੇ ਉੱਥੇ ਦਫ਼ਤਰਾਂ ਜਾ ਰਹੇ ਮੁੜ ਕੇ ਜਾ ਕੇ 200 ਬੰਦਾ ਬੈਠਾ ਤੇ ਕਾਲਜ ਵਿੱਚ 50 ਬੰਦੇ ਵੀ ਸੀ ਇਸ ਵਾਸਤੇ ਮੁੜ ਕੇ ਜਿਹੜਾ ਇਹ ਜਿਹੜੀ ਆ ਮਤਲਬ ਹੈਗੀ ਆ ਰੋਟੀ ਦਾ ਮਾਮਲਾ ਸੀਗਾ ਬੇਰੁਜ਼ਗਾਰੀ ਸੀਗੀ ਉਸ ਬੇਰੁਜ਼ਗਾਰੀ ਨੇ ਇਹ ਜਿਹੜਾ ਮੁੜ ਕੇ ਸੀਗਾ ਏਡਾ ਵੱਡਾ ਨੁਕਸਾਨ ਕਰਤਾ ਵੀ ਉਹਦੇ ਨੇ ਜਿਹੜੀ ਬਚਦੀ ਸੀ ਨੌਜਵਾਨੀ ਉਹਦਾ ਵੀ ਮੁੜ ਕੇ ਜਿਹੜਾ ਸੀਗਾ ਉਹ ਇੱਥੋਂ ਜਿਹੜੇ ਮਤਲਬ ਉੱਥੇ ਰਹਿਣਾ ਚਾਹੁੰਦੇ ਹੀ ਨਹੀਂ ਤੇ ਦੂਜਾ ਮਤਲਬ ਵੀ ਜਿਹੜਾ ਉਦੋਂ ਜਿਹੜੇ ਵੀ ਮਾਂ ਬਾਪ ਦੇ ਜਿਹੜੇ ਜੇ ਮੁੜ ਕੇ ਉਹਨੇ ਸਟਰਗਲ ਲੜੀ ਆ 65-67-72 ਪਰ ਉਹ ਜਦੋਂ ਉਹਨਾਂ ਨੂੰ ਫੇਟ ਵੱਜੀ ਆ ਤਾਂ ਜਿਹੜੇ ਉਹਦੇ ਬੱਚੇ ਸੀ ਉਹ ਵੀ ਉਸ ਲਾਈਨ 'ਚ ਨਹੀਂ ਪਏ
ਉਹ ਵੀ ਉਹ ਮੁੜ ਕੇ ਜਿਹੜੇ ਸੀ ਉਹ ਕਹਿੰਦੇ ਵੀ ਬਾਪੂ ਨੇ ਅੱਗੇ ਕੀ ਕਰ ਲਿਆ ਤੇ ਦੂਜੇ ਇਹਦਾ ਕੀ ਕਰ ਦੇਣਗੇ ਇਸ ਵਾਸਤੇ ਮੁੜ ਕੇ ਜਿਹੜੀ ਉਹ ਜਨਰੇਸ਼ਨ ਗੈਪ ਅੱਜ ਵੀ ਸਾਡੇ ਸਾਹਮਣੇ ਮੌਜੂਦ ਖੜਾ ਤੇ ਅੱਜ ਵੀ ਆ ਮੁੜ ਕੇ ਜਿਹੜੀ ਹੈਗੀ ਹਾਂ ਇੱਕ ਜਾ ਕੇ ਵਧੀਆ ਗੱਲ ਮਤਲਬ ਇੱਦਾਂ ਹੈਗੀ ਆ ਸਾਨੂੰ ਲੱਗ ਰਹੀ ਆ ਕਿ ਉਦੋਂ ਬਾਅਦ ਚ ਕਿਉਂਕਿ ਇੱਕ ਤਾਂ ਉਸ ਵਕਤ ਦੇ ਵਿੱਚ ਜਿਹੜੇ ਮਜ਼ਦੂਰ ਹੈ ਉਹਨਾਂ ਘਰਾਂ ਦੇ ਵਿੱਚ ਅੱਜ ਵੀ ਜਿਹੜੀ ਹੈਗੀ ਨੌਜਵਾਨੀ ਹੈ ਔਰ ਉਹਨਾਂ ਦੇ ਬੱਚੇ ਵੱਧ ਵੀ ਹੈ ਇਸ ਵਾਸਤੇ ਇਹ ਇਹ ਗੈਪ ਦੇ ਵਿੱਚ ਉਦੋਂ ਹੈ ਨਹੀਂ ਸੀ ਅੱਜ ਸਾਨੂੰ ਖੁਸ਼ੀ ਇਸ ਗੱਲ ਦੀ ਵੀ ਉਹ ਇਸ ਪਾਸੇ ਨੂੰ ਉੱਲਰੇ ਆ ਇਸ ਪਾਸੇ ਨੂੰ ਆਉਣ ਲੱਗੇ ਆ ਨੰਬਰ ਦੋ ਮੁੜ ਕੇ ਜਿਹੜੀ ਸੀਗੀ ਸਨਅਤ ਦੇ ਵਿੱਚ ਸਨਅਤ ਵਿੱਚ ਵੀ ਮੁੜ ਕੇ ਸਾਨੂੰ ਕਿਤੇ ਨਹੀਂ ਸੀ ਦਿਖਾਈ ਦਿੰਦੇ 67 ਦੇ ਵਿੱਚ ਇਸ ਵਾਸਤੇ ਅੱਜ ਸਨਅਤ ਦੇ ਵਿੱਚ ਮੁੜ ਕੇ ਜਿਹੜੀਆਂ ਕੁਛ ਕੋਈ ਠੰਡੀ ਹਵਾ ਆਉਣ ਲੱਗੀ ਆ ਤਾਂ ਕਿ ਉਹਦੇ ਵਿੱਚ ਮੁੜ ਕੇ ਜਿਹੜੀ ਸਾਡੀ ਜਿਹੜੀ ਆ ਮਤਲਬ ਜਿਹੜੀ ਆ ਵੀ ਉਹ ਕੁਛ ਜਿਹੜਾ ਇਸ ਆਹ ਜਿਹੜੀ ਕਿਸਾਨੀ ਜਿਹੜੀ ਬੁੱਢੀ ਰੀਹਦੀ ਆ ਜਿਹਨਾਂ ਦਾ ਥਾਂ ਲੈਣ ਵਾਸਤੇ ਦੀ ਕੱਲ੍ਹ ਲੋੜ ਸੀਗੀ ਅੱਜ ਸਾਨੂੰ ਕੁਛ ਮਤਲਬ ਕੁਛ ਹਰੇਵਾਈ ਦਿਸਣ ਲੱਗੀ ਆ ਤੇ ਅੱਜ ਕਾਫੀ ਮਤਲਬ ਜਿਹੜਾ ਹੈਗਾ ਜਿਹੜਾ ਇਕੱਠਾਂ ਵਿੱਚੋਂ ਨਿਗਾਹ ਮਾਰਦੇ ਦੇਖਦੇ ਆ ਜਿਵੇਂ ਜਿਵੇਂ ਸਰਕਾਰ ਤਸ਼ੱਦਦ ਕਰਦੀ ਆ ਜਿਵੇਂ ਜਿਵੇਂ ਸਰਕਾਰ ਨਵੇਂ ਲੋਕਾਂ ਨੂੰ ਕੈਦ ਕਰਨ ਦੇ ਲੋਕਾਂ ਨੂੰ ਮੁੜ ਕੇ ਜਿਹੜਾ ਹੈਗਾ ਵੀ ਉਹਨਾਂ ਤੇ ਕਾਠੀ ਪਾਉਣ ਦੇ ਕਰਦੀ ਆ ਤਾਂ ਇਹ ਉਹ ਵੀ ਜਾਣਦੇ ਆ ਵੀ ਇਹੋ ਜਿਹੇ ਕਾਨੂੰਨ ਉੱਥੇ ਤਾਂ ਲਾਗੂ ਹੋ ਸਕਦੇ ਆ ਜਿਸ ਕਿਸੇ ਦੇਸ਼ ਦੀ ਆਬਾਦੀ ਨਿਊਜ਼ੀਲੈਂਡ ਵਰਗੀ ਹੋਵੇ ਵੀ 35-40 ਲੱਖ ਦੀ ਆਬਾਦੀ ਆ ਪਰ ਜਿੱਥੇ ਆਬਾਦੀ 135 ਕਰੋੜ ਦੀ ਹੋਵੇ ਉੱਥੇ ਤਾਂ ਮੁੜ ਕੇ ਲੋਕੇ ਨੂੰ ਅਟੈਕ ਕਰਨਾ ਪੈਂਦਾ ਅਟੈਕ ਕਰਕੇ ਫੇਰ ਲੁਕਣਾ ਪੈਂਦਾ ਇਹ ਕੰਮ ਕਦੇ ਕਦੇ ਤਾਂ ਜਿਵੇਂ ਆਪਾਂ ਗੱਲ ਕੀਤੀ ਆ ਜਿਹੜੇ ਹੈਗੇ ਆ ਪਾਰਲੀਮੈਂਟ ਮੈਂਬਰ ਆ ਕਿਤੇ ਤਾਂ ਉਹ ਅਦਾਲਤਾਂ ਪਿੱਛੇ ਲੁਕਦੇ ਆ ਕਿਤੇ ਅਦਾਲਤਾਂ ਇਹਨਾਂ ਪਿੱਛੇ ਲੁਕਦੀਆਂ ਬਿਲਕੁਲ ਖਤਰਾ ਖੜਾ ਹੋਇਆ ਇਹਨਾਂ ਵਾਸਤੇ ਵੀ ਤਾਂ ਇਸ ਖਤਰੇ ਵਾਸਤੇ ਮੁੜ ਕੇ ਖਤਰਾ ਜਿਹੜਾ ਹੈਗਾ ਇਹ ਉਹਨਾਂ ਵਾਸਤੇ ਵੀ ਇਸ ਵਾਸਤੇ ਵੀ ਇੱਕ ਨਾ ਇੱਕ ਦਿਨ ਇਹ ਜੋ ਮਰਜ਼ੀ ਕਰ ਲੈਣ ਇਹ ਕਿਸੇ ਪਰ ਜੋ ਮਰਜ਼ੀ ਕਾਨੂੰਨ ਮਤਲਬ ਕਾਨੂੰਨ ਲਾਗੂ ਤਾਂ ਲੋਕਾਂ ਤੇ ਹੋਣਾ ਤੇ ਲਾਗੂ ਕਰਕੇ ਵੀ ਵੇਖੇ ਜ਼ੋਰ ਵੀ ਲਾ ਕੇ ਵੇਖਿਆ ਸੋ ਇਹ ਇੱਕ ਤਾਂ ਇਹ ਸੀ ਪਹਿਲਾ ਮਤਲਬ ਇਹ ਸੀ ਟੋਪਿਕ ਜਿਹੜੀ ਗੱਲ ਦਾ ਵੇਖਦਾ ਵੀ ਉਹ ਜਿਹੜਾ ਜਨਰੇਸ਼ਨ ਗੈਪ ਆ ਜਿਹੜਾ ਨੌਜਵਾਨ ਗੈਪ ਆ ਉਹਦਾ ਕਾਰਨ ਕੀ ਬਣਿਆ ਬਾਕੀ ਮੁੜ ਕੇ ਹੈਗਾ ਮੈਂ ਇਹ ਜਿਹੜੀ ਗੱਲ ਰੱਖੀ ਆ ਇਹ ਕੋਈ ਪੂਰੀ ਪੂਰੀ ਸੱਚ ਨੀ ਮੈਂ ਤਾਂ ਇੱਕ ਚੂੰਡੀ ਵੱਢੀ ਆ ਜਿਹੜੇ ਤੁਸੀਂ ਬੰਦੇ ਪੜ੍ਹੇ ਲਿਖੇ ਵੱਧ ਮੈਂ ਤੁਹਾਡੇ ਜਿਹੜੇ ਨਾ ਪੜ੍ਹੇ ਲਿਖੇ ਸੀਗਾ ਮੈਂ ਤਾਂ ਇਹ ਸੋਚਦਾ ਮੁੜ ਕੇ ਵੀ ਤਾਂ ਕਿ ਇਹ ਤੇ ਗੱਲ ਚੱਲੇ ਕਿਉਂਕਿ ਸੱਚੀਓ ਜਿਹੜੀ ਗੱਲ ਸਾਡੀ ਹੈਗੀ ਆ ਹਿੰਦੁਸਤਾਨ ਦੀ ਇਨਕਲਾਬ ਦੀ ਜਿਹੜੀ ਗੱਲ ਹੈਗੀ ਆ ਉਹ ਇਸ ਗੱਲ ਤੇ ਖੜੀ ਆ ਵੀ ਇੱਥੇ ਨੌਜਵਾਨ ਜਿਹੜਾ ਹੈਗਾ ਉਹ ਜਿਹੜਾ ਹੈਗਾ ਉਹ ਗੈਰ ਹਾਜ਼ਰ ਆ ਉਹਨੂੰ ਕਿਵੇਂ ਲਿਆਂਦਾ ਜਾਵੇ ਇਹਦੇ ਵਿੱਚ ਮੈਂ ਤਾਂ ਸਿਰਫ ਆਪਦੀ ਰਾਏ ਰੱਖੀ ਆ ਇਹਦੇ ਵਿੱਚ ਤੁਸੀਂ ਜੇ ਕਿਤੇ ਕੋਈ ਟਿੱਪੀ ਕੱਟਣੀ ਜਾਂ ਅੱਧ ਕਲਾਉਣਾ ਕਰਨਾ ਇਹ ਤੁਹਾਡੀ ਮਰਜ਼ੀ ਆ ਮੈਂ ਤਾਂ ਉਹਦਾ ਤੱਤ ਜਿਹੜਾ ਮਤਲਬ ਉਹ ਰੱਖਿਆ ਵੀ ਜੋ ਮੈਂ ਜਿੰਨਾ ਕੁ ਮੈਂ ਪੜ੍ਹਿਆ ਲਿਖਿਆ ਜਿੰਨਾ ਕੁ ਸਮਝਦਾ ਤਾਂ ਮੈਂ ਇੰਨਾ ਕੁ ਰੱਖਿਆ ਮੁੜ ਕੇ ਇਹ ਆ ਇੱਕ ਗੱਲ ਉਸ ਤੋਂ ਬਾਅਦ ਚ ਮੁੜ ਕੇ ਜਿਹੜੀ ਹੈਗੀ ਆ ਦੂਜੀ ਗੱਲ ਜਿਹੜੀ ਸਾਡੇ ਸਾਹਮਣੇ ਆਉਂਦੀ ਆ ਉਹ ਹੈਗੀ ਆਉਂਦੀ ਆ ਕਿ ਕੀ ਜਿਹੜਾ ਅੱਜ ਦਾ ਕਿਸਾਨ ਤੇ ਜਥੇਬੰਦੀਆਂ ਇਹ ਆਤਮ ਹੱਤਿਆ ਜਿਹੜੀਆਂ ਮਤਲਬ ਹੋ ਰਹੀਆਂ ਇਹਨਾਂ ਦੀ ਮੁੜ ਕੇ ਜਿਹੜੀ ਹੈਗੀ ਆ ਆਤਮ ਹੱਤਿਆ ਤੇ ਸਮਾਜ ਤੇ ਸਮੇਂ ਨੌਕਰੀ ਜਾਂ ਪੈਸੇ ਲੈਣੇ ਜਾਂ ਕਰਜ਼ਾ ਜਿਹੜਾ ਮੁਆਫੀ ਆ ਜਿਹੜੀ ਸ਼ਰਤ ਆ ਕਿ ਇਹ ਠੀਕ ਆ ਵੀ ਜਿਹੜੇ ਤੁਸੀਂ ਮਤਲਬ ਜੇ ਆਪਾਂ ਗੱਲ ਪਹਿਲਾਂ ਗੱਲ ਕੀਤੀ ਆ ਵੀ ਕੋਈ ਬੰਦਾ ਇੱਕ ਤਾਂ ਹੱਤਿਆ ਇੱਕ ਆਤਮ ਹੱਤਿਆ ਵੀ ਉਹਨਾਂ ਦੇ ਜਦੋਂ ਮਤਲਬ ਹੋ ਜਾਂਦੀਆਂ ਤਾਂ ਉਹਨਾਂ ਉੱਤੇ ਮੁੜ ਕੇ ਜਿਹੜਾ ਅਸੀਂ ਕਹਿੰਦੇ ਸਮਝੌਤਾ ਕਰਦੇ ਹਾਂ ਸਮਝੌਤੇ ਵਿੱਚ ਤਿੰਨ ਗੱਲਾਂ ਆਉਂਦੀਆਂ ਇੱਕ ਤਾਂ ਇਹ ਗੱਲ ਆਉਂਦੀ ਆ ਸਮਝੌਤੇ ਵਿੱਚ ਕਿ ਇਹ ਮਤਲਬ ਹੈਗਾ ਵੀ ਅਸੀਂ ਕਹਿੰਦੇ ਹਾਂ ਵੀ ਇਹਦੇ ਤੇ ਜੋ ਜਿਹੜਾ ਇਹਦੇ ਤੇ ਕਰਜ਼ਾ ਹੈ ਉਹ ਮਾਫ਼ ਕਰ ਦਿਓ ਦੂਜਾ ਅਸੀਂ ਇਹ ਕਹਿੰਦੇ ਹਾਂ ਵੀ ਮੁੜ ਕੇ ਜਿਹੜਾ ਮਤਲਬ ਹੈਗਾ ਵੀ 10 ਲੱਖ ਰੁਪਇਆ ਦੇ ਦਿਓ ਤੇ ਤੀਜਾ ਮਤਲਬ ਜਿਹੜੀ ਜਿਹੜਾ ਹੈਗਾ ਇਹ ਸ਼ਰਤਾਂ ਸਾਡੀਆਂ ਤੇ ਤੀਜੀ ਸ਼ਰਤ ਪੈਸਾ
ਤੇ ਇੱਕ ਮਤਲਬ ਉਹਦੇ ਜਿਹੜਾ ਸਰਕਾਰੀ ਨੌਕਰੀ ਇਹ ਤਿੰਨ ਗੱਲਾਂ ਇਹਨਾਂ ਤਿੰਨਾਂ ਗੱਲਾਂ ਦੇ ਸੰਬੰਧ ਵਿੱਚ ਮੁੜ ਕੇ ਆਮ ਜਿਹੜੀਆਂ ਬਾਕੀ ਜਿਹੜੀਆਂ ਜਥੇਬੰਦੀਆਂ ਉਹ ਸਾਡੇ ਤੇ ਇਹ ਵੀ ਕਹਿੰਦੀਆਂ ਇਲਜ਼ਾਮ ਵੀ ਇੱਕ ਤਰ੍ਹਾਂ ਇਲਜ਼ਾਮ ਹੀ ਆ ਵੀ ਉਹ ਮੁੜ ਕੇ ਜਿਹੜੇ ਹੈਗੇ ਵੀ ਇਹ ਮਤਲਬ ਜਿਹੜੀਆਂ ਵੀ ਇਹ ਇੱਕ ਜਿਹੜੀਆਂ ਠੰਡੇ ਜਿਹੜੇ ਮਤਲਬ ਦੂਜੇ ਜਿਹੜੇ ਸੰਘਰਸ਼ ਹੈ ਇਹ ਉਹੋ ਜਿਹੇ ਸੰਘਰਸ਼ ਚਾਹੀਦੇ ਆ ਜੇ ਮਤਲਬ ਜਿਵੇਂ ਕੋਈ ਜਿਹੜੀ ਹੈਗੀ ਆਤਮ ਹੱਤਿਆ ਕੀਤੀ ਹੈ ਜਾਂ ਕਿਸੇ ਕਤਲ ਕੀਤਾ ਤਾਂ ਫਿਰ ਘੱਟੋ ਘੱਟ ਵੀ ਉਹਨੂੰ ਸਜ਼ਾ ਜਿਹੜੀ ਉਹ ਜੀ ਦੇਣੀ ਚਾਹੀਦੀ ਆ ਇਹ ਚੀਜ਼ ਮੁੜ ਕੇ ਹੁਣ ਪਹਿਲੀ ਗੱਲ ਤਾਂ ਮੁੜ ਕੇ ਪਹਿਲੀ ਮੈਂ ਗੱਲ ਕੀਤੀ ਆ ਉਹਦੇ ਵਿੱਚ ਤਾਂ ਇਹ ਮੁੜ ਕੇ ਹੈਗਾ ਵੀ ਸਾਡੇ ਸਾਹਮਣੇ ਇੱਕ ਸਾਡੇ ਸਾਹਮਣੇ ਇੱਕ ਬਖੇੜਾ ਖੜਾ ਇੱਕ ਤਾਂ ਇਹ ਹੈਗਾ ਮੁੜ ਕੇ ਵੀ ਨੌਜਵਾਨੀ ਹੈ ਨੀ ਇੱਕ ਸਾਡੀ ਲੜਾਈ ਦੇ ਵਿੱਚ ਮੁੜ ਕੇ ਆ ਅਸੀਂ ਕਿੰਨੇ ਕੁ ਹੁੰਦੇ ਹਾਂ ਕਿ ਅਸੀਂ ਇਹੋ ਜਿਹੇ ਸੰਘਰਸ਼ ਜਿਹੜੇ ਮਤਲਬ ਹੈਗੇ ਆ ਵੀ ਜਿਹੜੇ ਲੜਦੇ ਆ ਢੰਗ ਤਰੀਕੇ ਉਹ ਜੇ ਹੋਣ ਵੀ ਜਿਹੜੀ ਮੁੜ ਕੇ ਹੈਗਾ ਵੀ ਅਸੀਂ ਦੁਸ਼ਮਣੀ ਮੁੱਲ ਲੈ ਕੇ ਤੇ ਉਹਨੂੰ ਸਜ਼ਾ ਦੇ ਸਕੀਏ ਕਿ ਇਹ ਹੋਵੇ ਜਾਂ ਮੁੜ ਕੇ ਜੋ ਅਸੀਂ ਕਰ ਰਹੇ ਹਾਂ ਵੀ ਇਹ ਹੋਵੇ ਸੋ ਇਹਦੇ ਵਿੱਚ ਮੁੜ ਕੇ ਜਿਹੜੇ ਹੈਗੇ ਆ ਵੀ ਇਹਦੇ ਵਿੱਚ ਮਤਲਬ ਹੁਣ ਅਸੀਂ ਇਸ ਗੱਲ ਤੇ ਵਿਚਾਰ ਕਰਦੇ ਹਾਂ ਵੀ ਕੀ ਇਹ ਜਿਹੜੀ ਸਾਡੀ ਗੱਲ ਠੀਕ ਆ ਵੀ ਇਸੇ ਤਰ੍ਹਾਂ ਇਹ ਤਿੰਨ ਗੱਲਾਂ ਲੈ ਕੇ ਸਮਝੌਤਾ ਕਰਨਾ ਚਾਹੀਦਾ ਜਾਂ ਜਿਵੇਂ ਮੁੜ ਕੇ ਉਹ ਜਿਹੜੇ ਉਹ ਦੂਜਾ ਮੁੜ ਕੇ ਹੈਗਾ ਨਵਕਿਰਨ ਨੇ ਗੱਲ ਰੱਖੀ ਆ ਵੀ ਉਹ ਉਵੇਂ ਸਮਝ ਲਏ ਉਹ ਆ ਕਿ ਸਰਕਾਰ ਨਹੀਂ ਚਾਹੁੰਦੀ ਕਿਸੇ ਕਿਸਮ ਦੇ ਮਤਲਬ ਜਿਹੜੇ ਹੈਗੇ ਆ ਕਤਲ ਦਾ ਕੋਈ ਜਿਹੜਾ ਮੁਆਵਜ਼ਾ ਦਿੱਤਾ ਜਾਵੇ ਬਿਲਕੁਲ ਇਸ ਉਹ ਪੱਖ 'ਚ ਇਹਦੇ 'ਚ ਹੈ ਨਹੀਂ ਗੀ ਅਤੇ ਦੂਜਾ ਮੁੜ ਕੇ ਹੈਗਾ ਵੀ ਤੁਹਾਡੇ ਵਰਗੇ ਜਿਹੜੇ 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 ਸੱਜਣ ਆ ਉਹ ਮਤਲਬ ਉਹ ਇਹ ਚਾਹੁੰਦੇ ਆ ਕਿ ਮੁਆਵਜ਼ਾ ਸ਼ਹੀਦਾਂ ਦਾ ਮੁੱਲ ਹੁੰਦਾ ਇਸ ਲਈ ਕਿਸੇ ਮੁੜ ਕੇ ਜਿਹੜੇ ਵੀ ਕਿਸਮ ਦਾ ਜਿਹੜਾ ਜਿਹੜਾ ਮੁਆਵਜ਼ਾ ਇਹ ਨਾ ਲਿਆ ਜਾਵੇ ਹੁਣ ਇਹਦੇ ਵਿੱਚ ਕੀ ਆ ਵੀ ਦੋਸਤੋ ਕਿਸੇ ਪਰਿਵਾਰ ਦਾ ਇੱਕ ਜੀ ਕਤਲ ਹੋ ਜਾਵੇ ਜਦੋਂ ਕਿ ਕਮਾਉਣ ਵਾਲਾ ਵੀ ਉਹੀ ਹੋਵੇ ਫਿਰ ਬਾਕੀ ਬਚੇ ਪਰਿਵਾਰ ਨੂੰ ਆਤਮ ਹੱਤਿਆ ਕਰਨ ਵਾਸਤੇ ਅਸੀਂ ਤਿਆਰ ਨਹੀਂ ਕਰਾਂਗੇ ਬਿਲਕੁਲ ਇਹ ਮੰਨਾਂ ਨੇ ਮੁੜ ਕੇ ਵੀ ਜਿਹੜੇ ਜਿਹੜਾ ਇੱਕ ਜਿਹੜਾ ਬੰਦਾ ਉਹ 'ਚ ਕਮਾਉਣ ਵਾਲਾ ਸੀਗਾ ਉਹਦੀ ਤਾਂ ਮੌਤ ਹੋ ਗਈ ਆ ਪਰ ਦੂਜਿਆਂ ਨੂੰ ਰੋਟੀ ਕਿੱਥੋਂ ਮਿਲੇ ਕਿਉਂਕਿ ਉਹਦੇ ਵਿੱਚ ਮੁੜ ਕੇ ਉਹਦੇ ਵਾਸਤੇ ਹਾਲਤਾਂ ਤਾਂ ਬਚੀਆਂ ਨੀਗੀਆਂ ਜਿਹੜੀਆਂ ਹਾਲਤਾਂ ਮੁੜ ਕੇ ਮੈਂ ਗੱਲ ਕੀਤੀ ਆ ਵੀ ਅਸੀਂ 90 ਤੋਂ ਪਹਿਲਾਂ ਵੀ ਕਿਸੇ ਵੀ ਬੰਦਾ ਜਿਹੜਾ ਚਾਹੇ ਮਜ਼ਦੂਰ ਹੈ ਤਾਂ ਉਹ ਖੇਤਾਂ ਦੇ ਵਿੱਚੋਂ ਵੱਟਾਂ ਤੋਂ ਪੱਠੇ ਖੋਤ ਲਿਆਉਂਦਾ ਸੀ ਕੱਚ ਇਕੱਠੀ ਵਿੱਚ ਹੀ ਪਾਲ ਲੈਂਦਾ ਸੀ ਨਿੱਕੇ ਮੋਟੇ ਕੰਮ ਦਿਹਾੜੀ ਵੀ ਮਿਲ ਜਾਂਦੀ ਸੀਗੀ ਉਹ ਹਾਲਤਾਂ ਸੀਗੀਆਂ ਪਰ ਜਦੋਂ ਦੀਆਂ ਆਹ 90 ਤੋਂ ਬਾਅਦ ਦੀਆਂ ਨਵੀਆਂ ਸੰਤੀ ਤੇ ਆਰਤੀ ਨੀਤੀਆਂ ਆ ਗਈਆਂ ਉਹਦੇ ਨਾਲ ਕੀ ਹੋਇਆ ਵੱਟਾਂ ਤੋਂ ਪੱਠੇ ਵੀ ਗਏ ਘਰਾਂ ਚੋਂ ਜਿਹੜੀਆਂ ਕੱਟੀਆਂ ਵੱਛੀਆਂ ਵੀ ਗਈਆਂ ਦਿਹਾੜੀ ਦਾ ਵੀ ਗਿਆ ਕੰਮ ਵੀ ਗਿਆ ਇਹ ਕਾਰਨ ਬਣਿਆ ਮੁੜ ਕੇ ਜਿਹੜਾ ਸੀਗਾ ਤਾਂ ਫਿਰ ਮੁੜ ਕੇ ਕੀ ਇਹ ਲੋੜ ਇਹਨਾਂ ਦੀ ਪੈਸੇ ਦੀ ਹੈ ਕਿ ਨਹੀਂ ਹੈ ਇੱਥੇ ਮਤਲਬ ਜਿਹੜੀ ਹੋ ਸਾਡੀ ਉਹ ਗੱਲ ਖੜੀ ਆ ਤਾਂ ਫਿਰ ਮੁੜ ਕੇ ਅੱਗੇ ਕੀ ਰਿਹਾ ਵੀ ਸਾਥੀ ਜੀ ਮੈਂ ਥੋੜ੍ਹਾ ਤੁਹਾਨੂੰ ਇੰਟਰਪਟ ਕਰਨਾ ਚਾਹੂੰਗਾ ਕਿ ਇਹ ਜਿਹੜੇ ਇਹੋ ਜਿਹੇ ਕੇਸਿਸ ਨੇ ਉਹ ਹਮੇਸ਼ਾ ਇੱਦਾਂ ਨਹੀਂ ਹੁੰਦਾ ਹੈਗਾ ਕਿ ਹਰ ਇੱਕ ਜਿਹੜੀ ਸੰਘਰਸ਼ ਵਾ ਉਹਦਾ ਰਿਜ਼ਲਟ ਇਹੀ ਆਉਂਦਾ ਸਾਡੇ ਸਾਹਮਣੇ ਸਾਧੂ ਸਿੰਘ ਤਖਤੂਪੁਰਾ ਦੇ ਉਹਨਾਂ ਦੀ ਬਹੁਤ ਵੱਡਾ ਸੰਘਰਸ਼ ਤੁਸੀਂ ਤੁਹਾਡੀ ਜਥੇਬੰਦੀ ਨੇ ਦਿੱਤਾ ਉਹਨਾਂ ਦਾ ਵੀ ਸਿਆਸੀ ਕਤਲ ਹੋਇਆ ਪਰ ਉਹਦਾ ਨਾ ਹੀ ਉਹਦਾ ਆਪਣੇ ਉਹ ਬਕਾਇਦਾ ਜਿਹੜੇ ਸੀਗੇ ਜਿਨ੍ਹਾਂ ਨੇ ਕਤਲ ਕੀਤਾ ਹੈ ਉਹਨਾਂ ਨੂੰ ਸਜ਼ਾ ਜਿਹੜੀ ਦਵਾਉਣ ਵਾਸਤੇ ਬੜਾ ਲੰਬਾ ਸੰਘਰਸ਼ ਲੜਿਆ ਗਿਆ ਆ ਸੋ ਜਿਹੜਾ ਤੁਹਾਡੇ ਸਾਹਮਣੇ ਕੇਸਿਸ ਆਉਂਦੇ ਆ ਉਹ ਤੁਸੀਂ ਉਸ ਹਿਸਾਬ ਦੇ ਨਾਲ ਉਹਦੀ ਇੱਕ ਸਟ੍ਰੈਟੇਜੀ ਲੈ ਕੇ ਤੁਸੀਂ ਉਹਨੂੰ ਉਹਨੂੰ ਲੜਦੇ ਹੋ ਨਹੀਂ ਉਹਦਾ ਮਤਲਬ ਇੱਦਾਂ ਹੈਗਾ ਵੀ ਸਾਧੂ ਸਿੰਘ ਦਾ ਜਿਹੜਾ ਕੇਸ ਆ ਤੇ ਬਾਕੀ ਜਿਹੜੇ ਸਧਾਰਨ ਬੰਦੇ ਦਾ ਕੇਸ ਕੇਸ ਵਿੱਚ ਫਰਕ ਆ ਸਾਧੂ ਸਿੰਘ ਵਾਸਤੇ ਅਸੀਂ ਕੋਈ ਨਾ ਤਾਂ ਪੈਸਾ ਮੰਗਿਆ ਬਿਲਕੁਲ ਨਹੀਂ ਨਾ ਸਾਡੀ ਕੋਈ ਛੱਤ ਸੀ ਤੇ ਨਾ ਅਸੀਂ ਮੰਗਣਾ ਸੀ ਨਾ ਅਸੀਂ ਲੈਣਾ ਸੀ ਜਿੱਥੋਂ ਤੱਕ ਮਤਲਬ ਪੈਸੇ ਦਾ ਸੰਬੰਧ ਆ ਚਲੋ ਇਹ ਮਤਲਬ ਅੱਗੇ ਇਹ ਗੱਲ ਅੱਗੇ ਵੀ ਆ ਜਾਊਗੀ ਵੀ ਮਤਲਬ ਜਿਹੜੀ ਵੀ ਇੱਕ ਤਾਂ ਮਤਲਬ ਹੈਗਾ ਇਹ ਆ ਵੀ ਕੀ ਸਾਡੇ ਕੋਲ ਇੰਨੀ ਤਾਕਤ ਹੈ ਕਿ ਅਸੀਂ ਕਿਸੇ ਕਾਤਲ ਨੂੰ ਸਜ਼ਾ ਦੇ ਸਕੀਏ ਜਿਵੇਂ ਮੈਂ ਉੱਪਰ ਉੱਪਰੋਂ ਤੋਂ ਗੱਲ ਕੀਤੀ ਆ ਮੁੜ ਕੇ ਵੀ ਜਿਵੇਂ ਉੱਪਰ ਇਹ ਗੱਲ ਕੀਤੀ ਆ ਮੁੜ ਕੇ ਜੇ ਨੌਜਵਾਨ ਜਿਹੜਾ ਸਾਡੇ ਕੋਲ ਹੈ ਨੀ ਸਾਡੀ ਆਪਦੀ ਗਿਣਤੀ ਥੋੜ੍ਹੀ ਆ
ਤੇ ਪਰ ਜੇ ਹੁਣ ਦੋਵੇਂ ਗੱਲਾਂ ਸਾਡੇ ਕੋਲ ਹੈ ਨੀ ਤਾਂ ਫਿਰ ਮੁੜ ਕੇ ਜੇ ਅਸੀਂ ਕਿਤੇ ਧਰਨਾ ਬਜ਼ਾਰ ਜਿਵੇਂ ਮਤਲਬ ਪੱਤੀ ਨੇ ਗੱਲ ਕੀਤੀ ਆ ਵੀ ਮੰਨ ਲਓ ਕਿਤੇ ਕਿਸੇ ਕਿਸੇ ਆਤਮ ਹੱਤਿਆ ਦੇ ਵਰਖਿਲਾਫ਼ ਜਾਂ ਕਿਸੇ ਹੱਤੇ ਦੇ ਵਰਖਿਲਾਫ਼ ਅਸੀਂ ਧਰਨਾ ਬਜ਼ਾਰ ਲਾ ਦਿੰਦੇ ਹਾਂ ਉਹਦੇ ਪੰਜਾਂ ਸੱਤਾਂ ਦਿਨਾਂ ਬਾਅਦ ਮੁੜ ਕੁਝ ਬੰਦੇ ਹੁਣ ਜਿਹੜੇ ਉਹ ਘਟਣੇ ਸ਼ੁਰੂ ਹੋ ਜਾਂਦੇ ਆ ਤਾਂ ਫਿਰ ਚੱਕ ਕੇ ਘਰੇ ਚਲੇ ਜਾਵਾਂਗੇ ਉਹਦਾ ਫਾਇਦਾ ਕੋਈ ਨਹੀਂ ਇਸ ਵਾਸਤੇ ਦੂਜੀ ਗੱਲ ਜੇ ਅਸੀਂ ਕਿਸੇ ਕਾਤਲ ਨੂੰ ਸਜ਼ਾ ਦੇਣੀ ਹੈ ਤਾਂ ਫਿਰ ਅੱਜ ਸਾਡੇ ਕੋਲ ਤਾਂ ਆਗੂ ਆ ਪਰ ਲੋਕ ਹੈ ਨੀ ਜੇ ਅੱਗੇ ਜੇ ਆਗੂ ਨੂੰ ਸਜ਼ਾ ਦਿੰਦੇ ਆ ਤੇ ਐਸ ਐਨ ਸਿੰਘ ਨੇ ਕੀ ਕੀਤਾ ਸੀ ਆਹੀ ਕੀਤਾ ਸੀ ਆਗੂ ਜਿਹੜੇ ਸੀ ਉਹਨੂੰ ਪਿਸਤੌਲ ਫੜਾ ਤੇ ਉਧਰ ਨੂੰ ਤੋਰ ਤੇ ਮਿਲ ਗਿਆ ਆਗੂ ਕਹਿੰਦਾ ਮਾਰੇ ਗਏ ਲੋਕਾਂ ਨੂੰ ਪਤਾ ਨੀ ਸੀ ਘਰਦੇ ਨੂੰ ਪਤਾ ਵੀ ਕਿਉਂ ਮਰ ਗਿਆ ਬੰਦਾ ਇਹ ਕਾਰਨ ਇਹ ਘਟਨਾ ਅੱਜ ਵੀ ਵਾਪਰੂਗੀ ਉੱਥੇ ਗੱਲ ਉੱਥੇ ਹੀ ਖੜੀ ਆ ਅਸੀਂ ਚਾਹੁੰਦੇ ਹਾਂ ਵੀ ਜੇਕਰ ਸਜ਼ਾ ਦੇਣ ਤਾਂ ਲੋਕ ਸਜ਼ਾ ਦੇਣ ਲੋਕ ਮੰਗ ਕਰਨ ਸਜ਼ਾ ਦਿਓ ਫਿਰ ਅੱਗੇ ਲਾ ਕੇ ਤੁਰ ਪਿਆ ਕੋਈ ਰੌਲਾ ਨਹੀਂ ਗੱਲਦਾ ਪਰ ਓਨਾ ਚਿਰ ਤਾਂ ਅਸੀਂ ਮਤਲਬ ਇਹ ਅਸੀਂ ਇਹ ਜਿਹੜੇ ਪੈਸੇ ਦੀ ਮਤਲਬ ਹੈਗੀ ਆ ਸ਼ਰਤ ਜਿਹੜੀ ਮੰਨਦੇ ਹਾਂ ਉਹਦਾ ਕਾਰਨ ਇੱਕੋ ਹੀ ਆ ਕਿ ਅਸੀਂ ਇਹ ਚਾਹੁੰਦੇ ਹਾਂ ਕਿ ਜਿਹੜੇ ਮਤਲਬ ਜਿਹੜੇ ਹੈਗੇ ਜਿਹੜੇ ਉਸ ਬੰਦੇ ਦੀ ਇੱਕ ਮੌਤ ਤੋਂ ਬਾਅਦ ਵਿੱਚ ਉਸ ਪਰਿਵਾਰ ਦੇ ਬਾਕੀ ਜੀਆਂ ਨੂੰ ਕਿਵੇਂ ਬਚਾਇਆ ਜਾਵੇ ਇੱਕ ਜਿਹੜੇ ਮਤਲਬ ਜਿਹੜੀ ਵੀ ਨਿੱਕੇ ਮੋਟੇ ਜਿਹੜੇ ਜਿਹੜੇ ਲੱਖ ਦੋ ਲੱਖ ਦੀ ਗੱਲ ਕੀਤੀ ਆ ਜਾਂ ਜਿਵੇਂ ਮਤਲਬ ਨਵਕਿਆਂ ਨੇ ਗੱਲ ਕੀਤੀ ਇੱਕ ਗੱਲ ਹੋਰ ਉਠਾਈ ਆ ਉਹ ਕਹਿੰਦਾ ਕਿ 10 ਲੱਖ ਰੁਪਈਆ ਇੱਕ ਸਰਕਾਰੀ ਨੌਕਰੀ ਤੇ ਇੱਕ ਉਹਦੇ ਜੁੰਮੇ ਵੈਸੇ ਉਹਦੇ ਗੱਲ ਨਹੀਂ ਕੀਤੀ ਚੱਲ ਮੈਂ ਆਪਦੇ ਕੋਲੋਂ ਲਾ ਦਿੰਦਾ ਵੀ ਮੁੜ ਕੇ ਜਿਹੜਾ ਉਹਦੇ ਜੁੰਮੇ ਕਰਜ਼ਾ ਇਹ ਜਿਹੜਾ ਹੈਗਾ ਵੀ ਉਹ ਮਾਫ਼ ਕਰ ਦਿੱਤਾ ਜਾਵੇ ਇਹ ਸਾਥੀ ਨੇ ਉਹ ਗੱਲ ਉਠਾਈ ਆ ਹੁਣ ਇਹਦੇ ਵਿੱਚ ਕੀ ਆ ਜੇ ਤਾਂ ਉਹ ਸਾਥੀ ਮਤਲਬ ਇਸ ਪਾਸੇ ਨੂੰ ਇਸ ਪਾਸੇ ਨਾ ਤੁਰਦਾ ਉਹ ਇਸ ਪਾਸੇ ਤੁਰਦਾ ਕਿ ਮੁੜ ਕੇ ਜਿਹੜੀ ਹੈਗੀ ਉਹ 10 ਲੱਖ ਦੀ ਮੁੜ ਕੇ ਸਾਡੀ ਸ਼ਰਤ ਮੰਗ ਹੈ ਪਰ ਪੂਰਤੀ ਨਹੀਂ ਸਰਕਾਰ ਦੇ ਨਹੀਂ ਰਹੀ ਇਹਨੇ ਸਾਡੀ ਮੰਗ ਹੈ ਕਿ 10 ਲੱਖ ਰੁਪਈਆ ਦਿੱਤਾ ਜਾਵੇ ਉਹ ਦੇ ਕਿੰਨੇ ਰਹੇ ਆ 1 ਲੱਖ ਜਾਂ 2 ਲੱਖ ਰੁਪਈਆ ਸਰਕਾਰੀ ਨੌਕਰੀ ਕਿਸੇ ਨੂੰ ਅੱਜ ਤੱਕ ਨਹੀਂ ਦਿੱਤੀ ਉਹਨਾਂ ਨੇ ਕਰਜ਼ਾ ਜੇ ਜੁੰਮ ਕੇ ਸੀਗਾ ਬੰਦੇ ਦੀ ਮੌਤ ਹੋ ਗਈ ਆ ਤਾਂ ਕੋਈ ਵੀ ਉਹ ਜਾ ਮੁੜ ਕੇ ਜਿਹੜਾ ਮਤਲਬ ਹੈਗਾ ਵੀ ਜਿੱਥੇ ਕੇਸ ਨੀਗਾ ਜਿਹਦੇ ਵਿੱਚ ਸਾਰੇ ਜਿਹੜੇ ਹੈਗੇ ਕਰਜ਼ਾ ਉਹ ਮਾਫ਼ ਕਰਤਾ ਵੇ ਤਾਂ ਮੁੜ ਕੇ ਵੀ ਜੇ ਤਾਂ ਉਹ ਸਾਥੀ ਜਿਹੜਾ ਕੁਛ ਲਾਗੂ ਰੂਪ ਆ ਉਸ ਗੱਲ ਵੱਲ ਧਿਆਨ ਦਿੰਦਾ ਵੀ ਲਾਗੂ ਰੂਪ ਤਾਂ 1 ਜਾਂ 2 ਲੱਖ ਰੁਪਈਆ ਇੱਕ ਤਾਂ 2 ਲੱਖ ਰੁਪਈਆ ਕਿਸੇ ਬੰਦੇ ਦੀ ਮੌਤ ਦਾ ਕਾਰਨ ਨਹੀਂ ਬਣ ਸਕਦੇ ਕੋਈ ਵੀ ਬੰਦਾ 2 ਲੱਖ ਰੁਪਈਆ ਲੈ ਕੇ ਆਤਮ ਹੱਤਿਆ ਨਹੀਂ ਕਰੂਗਾ ਬਿਲਕੁਲ ਨਹੀਂ ਜੇ ਕੋਈ ਕਰ ਗਿਆ ਤਾਂ ਉਹਦੇ ਪਰਿਵਾਰ ਦਾ ਜੀ ਇਹ ਸਾਹ ਕਦੇ ਨਹੀਂ ਪਊਗਾ ਜੇ ਉਹ ਇਹਨਾਂ ਨੂੰ ਕੋਈ ਲੱਗਦਾ ਸਾਥੀਆਂ ਨੂੰ ਕੋਈ ਉਹ ਜਾ ਜਿਵੇਂ ਮਤਲਬ ਲੱਗਦਾ ਹੋਵੇ ਕਿਤੇ ਵੀ ਉਹ ਜਾ ਕੇਸ ਹੋਇਆ ਤਾਂ ਸਾਡੇ ਧਿਆਨ ਚ ਹੈ ਨੀ ਇਹਨੇ ਧਿਆਨ ਸਕਦਾ ਸਾਡੇ ਧਿਆਨ ਦਿੱਤਾ ਜਾਵੇ ਪਰ ਲੱਗਦਾ ਮੈਨੂੰ ਵੀ ਉਹ ਜੀ ਗੱਲ ਕੋਈ ਹੈ ਨਹੀਂ ਹੋਣੀਗੀ ਇਸ ਵਾਸਤੇ 1 ਲੱਖ ਜਾਂ 2 ਲੱਖ ਰੁਪਈਆ ਇਹ ਕੋਈ ਪੈਸਾ ਨਹੀਂ ਹੁੰਦਾ ਇਹ ਕੋਈ ਮਦਦ ਨਹੀਂ ਹੁੰਦੀਗੀ ਮਦਦ ਕਿਹੜੀ ਗੱਲ ਵਿੱਚੋਂ ਜਿਹੜੀ ਸੀਗੀ ਜਿਹੜੀ ਉਹਨਾਂ ਦੀ ਉਹਨਾਂ ਕੋਲ ਖੁੱਸ ਗਈ ਮਦਦ ਸੀ ਉਸ ਵਕਤ ਮੁੜ ਕੇ ਜਿਹੜਾ 90 ਵਿੱਚ ਇਹ ਨੀਤੀਆਂ ਤੋਂ ਪਹਿਲਾਂ ਉਹਨਾਂ ਦਾ ਵੱਟਾਂ ਤੋਂ ਮੁਕਤ ਦਾ ਮੱਕਾ ਕੱਟੀਆਂ ਵੱਛੀਆਂ ਦਾ ਖਰਚਾ ਜਿਹੜਾ ਮੁੜ ਕੇ ਉਹਨੂੰ ਵੇਚਣਾ ਉਹਨਾਂ ਦੇ ਨਾਲ ਕਿਤੇ ਵਿਆਹ ਵੀ ਕਰ ਲੈਂਦੇ ਸੀ ਕਿਤੇ ਦੁੱਖਣ ਵੀ ਪਾ ਲੈਂਦੇ ਸੀ ਵੱਡੀ ਗੱਲ ਇਹ ਸੀ ਮੁੜ ਕੇ ਵੀ ਪਿੰਡ ਦੇ ਵਿੱਚ ਲੋਕਾਂ ਦਾ ਭਾਈਚਾਰਾ ਬਣਿਆ ਸੀ ਲੋਕਾਂ ਦਾ ਭਾਈਚਾਰਾ ਸੀਗਾ ਭਾਈਚਾਰਕ ਤੌਰ ਉੱਤੇ ਭਾਵੇਂ ਜਿਵੇਂ ਰਹਿੰਦੇ ਸੀ ਪਰ ਰੋਟੀ ਸੌਖੀ ਖਾਂਦੇ ਸੀ ਤੇ ਨਾ ਹੀ ਉਦੋਂ ਲੋਕ ਆਤਮ ਹੱਤਿਆ ਕਰਦੇ ਸੀ 90 ਤੋਂ ਪਹਿਲਾਂ ਕੋਈ ਬੰਦਾ ਆਤਮ ਹੱਤਿਆ ਨਹੀਂ ਸੀ ਕਰਦਾ ਤੇ ਨਾ ਹੀ ਮਤਲਬ ਜਿਹੜੇ ਅੱਜ ਰੌਲਾ ਪੈ ਰਿਹਾ ਵੀ ਵਿਕਾਸ ਕਿੰਨਾ ਕਿੰਨਾ ਨਾ ਹੋ ਗਿਆ ਇਹ ਸਾਰੀਆਂ ਗੱਲਾਂ ਉਸ ਵਕਤ ਗੈਰਾਜਲ ਸਿੰਘ ਹੈ ਨਹੀਂ ਸੀਗਾ ਪਰ ਅੱਜ ਕੀ ਆ ਅੱਜ ਇਹ ਆ ਵੀ ਨਾ ਤਾਂ ਉਹਨਾਂ ਕੋਲੇ ਕੋਈ ਕੱਟੀ ਵੱਛੀ ਆ ਨਾ ਉਹਨਾਂ ਨੂੰ ਮੁਕਤ ਜਿਹੜੇ ਉਹ ਪੱਠੇ ਆ ਨਾ ਉਹਨਾਂ ਕੋਲ ਜਿਹੜੇ ਭਾਈਚਾਰਾ ਜਿਹੜੇ ਭਾਈਚਾਰਾ ਜਿਹੜਾ ਭਾਈਚਾਰਾ ਹੁੰਦਾ ਸੀਗਾ ਅੱਜ ਉਹ ਆ ਜਿਹੜੇ ਕਿਸਾਨ ਤਾਂ ਆਪ ਆਤਮ ਹੱਤਿਆ ਕਰੀ ਜਾਂਦੇ ਤੇ ਕੋਈ ਕਹਿੰਦੀ ਮਾਂ ਕਿੱਥੋਂ ਪਲਡੂਗਾ ਬਿਲਕੁਲ ਇਹ ਕਾਰਨ ਹੈ ਇਸ ਵਾਸਤੇ ਮੁੜ ਕੇ ਇਹਨਾਂ ਗੱਲਾਂ ਜਿਹੜੇ ਕਰਕੇ ਦੋਸਤੋ 10 ਲੱਖ ਦੀ ਜਿਹੜੀ ਗੱਲ ਇਹ ਕਰਦੇ ਹਾਂ ਅਸੀਂ ਕਹਿੰਦੇ ਵੀ ਜਿੰਨਾ ਚਿਰ ਇਹਨਾਂ ਦੀ ਮੁੜ ਕੇ ਜਿਹੜੇ ਲੋਕ ਇਕੱਠੇ ਹੋ ਕੇ ਸਾਥੀ ਜੀ ਆਪਣੇ ਘੁੱਟਾਂ ਹਾਂ ਇੱਕ ਮਿੰਟ ਹਾਂਜੀ
ਸੋ ਆਪਾਂ ਇਸੇ ਗੱਲ ਨੂੰ ਬਿਲਕੁਲ ਇਵੇਂ ਹੀ ਇੱਥੇ ਹੀ ਇਹਨੂੰ ਪੌਜ਼ ਕਰਕੇ ਜਾਰੀ ਰੱਖਾਂਗੇ ਸੋ ਸਾਥੀ ਨਿਸ਼ਾ ਸਿੰਘ ਤੁਹਾਡਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਇਹ ਇੰਨੀ ਡਿਟੇਲ ਦੇ ਵਿੱਚ ਸਾਡੇ ਇਕੱਲਾ ਸਿਰਫ ਸਰੋਤਿਆਂ ਵਾਸਤੇ ਨਹੀਂ ਅਸੀਂ ਇੱਥੇ ਬੈਠ ਕੇ ਸੁਣ ਰਹੇ ਹਾਂ ਸਾਡੇ ਵਾਸਤੇ ਵੀ ਤੁਹਾਡੇ ਕੋਲੋਂ ਸਿੱਖਣ ਨੂੰ ਬਹੁਤ ਕੁਛ ਵਾ ਸੋ ਸਾਥੀ ਜੀ ਬਹੁਤ ਬਹੁਤ ਧੰਨਵਾਦ ਅਗਲੇ ਹਫ਼ਤੇ ਅਸੀਂ ਇੱਥੋਂ ਹੀ ਮੁੜ ਕੇ ਗੱਲਬਾਤ ਸ਼ੁਰੂ ਕਰਾਂਗੇ ਅਸੀਂ ਜਿਹੜਾ ਛੋਟੇ ਮੋਦੀ ਨੇ ਜਿਹੜਾ 11 ਲੱਖ ਤੇ 40 ਕਰੋੜ ਜਿਹੜਾ ਉਹਨੇ ਘਪਲਾ ਕੀਤਾ ਆ ਛੋਟੇ ਮੋਦੀ ਉਹਨੂੰ ਕਹਿ ਰਹੇ ਆ ਉਹਦੇ ਬਾਰੇ ਅਸੀਂ ਗੱਲਬਾਤ ਨਹੀਂ ਕਰਾਂਗੇ ਕਿਉਂਕਿ ਉਹਦੇ ਬਾਰੇ ਰਜਵੀਸ਼ ਕੁਮਾਰ ਨੇ ਜਿਹੜੀ ਵਾਇਰਲ ਜਿਹੜੀ ਉਹਨਾਂ ਦੀ ਵੀਡੀਓ ਘੁੰਮ ਰਹੀ ਆ ਉਹ ਬਹੁਤ ਹੀ ਵਧੀਆ ਆ ਔਰ ਉਹਦੇ ਵਿੱਚ ਉਹਨਾਂ ਨੇ ਆਹ ਹੀ ਸਾਥੀ ਜੀ ਗੱਲ ਕੀਤੀ ਆ ਕਿਸਾਨ ਦੇ ਪੰਜਾਬ ਦੇ ਕਿਸਾਨ ਦੀ ਉਹਨਾਂ ਨੇ ਉਦਾਹਰਣ ਦਿੱਤੀ ਹੈ ਕਿ ਉਹ ਜਿਹੜਾ ਕਿਸਾਨ ਵਾ ਬਲਵੰਤ ਸਿੰਘ ਉਹਦਾ ਨਾਂ ਆ ਉਹ ਕੱਲਾ ਆਤਮ ਹੱਤਿਆ ਨਹੀਂ ਕਰ ਰਿਹਾ ਆਪਣੇ ਬੱਚੇ ਨੂੰ ਨਾਲ ਲੈ ਕੇ ਆਤਮ ਹੱਤਿਆ ਕਰ ਰਿਹਾ ਛੋਟੇ ਬੱਚੇ ਨੂੰ ਕਿਉਂਕਿ ਉਹਦੇ ਜਾਣ ਤੋਂ ਬਾਅਦ ਬੱਚੇ ਦਾ ਕੀ ਬਣੂਗਾ ਇਹ ਮਤਲਬ ਆਪਾਂ ਜਿੱਦਾਂ ਸਾਥੀ ਜੀ ਨੇ ਕਿਹਾ ਵੀ ਇਹ ਫਤਵੇ ਜਿਹੜੇ ਆ ਇਹ ਛੋਟੀਆਂ ਗੱਲਾਂ ਨੇਗੀਆਂ ਇਹਨਾਂ ਦੇ ਪਿੱਛੇ ਬਹੁਤ ਇੱਕ ਵੱਡਾ ਇਤਿਹਾਸ ਹੁੰਦਾ ਹੈ ਇੱਕ ਬੰਦੇ ਨੂੰ ਬੰਦੇ ਦਾ ਅਨੂ ਜੀ ਆਪਣੇ ਆਪ ਨੂੰ ਖਤਮ ਕਰਨਾ ਇੱਕ ਕੋਈ ਛੋਟੀ ਗੱਲ ਨਹੀਂ ਹੈ ਸੋ ਅਸੀਂ ਬੇਨਤੀ ਕਰਦੇ ਹਾਂ ਕਿ ਜਿਹੜੇ ਛੋਟੇ ਮੋਦੀ ਵਾਲੀ ਜਿਹੜੀ ਵੀ ਮਾਫ਼ ਕਰਨਾ ਜੀ ਜਿਹੜੀ ਰਵੀਸ਼ ਕੁਮਾਰ ਦੀਆਂ ਉਹਦੀਆਂ 2-3 ਹੈਗੀਆਂ ਚੱਲ ਰਹੀਆਂ ਜਿਹੜਾ ਇੱਕ ਜਿਹੜਾ ਪਹਿਲਾਂ ਦਾ ਆਫਿਸਰ ਸੀਗਾ ਉਹ ਕੰਪਨੀ ਦੇ ਵਿੱਚ ਉਹਨੇ ਜਿਹੜੇ ਵਿਸਲ ਬਲੋਅਰ ਕੀਤੀ ਹੈ ਉਹਦੀ ਵੀ ਇੰਟਰਵਿਊ ਹੈਗੀ ਹੈ ਸੋ ਸਾਡੇ ਨਾਲ ਤੁਸੀਂ ਰਵੀਸ਼ ਕੁਮਾਰ ਦੀ ਗੱਲਬਾਤ ਸੁਣੋਗੇ ਤੇ ਤੁਹਾਨੂੰ ਬਹੁਤ ਵਧੀਆ ਲੱਗੂਗੀ ਸੋ ਅਸੀਂ ਸਰੋਤਿਆਂ ਦਾ ਸੋ ਹਾਂਜੀ ਜਿਸ ਤਰ੍ਹਾਂ ਜਿੰਨੀ ਕੁ ਮੈਨੂੰ ਗੱਲ ਸਮਝ ਆਈ ਹੈ ਸਾਥੀ ਨਛੱਤਰ ਸਿੰਘ ਹੋਣਾ ਦੀ ਕਿ ਉਹ ਇੱਕ ਵਿਅਕਤੀ ਨੂੰ ਉਹਦਾ ਸਾਰਾ ਇਲਜ਼ਾਮ ਦੇਣ ਦੀ ਜਗ੍ਹਾ ਤੇ ਅਗਰ ਅਸੀਂ ਸਿਸਟਮ ਨੂੰ ਦੇਖੀਏ ਸਾਰੇ ਨੂੰ ਕਿ ਉਸ ਸਿਸਟਮ ਨੂੰ ਕਿਸ ਤਰ੍ਹਾਂ ਬਦਲਿਆ ਗਿਆ ਉਹਦੀ ਤੋੜ ਭੰਨ ਕੀਤੀ ਗਈ ਜਿਸ ਤਰ੍ਹਾਂ ਇਹ ਗੱਲ ਕਰਦੇ ਕਿ ਸਾਡੇ ਉਹ ਪਿੰਡਾਂ 'ਚ ਪਹਿਲੇ ਭਾਈਚਾਰਾ ਸੀ ਕੋਈ ਸਾਂਝ ਸੀ ਉਹ ਸਿਸਟਮ ਜਿਹਨੂੰ ਅਸੀਂ ਕੈਪੀਟਲਿਜ਼ਮ ਕਹਿੰਦੇ ਹਾਂ ਉਹ ਬਿਲਕੁਲ ਹੁਣ ਸੰਖੇਪ 'ਚ ਗੱਲ ਰੱਖਾਂਗੇ ਹਾਂ ਅਗਲੀ ਵਾਰੀ ਥੋੜ੍ਹਾ ਜ਼ਿਆਦਾ ਖੋਲ੍ਹ ਕੇ ਇਸ ਗੱਲ ਨੂੰ ਕਰਾਂਗੇ ਕਿ ਇੱਕ ਸਿਸਟਮ ਦਾ ਕਸੂਰ ਆ ਨਾ ਕਿ ਜਿਹੜੇ ਉਹ ਕਿਸਾਨ ਨੇ ਜਾਂ ਮਜ਼ਦੂਰ ਨੇ ਉਹਨਾਂ ਦਾ ਇੱਕ ਉਹ ਨਿੱਜੀ ਤੌਰ 'ਤੇ ਉਹਨਾਂ ਦਾ ਕੋਈ ਦੋਸ਼ ਨਹੀਂ ਇਹਦੇ 'ਚ ਸਿਸਟਮ ਦਾ ਦੋਸ਼ ਬਣਦਾ ਸੋ ਮੇਰਾ ਖਿਆਲ ਅਗਲੀ ਵਾਰੀ ਇਸ ਐਂਗਲ ਤੋਂ ਵੀ ਗੱਲ ਨੂੰ ਥੋੜ੍ਹਾ ਹੋਰ ਡਿਸਕਸ ਕਰਾਂਗੇ ਤੋ ਹੁਣ ਸਰੋਤਿਆਂ ਤੋਂ ਇਜਾਜ਼ਤ ਲੈਂਦੇ ਹਾਂ ਜੀ ਅਗਲੇ ਸੋਮਵਾਰ ਦੁਬਾਰਾ ਮੁਲਾਕਾਤ ਹੋਏਗੀ ਸਤਿ ਸ਼੍ਰੀ ਅਕਾਲ ਸਲਾਮ
ਨਾ ਭੁੱਲਣਾ ਰੇਡੀਓ ਇਨਕਲਾਬ ਹਰ ਸੋਮਵਾਰ ਸ਼ਾਮ 5 ਵਜੇ ਪਲੈਨਟ 104.6 FM ਤੇ ਜਾਂ ਫਿਰ ਆਨਲਾਈਨ ਕਿਸੇ ਵੀ ਵਕਤ planetaudio.org.nz/radioinqilab